ਕੋਰਾ ਫਿਰ ਤੋਂ ਸਵਾਗਤ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਪ੍ਰੋਗਰਾਮ ਹੈ ਜੀ ਇਹ ਪ੍ਰਾਈਮ ਫੋਕਸ ਹਰ ਰੋਜ਼ ਤੁਸੀਂ ਐਸਕ ਵੇਲੇ ਇਸ ਪ੍ਰੋਗਰਾਮ ਨੂੰ ਦੇਖਦੇ ਹੋ ਤੇ ਜੇ ਇਸ ਵਕਤ ਤੁਸੀਂ ਟੜਕੇ ਦੇਖਦੇ ਹੋ ਪੰਜਾਬ ਵਾਲੇ ਪਾਸੇ ਜਾਂ ਕੈਨੇਡਾ ਵਾਲੇ ਪਾਸੇ ਸ਼ਾਮਾਂ ਜੀਨ ਤਾਂ ਫਿਰ ਇਹ ਲਾਈਵ ਟਾਈਪ ਹੁੰਦਾ ਬਾਅਦ ਦੇ ਵਿੱਚ ਇਹਦਾ ਰਿਪੀਟ ਟੈਲੀਕਾਸਟ ਵੀ ਤੁਸੀਂ ਦੇਖ ਸਕਦੇ ਹੋ YouTube ਤੇ ਤੇ ਜਦੋਂ ਮਰਜ਼ੀ ਜੇ ਮੈਂ ਭਾਰਤ ਦੀ ਗੱਲ ਕਰਾਂ ਤੇ 11 ਤੋਂ 12 ਦੇ ਦਰਮਿਆਨ ਤੁਸੀਂ ਸੈਟਲਾਈਟ ਦੇ ਉੱਪਰ ਵੀ ਦੇਖ ਸਕਦੇ ਹੋ 8 ਟਲ ਡਿਸ਼ ਦੇ ਉੱਪਰ ਏ 564 ਨੰਬਰ ਜਿਹੜਾ ਚੈਨਲ ਹੈ ਉੱਤੇ ਅਸੀਂ ਆਉਨੇ ਆ ਜੀ ਭਾਰਤ ਦੇ ਵਿੱਚ ਵੀ ਜੀਓ ਟੀਵੀ ਤੇ ਵੀ ਹੈਗਾ ਬਾਕੀ ਹੋਰ ਨਾ ਥਾਵਾਂ ਤੇ ਵੀ ਜਲਦ ਹੋ ਜਾਏਗਾ ਨਾਲ ਆਪਣੇ ਪਰਮੀਰ ਬਾਠੂਰੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ WhatsApp ਕੀ ਹਾਲ ਚਾਲ ਨੇ ਮਾਰੇ ਯਾਤਰਾ ਕਿਦਾਂ ਚੱਲ ਰਹੀ ਤੁਹਾਡੀ ਸੰਧਾਲੀਆ ਸਭ ਸਸੇਕਾਲ ਜੀ ਬਿਲਕੁਲ ਠੀਕ ਹੈ ਜੀ ਯਾਤਰਾ ਵੀ ਠੀਕ ਚੱਲ ਰਹੀ ਹੈ ਤੇ ਉਮੀਦ ਹੈ ਕਿ ਛੇਤੀ ਮੁੱਕ ਜਣੀ ਚਾਹੀਦੀ ਹੈ ਯਾਤਰਾ ਤੇ ਉਸ ਤੋਂ ਬਾਅਦ ਫਿਰ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਤੇ ਜੇ ਉਦੋਂ ਤੱਕ ਤੁਸੀਂ ਜਾਣ ਦਾ ਪ੍ਰੋਗਰਾਮ ਨਾ ਬਣਾਇਆ ਤਾਂ ਲੋਕੋ ਤਕੜੇ ਬੰਦੇ ਆ ਤੁਸੀਂ ਮਹਾਰਾਜ ਤੁਸੀਂ ਨਾਲ ਲੈ ਜਾਓ ਤੇ ਜਿਆਦਾ ਵਧੀਆ ਐਵੇਂ ਕੱਲੇ ਨੂੰ ਤੋੜ ਦਿੰਨੇ ਆ ਮੈਂ ਤੇ ਤੁਹਾਨੂੰ ਕਹੀਆਂ ਨਾ ਆਖਿਆ ਵੀ ਜਿਹੜਾ ਨਾਲੋਂ ਨਾਲ ਜਾਣ ਵਾਲੀ ਗੱਲਬਾਤ ਆ ਨਾ ਉਹਦੇ ਨਾਲ ਦੀ ਰੀਸ ਹੈ ਨਹੀਂ ਪਰ ਹੁਣ ਕਰੀਏ ਕੀ ਮਹਾਰਾਜ ਤੁਸੀਂ ਤਕੜੇ ਬੰਦੇਓ ਨਾਲ ਰੱਖਦੇ ਨਹੀਂ ਚਲੋ ਮੰਨ ਕੇ ਚੱਲਦੇ ਆ ਸੰਧਾਲੀਆ ਸਾਹਿਬ ਕਿਉਂਕਿ ਨਿਗਮ ਚੋਣਾਂ ਵੀ ਲੱਗ ਗਈਆਂ ਸਰਪੰਚੀ ਵੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵੀ ਸਿਰ ਤੇ ਆ ਐਸਜੀਪੀਸੀ ਦੀਆਂ ਵੋਟਾਂ ਵੀ ਆ ਸਕਦੀਆਂ ਤੇ ਜਦੋਂ ਵੋਟਾਂ ਨੇੜੇ ਆਉਂਦੀਆਂ ਤਾਂ ਫਿਰ ਵੋਟਰ ਤਕੜਾ ਲੱਗਦਾ ਹੁੰਦਾ ਕੁਝ ਇੱਕ ਸਮੇਂ ਦੇ ਲਈ ਚਾਹੇ ਉਹ ਮਹੀਨੇ ਆ ਤੇ ਚਾਹੇ ਉਹ ਹਫਤੇ ਆ ਤੇ ਸਾਡਾ ਉਹ ਸਮਾਂ ਚੱਲਦਾ ਏਦਾਂ ਮੰਨ ਲੈਨੇ ਤੁਹਾਡੇ ਮੁਕਾਬਲੇ ਮਤਲਬ ਮੰਨਣਾ ਨਹੀਂ ਕਿ ਕਿਸੇ ਪਾਸੇ ਲੱਗਣਾ ਨਹੀਂ ਚਲੋ ਕੋਈ ਗੱਲ ਨਹੀਂ ਆਪਾਂ ਇੱਥੇ ਮੈਂ ਬੇਨਤੀ ਕਰਾਂ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜੋ ਜਿਵੇਂ ਜਿੱਦਾਂ ਵਾਪਰਿਆ 24 ਘੰਟਿਆਂ ਜੋ ਆਪ ਜੀ ਦੀ ਕਚਹਿਰੀ ਚ ਰੱਖ ਦਈਏ ਅੱਜ ਵੀ ਬਾਦ ਸਾਹਿਬ ਇੱਕ ਚਰਚਾ ਮੈਂ ਲਗਭਗ ਸਾਰਾ ਦਿਨ ਸੁਣਦਾ ਰਿਹਾ ਤੇ ਉਹ ਸੋਸ਼ਲ ਮੀਡੀਆ ਤੇ ਵੀ ਸੀਗੀ ਮੇਰਾ ਖਿਆਲ ਘਟਨਾ ਤੇ ਉਹ ਕੈਨੇਡਾ ਦੀ ਆ ਜੇ ਤੁਸੀਂ ਵੀ ਸੁਣੀ ਦੇਖੀ ਹੋਵੇ ਵੀ ਉੱਥੇ ਇੱਕ ਨੌਜਵਾਨ ਸੀ ਉਹਨੇ ਕਾਰ ਲਈ ਕਾਰ ਦੀਆਂ ਕਿਸ਼ਤਾਂ ਕੁਝ ਮਹਿੰਗੀਆਂ ਸੀ ਉਹਨੂੰ ਲੱਗਿਆ ਖਰਚਾ ਬੜਾ ਤੇ ਉਹਨੇ ਜੀਵਨ ਲੀਲਾ ਆਪਣੀ ਸਮਾਪਤ ਕਰ ਲਈ ਉਹਨੂੰ ਲੱਗਿਆ ਵੀ ਯਾਰ ਮੈਂ ਹਾਰ ਗਿਆ ਹੁਣ ਉਹਦੀ ਬੜੀ ਡਿਬੇਟੇਬਲ ਇਸ਼ੂ ਜਾ ਬਣ ਗਿਆ ਕੁਝ ਲੋਕ ਉਹਨੂੰ ਕਹਿੰਦੇ ਆ ਵੀ ਉਹਨਾਂ ਦਾ ਆਪਣਾ ਸ਼ੌਕ ਆ ਜੇ ਗੱਡੀਆਂ ਵੱਡੀਆਂ ਲੈਣ ਦਾ ਤਾਂ ਉਸ ਪਾਸੇ ਤੁਰ ਪੈਂਦੇ ਕੁਝ ਕਹਿੰਦੇ ਨਹੀਂ ਜੀ ਉਹਨਾਂ ਨੂੰ ਗਾਈਡ ਨਹੀਂ ਕੀਤਾ ਜਾਂਦਾ ਤਾਂ ਬਾਅਦ ਚ ਪਤਾ ਲੱਗਦਾ ਮੈਂ ਇਹ ਗੱਲ ਸੋਚਦਾ ਸੀ ਕਿ ਜਦੋਂ ਆਪਾਂ ਜਾਜੇ ਚੜਦੇ ਆਂ ਤੇ ਆਪਾਂ ਇੱਕ ਚੰਗਾ ਭੁੱਖ ਜਿਹੜਾ ਉਹਦੀ ਆਸ ਉਮੀਦ ਕਰਕੇ ਤੁਰਦੇ ਆਂ ਤੇ ਜੋ ਉੱਥੇ ਜਾ ਕੇ ਆਪਾਂ ਇੰਨੀ ਛੇਤੀ ਦਿਲ ਛੱਡ ਜਾਣਾ ਸਟਰਗਲ ਦੇਖਦੇ ਆਂ ਸਾਰੀ ਮਾੜੀ ਜੜਚਣਾਈ ਤੇ ਨਾਲ ਹੀ ਇਦਾਂ ਜਾਪਿਆ ਵੀ ਉਹ ਪਤਾ ਨਹੀਂ ਕੀ ਪਹਾੜ ਡੇਗ ਪਿਆ ਇਹਦਾ ਮਤਲਬ ਇਹ ਹੋ ਗਿਆ ਵੀ ਇੰਨੀ ਦੀ ਪੂਰੀ ਕਾਰ ਜਾਂ ਕਾਰ ਦੀ ਕਿਸ਼ਤ ਜਾਂ ਮਾੜੇ ਮੋੜ ਖਰਚੇ ਦਾ ਜਾਂ ਥੋੜੇ ਚਿਰ ਲਈ ਕੰਮ ਨਾ ਮਿਲਣ ਦਾ ਜਾਂ ਕੰਮ ਥੋੜਾ ਮਿਲਣ ਦਾ ਜਾਂ ਕੋਈ ਰਹਿਣ ਸਹਿਣ ਵਾਲੀ ਜਗ੍ਹਾ ਦਾ ਨਾ ਚੰਗੀ ਤਰ੍ਹਾਂ ਲੱਭਣ ਦਾ ਇਦਾਂ ਰੌਲਾ ਨਹੀਂ ਰੌਲਾ ਕਿਤੇ ਕੋ ਹੋਰ ਲੱਗਦਾ ਜਾਂ ਤਾਂ ਸਾਨੂੰ ਕੋਈ ਗਾਈਡ ਨਹੀਂ ਕਰਦਾ ਜਾਂ ਫਿਰ ਪੰਜਾਬੀ ਆਪ ਥੋੜੇ ਜੇ ਦਿਲ ਹੌਲੇ ਦੇ ਹੋਗੇ ਮੈਨੂੰ ਇਹ ਸੀ ਥੋੜੀ ਜੀ ਚਰਚਾ ਤੇ ਕਰ ਲੈਂਦੇ ਇਹੋ ਜਾਣੇ ਇਸ ਘਟਨਾ ਤੋਂ ਬਾਅਦ ਜੇ ਕੋਈ ਗਾਂ ਇਹੋ ਜੇ ਚੱਕਰ ਬਾਰੇ ਸੋਚਦਾ ਹੋਵੇ ਜਾਂ ਕਿਸ ਨੇ ਦਿਲ ਛੋਟਾ ਕੀਤਾ ਹੋਵੇ ਤੇ ਘੱਟੋ ਘੱਟ ਉਹਨੂੰ ਲੱਗੇ ਤੇ ਸਹੀ ਵੀ ਜ਼ਿੰਦਗੀ ਹਰ ਚੀਜ਼ ਤੋਂ ਵੱਡੀ ਹੁੰਦੀ ਏ ਕਾਰਾਂ ਏ ਕਿਸ਼ਤਾਂ ਏ ਆਉਂਦੀਆਂ ਜਾਂਦੀਆਂ ਰਹਿੰਦੀਆਂ ਟੀਦਾ ਦਿਲ ਤੇ ਨਹੀਂ ਲਾਉਣੀ ਚਾਹੀਦੀ ਦਾਲਿਆ ਸਾਹਿਬ ਬਹੁਤ ਸਾਫ਼ ਤੇ ਸਪਸ਼ਟ ਜੀ ਗੱਲ ਹੈ ਜਦੋਂ ਕਿਸਾਨ ਕਰਜ਼ੇ ਦੇ ਕਰਕੇ ਖੁਦਕੁਸ਼ੀ ਕਰਦਾ ਮਜ਼ਦੂਰ ਕਰਜ਼ੇ ਦੇ ਕਰਕੇ ਖੁਦਕੁਸ਼ੀ ਕਰਦਾ ਕੋਈ ਬੱਚਾ 10ਵੀਂ ਚੋਂ 12ਵੀਂ ਚੋਂ ਗ੍ਰੈਜੂਏਸ਼ਨ ਦੇ ਵਿੱਚੋਂ ਆਇਲਸ ਦੇ ਵਿੱਚੋਂ ਨੰਬਰ ਜਾਂ ਬੈਂਡ ਘਾਟ ਆਉਂਦੇ ਜੇ ਉਦੋਂ ਖੁਦਕੁਸ਼ੀ ਕਰਦਾ ਜਾਂ ਜੇ ਕੋਈ ਲੜਕੀ ਸਹੁਰਿਆਂ ਦੇ ਘਰ ਦੇ ਵਿੱਚ ਤੰਗ ਹੈ ਕੋਈ ਦਫ਼ਤਰ ਦੇ ਵਿੱਚ ਤੰਗ ਹੈ ਉਦੋਂ ਖੁਦਕੁਸ਼ੀ ਕਰਦੀ ਹੈ ਜਾਂ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਨੇ ਕੰਮ ਦਾ ਪ੍ਰੈਸ਼ਰ ਹੈ ਪੜ੍ਹਾਈ ਦਾ ਪ੍ਰੈਸ਼ਰ ਹੈ ਕਾਗਜ਼ਾਂ ਦਾ ਪ੍ਰੈਸ਼ਰ ਹੈ ਕੋਈ ਵੀ ਪ੍ਰੈਸ਼ਰ ਹੈ ਵਿੱਤੀ ਵਿੱਤੀ ਤਾਂ ਦਬਾ ਰਹਿੰਦੇ ਹੀ ਨੇ ਤੇ ਜੇ ਅਸੀਂ ਜੀਵਨ ਲੀਲਾ ਸਮਾਪਤ ਕਰਦੇ ਹਾਂ ਤਾਂ ਇਹਦਾ ਮਤਲਬ ਹੈ ਕਿ ਸਾਡਾ ਟਰੈਕ ਠੀਕ ਨਹੀਂ ਸਾਡਾ ਟਰੈਕ ਗਲਤ ਹੈ ਮੈਂ ਨਹੀਂ ਕਹਿਣਾ ਕਿ ਉਹ ਉਹਨਾਂ ਦੀ ਮਜਬੂਰੀ ਛੁੱਟੀ ਹੈ ਮੈਂ ਨਹੀਂ ਕਹਿਣਾ ਕਿ ਉਹਦੇ ਦੁੱਖ ਛੋਟੇ ਨੇ ਸਭ ਕੁਝ ਬਹੁਤ ਵੱਡਾ ਹੈ ਪਰ ਜ਼ਿੰਦਗੀ ਤੋਂ ਵੱਡਾ ਕੁਝ ਨਹੀਂ ਤੇ ਜਿੱਥੇ ਕਮੀ ਹੈ ਜਿੱਥੇ ਗਲਤੀ ਹੈ ਮੈਂ ਮੈਂ ਸਾਫ਼ ਤੇ ਸਪਸ਼ਟ ਕਹਿਣਾ ਮੇਰਾ ਆਪਣਾ ਮੇਰਾ ਹਾਲਤ ਵਾਲਾ ਮੇਰਾ ਪਰਿਵਾਰ ਮੇਰੀਆਂ ਰਿਸ਼ਤੇਦਾਰੀਆਂ ਮੇਰੇ ਸੱਜਣ ਮਿੱਤਰ ਮੇਰਾ ਪਿੰਡ ਮੇਰਾ ਪੰਜਾਬ ਜਿਹੜਾ ਮੇਰਾ ਘਿਰਾਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਸੀਂ ਕਲੀਅਰ ਹਾਂ ਅਸੀਂ ਕਲੀਅਰ ਕਟ ਹਰ ਚੀਜ਼ ਦੇ ਵਿੱਚ ਕਿ ਸਾਨੂੰ ਕਾਰ ਚਾਹੀਦੀ ਹੈ ਅਸੀਂ ਕਲੀਅਰ ਹਾਂ ਅਸੀਂ ਕੈਨੇਡਾ ਜਾਣਾ ਅਸੀਂ ਕਲੀਅਰ ਹਾਂ ਕਿ ਸਾਨੂੰ ਸਰਕਾਰੀ ਨੌਕਰੀ ਚਾਹੀਦੀ ਹੈ ਅਸੀਂ ਕਲੀਅਰ ਹਾਂ ਕਿ ਸਾਡਾ ਕਮਾਲ ਦਾ ਘਰ ਹੋਣਾ ਚਾਹੀਦਾ ਅਸੀਂ ਕਲੀਅਰ ਹਾਂ ਕਿ ਕੁਝ ਲੀਡਰਾਂ ਦੇ ਨਾਲ ਸਾਡੀ ਜਾਣ ਪਹਿਚਾਣ ਚਾਹੀਦੀ ਹੈ ਅਸੀਂ ਸਪਸ਼ਟ ਹਾਂ ਕਿ ਅਸੀਂ ਚੰਗੇ ਕੱਪੜੇ ਪਾਉਣੇ ਆ ਅਸੀਂ ਸੋਹਣੇ ਲੱਗਣੇ ਚਾਹੀਦੇ ਆ ਦੁਨੀਆ ਦਾ ਧਿਆਨ ਸਾਡੇ ਤੇ ਚਾਹੀਦਾ ਅਸੀਂ ਬੜੇ ਸਪਸ਼ਟ ਹਾਂ ਇਹ ਅਸੀਂ ਗਵੰਡੀਆਂ ਤੋਂ ਉੱਪਰ ਚਾਹੀਦੇ ਆ ਅਸੀਂ ਬਹੁਤ ਕਲੀਅਰ ਆ ਕਿ ਲੋਕ ਸਾਡੀ ਪ੍ਰੇਜ਼ ਕਰਨ ਲੋਕ ਸਾਡੀ ਸ਼ਲਾਘਾ ਕਰਨ ਪਰ ਅਸੀਂ ਨਾ ਕਿਸੇ ਦੀ ਸ਼ਲਾਘਾ ਕਰੀਏ ਅਸੀਂ ਯਾਨੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ અપਵਾਦ ਨਹੀਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਸਾਡੀ ਕੋਈ ਦੁਬਧਾ ਨਹੀਂ ਹੈ ਕਿਸੇ ਤਰ੍ਹਾਂ ਦੀ ਅਸੀਂ ਬੜੇ ਸਪਸ਼ਟ ਆ ਕਿ ਜੇ ਦੂਸਰੇ ਦੇ ਘਰ ਦੇ ਵਿੱਚ ਅੱਗ ਲੱਗਦੀ ਆ ਤੇ ਸਾਨੂੰ ਹਾਸਾ ਆਉਂਦਾ ਜਿੱਥੇ ਮੈਂ ਗਲਤ ਹੋਇਆ ਸੰਧਾਲੀਆ ਸਾਹਿਬ ਮੈਨੂੰ ਰੋਕ ਦਿਓ ਅਸੀਂ ਬਹੁਤ ਸਪਸ਼ਟ ਆ ਕਿ ਅਸੀਂ ਜ਼ਮੀਨ ਖਰੀਦਣੀ ਹੈ ਅਸੀਂ ਘਰ ਬਣਾਉਣਾ ਅਸੀਂ ਕਾਰ ਲੈਣੀ ਹੈ ਅਸੀਂ ਸਭ ਕੁਝ ਕਰਨਾ ਤੇ ਉਹਦੇ ਵਿੱਚ ਬਹੁਤਾ ਪ੍ਰਭਾਵ ਇਸ ਕਰਕੇ ਹੁੰਦਾ ਕਿ ਅਸੀਂ ਦੂਸਰੇ ਨੂੰ ਦਿਖਾਉਣਾ ਹੈ ਅਸੀਂ ਨਮਾਇਸ਼ ਕਰਨੀ ਹੈ ਅਸੀਂ ਸਪਸ਼ਟ ਪਰ ਅਸੀਂ ਬਹੁਤ ਘੱਟ ਸੋਚਦੇ ਹਾਂ ਮੈਂ ਪ੍ਰਾਈਮਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਤੋਂ ਟਿੱਪਣੀਆਂ ਵੀ ਚਾਹੁੰਦਾ ਹਾਂ ਅਸੀਂ ਬਹੁਤ ਘੱਟ ਸੋਚਦੇ ਹਾਂ ਕਿ ਭਾਈ ਅਸੀਂ ਦੁਨੀਆ ਦੇ ਵਿੱਚ ਅਸੀਂ ਆਏ ਕੀ ਕਰਨਾ ਸਾਡੀ ਅਸਲੀ ਖੁਸ਼ੀ ਕਿੱਥੇ ਹੈ ਸਾਨੂੰ ਆਪਣੀ ਪਰਿਭਾਸ਼ਾ ਨਹੀਂ ਪਤਾ ਹੁੰਦੀ ਸਾਨੂੰ ਆਪਣੀ ਜਾਨ ਪਹਿਚਾਣ ਨਹੀਂ ਹੁੰਦੀ ਮੈਨੂੰ ਨਹੀਂ ਪਤਾ ਮੈਂ ਕੀ ਹਾਂ ਮੈਨੂੰ ਖਬਰਾਂ ਚ ਖੁਸ਼ੀ ਲੱਭਦੀ ਹੈ ਮੈਨੂੰ ਟੀਵੀ ਪ੍ਰੋਗਰਾਮ ਕਰਕੇ ਖੁਸ਼ੀ ਲੱਭਦੀ ਹੈ ਮੈਨੂੰ ਯਾਤਰਾ ਕਰਕੇ ਖੁਸ਼ੀ ਲੱਭਦੀ ਹੈ ਮੈਨੂੰ ਪਰਿਵਾਰ ਚ ਬੈਠ ਕੇ ਖੁਸ਼ੀ ਲੱਭਦੀ ਹੈ ਮੇਰਾ ਅੰਤ ਕਿੱਥੇ ਹੈ ਤੁਸੀਂ ਇਹ ਦੇਖੋ ਬੰਦੇ ਦੇ ਲਈ ਸਭ ਤੋਂ ਉੱਤਮ ਚੀਜ਼ ਕੀ ਹੁੰਦੀ ਹੈ ਸਾਡੀ ਸਿਹਤ ਸਾਡੀ ਹੈਲਥ ਕਿ ਸਾਡੀ ਸਿਹਤ ਠੀਕ ਹੋਊਗੀ ਅਸੀਂ ਟੀਵੀ ਦੇਖਾਂਗੇ ਸਾਡੀ ਸਿਹਤ ਠੀਕ ਹੋਊਗੀ ਅਸੀਂ ਕਾਰ ਝੂਟ ਲਾਂਗੇ ਸਾਡੀ ਸਿਹਤ ਠੀਕ ਹੋਊਗੀ ਅਸੀਂ ਹਵਾਈ ਜਹਾਜ਼ ਦੇ ਵਿੱਚ ਯਾਤਰਾ ਕਰ ਲਾਂਗੇ ਸਾਡੀ ਸਿਹਤ ਠੀਕ ਹੋਏਗੀ ਅਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਭੰਗੜੇ ਪਾ ਲਾਂਗੇ ਜੇ ਸਾਡੀ ਸਿਹਤ ਹੀ ਨਾ ਠੀਕ ਹੋਈ ਅਸੀਂ ਕੁਝ ਵੀ ਇਹ ਸਭ ਤੋਂ ਵੱਧ ਖਰਾਬ ਕੀ ਹੈ ਸਾਡੀ ਸਿਹਤ ਹੁਣ ਜਿਹੜਾ ਭਾਈਚਾਰਾ ਆਪਣੀ ਸਭ ਤੋਂ ਮੁਢਲੀ ਚੀਜ਼ ਦੇ ਪ੍ਰਤੀ ਵਿਸਲਾ ਹੈ ਅਸੀਂ ਕਦੇ ਪਹਿਚਾਣ ਹੀ ਨਹੀਂ ਕੀਤੀ ਜਿਹੜੀਆਂ ਬੀਬੀਆਂ ਘਰ ਦੇ ਵਿੱਚ ਕੰਮ ਕਰਦੀਆਂ ਉਹ ਕਹਿੰਦੇ ਸਾਨੂੰ ਐਕਸਰਸਾਈਜ਼ ਦੀ ਲੋੜ ਨਹੀਂ ਸਾਡੀ ਤਾਂ ਸਾਰੀ ਢਾੜੀ ਧੋਰ ਤੋਂ ਬਥੇਰੀ ਹੋ ਜਾਂਦੀ ਹੈ ਜਿਹੜਾ ਬੰਦਾ ਖੇਤ 'ਚ ਕੰਮ ਕਰਦਾ ਦਫ਼ਤਰ ਦੇ ਵਿੱਚ ਕੰਮ ਕਰਦਾ ਉਹ ਕਹਿੰਦਾ ਮਾਗੀ ਤਾਂ ਸਾਰੀ ਢਾੜੀ ਦਫ਼ਤਰ ਦੇ ਵਿੱਚ ਚੱਟ ਲੈਂਦੇ ਆ ਤੇ ਹੁਣ ਤੁਸੀਂ ਸਾਨੂੰ ਸਲਾਹਾਂ ਦੇਨੇ ਕਿ ਐਕਸਰਸਾਈਜ਼ ਕਰੋ ਯਾਨੀ ਅਸੀਂ ਕਿਤੇ ਵੀ ਆਪਣੇ ਆਪ ਦੇ ਪ੍ਰਤੀ ਆਪਣੇ ਆਲੇ ਦੁਆਲੇ ਦੇ ਪ੍ਰਤੀ ਸਹਿਰਦ ਨਹੀਂ ਹੈਗੇ ਤਾਂ ਨਾ ਸਾਨੂੰ ਹੂਣ ਦਿੱਤਾ ਜਾ ਰਿਹਾ ਹੈ ਜੀ ਬੱਚੇ ਨੇ ਸਾਡੇ ਮੈਂ ਹੈਰਾਨ ਹੋ ਜਾਂਦਾ ਕਈ ਵਾਰ ਸਾਡੇ ਬੱਚੇ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਗਵਾਂਡੀਆਂ ਦੇ ਸਾਡੇ ਆਸ-ਪਾਸ ਰਿਸ਼ਤੇਦਾਰੀਆਂ ਦੇ ਵਿੱਚ ਪਿੰਡ ਦੇ ਵਿੱਚ ਸਾਡੇ ਸਰਕਲ ਦੇ ਵਿੱਚ ਅਸੀਂ ਆਪਣੇ ਬੱਚਿਆਂ ਦੇ ਪ੍ਰਤੀ ਕੀ ਸੋਚਦੇ ਹਾਂ ਸਾਡੇ ਟਾਰਗੇਟ ਕੀ ਨੇ ਅਸੀਂ ਸਾਹਮਣੇ ਦੇਖਦੇ ਹਾਂ ਕਿ ਜਦੋਂ ਪੈਸਾ ਤੇ ਲਾਭ ਬਹੁਤ ਆ ਜਾਂਦਾ ਤੇ ਕਈ ਵਾਰੀ ਬੱਚੇ ਬਾਤ ਪੁੱਛਣੋਂ ਹਟ ਜਾਂਦੇ ਆ ਪਰਿਵਾਰ ਕੰਲੇ ਰਹਿ ਜਾਂਦੇ ਆ ਅਸੀਂ ਫੇਰ ਵੀ ਨਿਆਣੇ ਨੂੰ ਮਸ਼ੀਨ ਬਣਾਉਣ ਦੇ ਵਿੱਚ ਸਾਰਾ ਜ਼ੋਰ ਲਾਇਆ ਹੋਇਆ ਕਿ ਪੁੱਤ ਤੀ ਇਹ ਤੂੰ ਪੜਨਾ ਤੂੰ 10ਵੀਂ ਚ ਨੰਬਰ ਲੈ ਲੈ ਤੂੰ 12ਵੀਂ ਚ ਨੰਬਰ ਲੈ ਲੈ ਤੂੰ ਡਾਕਟਰ ਬਣਨਾ ਤੂੰ ਨਰਸ ਬਣਨਾ ਤੂੰ ਆਹ ਬਣਨਾ ਯਾਨੀ ਸਾਡੇ ਤਾਂ ਬੱਚਿਆਂ ਦੇ ਲਈ ਕਿਤੇ ਵੀ ਅਸੀਂ ਕਿਦਾਂ ਕਰਦੇ ਆ ਨਰਸਿੰਗ ਚ ਪੈਸਾ ਬਹੁਤ ਹੈ ਐਸਸੀ ਵਿੱਚ ਪੈਸਾ ਬਹੁਤ ਹੈ ਆਈਟੀ ਦੇ ਵਿੱਚ ਪੈਸਾ ਬਹੁਤ ਹੈ ਸਾਡੇ ਲਈ ਸ਼ੌਕ ਦਾ ਮੁੱਲ ਹੀ ਹੈ ਨਹੀਂ ਸਾਨੂੰ ਇਸ ਚੀਜ਼ ਦੀ ਜਗਿਆਸਾ ਹੀ ਹੈ ਨਹੀਂ ਕਿ ਸਾਡੀ ਰੁਚੀ ਕੀ ਹੈ ਤੇ ਜਦੋਂ ਅਸੀਂ ਗੈਰੰਟੀ ਵਾਲੀਆਂ ਚੀਜ਼ਾਂ ਦੇ ਵਿੱਚ ਜਾਂਦੇ ਆ ਤਾਂ ਫਿਰ ਸੰਤੁਸ਼ਟੀ ਖਤਮ ਹੋ ਜਾਂਦੀ ਹੈ ਇਸ ਸਾਰੀਆਂ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਪਤਾ ਲਾਉਣੀਆਂ ਪੈਣਗੀਆਂ ਸਾਨੂੰ ਹਰ ਚੀਜ਼ ਦਾ ਮੁੱਲ ਪਤਾ ਸਾਨੂੰ ਹਰ ਚੀਜ਼ ਦੀ ਪਰਿਭਾਸ਼ਾ ਪਤਾ ਪਰ ਆਪਣੀ ਆਪਣੇ ਭਵਿੱਖ ਦੀ ਤੇ ਆਪਣੀ ਜ਼ਿੰਦਗੀ ਦੀ ਪਰਿਭਾਸ਼ਾ ਪਤਾ ਹੀ ਨਹੀਂ ਸੰਤੁਸ਼ਟੀ ਖਤਮ ਹੋ ਗਈ ਅਸੀਂ ਜੋ ਹੁੰਦੇ ਸੀ ਆਪਣਾ ਕੈਰੈਕਟਰ ਗਵਾ ਲਿਆ ਅਸੀਂ ਆਪਣਾ ਖਾਸਾ ਗਵਾ ਲਿਆ ਤੇ ਅੱਜ ਉਹ ਘਟਨਾਵਾ ਉਹਦਾ ਸੇਟਾ ਇਹਦੇ 'ਚ ਇਹ ਗੱਲ ਬਿਲਕੁਲ ਠੀਕ ਕੀਤੀ ਤੁਸੀਂ WhatsApp ਕੇ ਬੰਦਾ ਨਾ ਪਹਿਲਾਂ ਤੇ ਇਸ ਚੀਜ਼ ਬਾਰੇ ਸੋਚੇ ਇੱਕ ਵਾਰ ਫਿਰ ਤੋਂ ਕਈ ਵਾਰਾਂ ਅਸੀਂ ਗੱਲਾਂ ਕੀਤੀਆਂ ਅਸੀਂ ਸੋਚਦੇ ਹੁੰਨੇ ਸੀ ਚਲੋ ਜਿਹੜੇ ਵੀ ਆ ਸਟੂਡੈਂਟ ਉਥੇ ਪੈਣਪਰਾ ਗਏ ਆ ਚਲੋ ਸਾਡੇ ਨਿੱਕੇ ਪੈਣਪਰਾ ਆ ਜਾਂ ਕੁਝ ਬਰਾਬਰ ਦੀ ਵੀ ਹੋ ਸਕਦੀ ਜਿਹੜੇ ਪਹਿਲਾਂ ਦੇ ਗਏ ਆ ਹਾਂ ਜੇ ਕੋਈ ਹੋਰ ਵੀ ਸੁਣਦਾ ਦੇਖਦਾ ਹੋਵੇ ਨਾ ਤੇ ਅਸੀਂ ਇਹ ਬੇਨਤੀ ਕਰਦੇ ਹੁੰਨੇ ਆ ਕਿ ਜਿਹੜੀ ਆਡੈਂਟੀਟੀ ਹੈ ਨਾ ਜੀ ਹੋ ਸਕਦਾ ਹੈ ਕਿ ਤੁਸੀਂ ਕੋਈ ਵੀ ਚੀਜ਼ ਖਰੀਦੋ ਮੰਨ ਲਓ ਜੇ ਤੁਸੀਂ ਗੱਡੀ ਲੈ ਲਈ ਤੇ ਉਹਦੇ ਪਿੱਛੇ ਵੀ ਤੁਸੀਂ ਗੋਤ ਲਖਾ ਲਈਨੋ ਜਾਂ ਕੀਰਾਂ ਨਾਂ ਲਖਾ ਲਈਨੋ ਆਪਣਾ ਘਰ ਆ ਤੇ ਉਹਦੇ ਬਾਹਰ ਵੀ ਇੱਕ ਪਲੇਟ ਲਾ ਲਈਨੋ ਵੀ ਫਲਾਨਿਆਂ ਦਾ ਨਿਵਾਸ ਹੈ ਇਹ ਜੇ ਮੰਨ ਲਓ ਤੁਹਾਡਾ ਫੋਨ ਨੰਬਰ ਆ ਜਾਂ ਉਹਦੇ ਤੇ ਕੋਈ ਸਟੇਟਸ ਲਾਉਣਾ ਤੇ ਉਹਦੇ ਤੇ ਵੀ ਤੁਸੀਂ ਆਪਣਾ ਨਾਂ ਇੱਕ ਵੱਖਰੇ ਢੰਗ ਤਰੀਕੇ ਨਾਲ ਲਿਖਦੇ ਹੋ ਸੋਸ਼ਲ ਮੀਡੀਆ ਤੇ ਕੋਈ ਆਈਡੀ ਹੋਵੇ ਤੇ ਉੱਤੇ ਵੀ ਇੱਕ ਵੱਖਰਾ ਨਾਂ ਹੁੰਦਾ ਕਦੀ ਸੋਚਿਆ ਵੀ ਜਿਹੜਾ ਨਾਂ ਆ ਉਹ ਕਿਹੜੀ ਚੀਜ਼ ਦਾ ਉਹ ਨਾਂ ਹਵਾ 'ਚ ਨਹੀਂ ਹੈਗਾ ਉਹ ਨਾਂ ਆ ਇਹ ਜਿਹੜਾ ਸਰੀਰ ਤੁਹਾਡੇ ਸਾਹਮਣੇ ਆ ਤੇ ਇਹ ਜਿਹੜਾ ਪੰਜ ਤਤਾਂ ਦਾ ਪੁਤਲਾ ਹੈ ਨਾ ਇਹਦਾ ਨਾਂ ਆ ਅਸਲ ਦੇ ਵਿੱਚ ਤੇ ਜੇ ਇਹ ਚੱਲਦਾ ਰਹੂਗਾ ਇਹ ਐਗਜ਼ਿਸਟ ਕਰਦਾ ਰਹੂਗਾ ਇਹ ਦੁਨੀਆ ਤੇ ਰਹੂਗਾ ਤੇ ਉਹ ਨਾਂ ਵੀ ਉੱਥੇ ਰਹਿਣਾ ਤੇ ਜੇ ਆਪਾਂ ਨੂੰ ਇਹ ਜਾਪਦਾ ਵੀ ਨਾਂ ਆਪਣੇ ਤੌਰ ਦੇ ਉੱਪਰ ਚੱਲਦਾ ਰਹੇ ਤੇ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਭ ਤੋਂ ਵੱਡਾ ਵਿਆਮ ਆ ਸੋ ਸਾਡੀ ਹੱਥ ਬਨ ਕੇ ਬੇਨਤੀ ਆ ਕਿ ਪਹਿਲਾਂ ਜ਼ਰੂਰ ਆਪਣੇ ਆਪ ਨੂੰ ਆਪਣੇ ਵਿੱਤੀ ਹਾਲਾਤਾਂ ਨੂੰ ਆਪਣੇ ਆਲੇ ਦੁਆਲੇ ਨੂੰ ਆਪਣੇ ਆਸੇ ਪਾਸੇ ਨੂੰ ਆਪਣੇ ਰਿਸ਼ਤੇਦਾਰੀਆਂ ਭਾਈਚਾਰੇ ਨੂੰ ਦੇਖਿਆ ਕਰੋ ਉਦੋਂ ਬਾਅਦ ਕਿਸੇ ਪਾਸੇ ਸਟੈਪ ਲਿਆ ਕਰੋ ਇਸ ਕੇਸ ਦੇ ਵਿੱਚ ਜਿਹੜਾ ਕਿ ਹੋਇਆ ਕਿ ਵੀ ਨੌਜਵਾਨ ਜਿਹੜਾ ਸੀ ਉਹ ਲੱਗਿਆ ਪੀ ਯਾਰ ਮੈਂ ਗੱਡੀ ਵੱਡੀ ਲੈ ਲਈ ਕਿਸ਼ਤਾਂ ਨਹੀਂ ਦਿੱਤੀਆਂ ਜਾਣੀਆਂ ਇੰਸ਼ੋਰੈਂਸ ਦਾ ਵੱਖਰਾ ਦੇਣਾ ਪੈਣਾ ਤੇ ਉਹ ਮੈਂ ਤਾਂ ਕਰਜ਼ੇ 'ਚ ਆ ਗਿਆ ਤੇ ਮੈਂ ਇਸ ਪਾਸੇ ਤੁਰ ਪਾ ਤੁਸੀਂ ਇਹ ਦੇਖੋ ਜੇ ਕੋਈ ਤੀਸਰਾ ਬੰਦਾ ਸੁਣੇ ਤੇ ਉਹ ਇਹ ਕਹੂਗਾ ਕਿ ਪੰਜਾਬ ਦੀ ਇੱਕ ਪੀੜ੍ਹੀ ਜਿਹੜੀ ਕਿਸ ਤੋਂ ਪਿਛਲੀ ਸੀ ਜਾਂ ਹੁਣ ਵੀ ਆਪਾਂ ਕਈ ਥਾਵਾਂ ਤੇ ਇੱਕਾ ਦੁਕਾ ਘਟਨਾਵਾਂ ਸੁਣ ਲੈਣੇ ਆ ਕਿ ਇੱਕ ਪੀੜ੍ਹੀ ਪੰਜਾਬ ਦੀ ਕਿਸਾਨੀ ਦੇ ਵਿੱਚ ਕਰਜ਼ਾ ਲੈ ਬੈਠੀ ਤੇ ਕਰਜ਼ਾ ਉਹਦੇ ਕੋਲੋਂ ਮੋੜਿਆ ਨਹੀਂ ਗਿਆ ਇਸ ਕਰਕੇ ਬਾਪ ਜਿਹੜਾ ਸੀ ਉਹ ਖੁਦਕੁਸ਼ੀ ਕਰ ਗਿਆ ਤੇ ਹੁਣ ਆਪਾਂ ਨੂੰ ਜੇ ਕੋਈ ਆਖੇ ਵੀ ਉਹ ਕਰਜ਼ਾ ਲਾਉਣ ਦੇ ਲਈ ਇੱਕ ਚੰਗੇ ਭੁੱਖੇਲੀ ਬੰਦਾ ਸੱਤ ਸਮੁੰਦਰੋਂ ਪਾਰ ਗਿਆ ਤੇ ਉੱਥੇ ਉਹਦੇ ਤੇ ਕਾਰ ਦਾ ਕਰਜ਼ਾ ਚੜ ਗਿਆ ਤੇ ਉਹਨਾਂ ਲੱਗਿਆ ਵੀ ਆ ਮੇਰੇ ਕੋਲੋਂ ਮੋੜਿਆ ਨਹੀਂ ਜਾਣਾ ਤੇ ਉਹਨੇ ਖੁਦਕੁਸ਼ੀ ਕਰ ਲਈ ਇਹ ਜਦ ਤੋ ਤੀਸਰਾ ਬੰਦਾ ਕੋਈ ਜਿਹੜਾ ਪੰਜਾਬੀਆਂ ਨੂੰ ਜਾਣਦਾ ਨਹੀਂ ਪੰਜਾਬੀਆਂ ਦੇ ਖਾਸੇ ਤੋਂ ਵਾਕਿਫ ਨਹੀਂ ਉਹ ਸੁਣੂਗਾ ਤੇ ਉਹ ਕੀ ਮਹਿਸੂਸ ਕਰੂਗਾ ਸਾਡੇ ਬਾਰੇ ਇਹ ਇੱਕ ਬਹੁਤ ਵੱਡਾ ਸਵਾਲ ਆ ਸੋ ਸਾਡੀ ਹੱਥ ਬਨ ਕੇ ਬੇਨਤੀ ਆ ਕੋਈ ਦੁਨੀਆ ਦੀ ਐਸੀ ਮੁਸ਼ਕਲ ਨਹੀਂ ਬਣੀ ਜਿਹੜੀ ਬੰਦੇ ਨੂੰ ਡੇਕ ਸਕੇ ਜੇ ਬੰਦਾ ਆਪਣੇ ਆਪ ਨਾਲ ਡਗੇ ਤਾਂ ਸਿੰਪਲ ਜੀ ਗੱਲ ਆ ਕਰਜ਼ਾ ਕੋਈ ਗੱਲ ਨਹੀਂ ਲੱਤ ਜੂ ਜੇ ਸਾਹ ਪ੍ਰਾਣ ਚੱਲਦੇ ਰਹਿਣਗੇ ਬੰਦਾ ਤੁਰਦਾ ਰਹੂਗਾ ਤੇ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪੈਸਾ ਹੱਥਾਂ ਦੀ ਮੈਲਿਆ ਅੱਜ ਘੱਟ ਹੋ ਸਕਦਾ ਕੱਲ ਨੂੰ ਵੱਧ ਜਾਊਗਾ ਤੇ ਜਿਹਦੇ ਕੋਲੇ ਅੱਜ ਅੰਤਾਂ ਦਾ ਹੋ ਸਕਦਾ ਵੀ ਕੱਲ ਨੂੰ ਉਹਦੇ ਕੋਲੇ ਕੁਝ ਵੀ ਨਾ ਹੋਵੇ ਪਾਟ ਸਾਹਿਬ ਆ 2 ਦਿਨ ਪਹਿਲਾਂ ਖਬਰ ਵੀ ਸੀ ਨਾ ਉਸ ਹਾਰਾ ਦੇ ਜਿਹੜੇ ਮਾਲਕ ਸੀ ਸੁਬਰਤ ਰੌਏ ਹਰੀ ਉਹ ਬੰਦੇ ਕੋਲੇ ਕਿੰਨਾ ਕੁ ਸੀਗਾ ਮੇਰਾ ਖਿਆਲ ਚੈਨਲ ਤੇ ਹੋਰ ਕਈ ਕੁਸ਼ ਮੇਰਾ ਖਿਆਲ 10 12 ਸਾਲ ਤੇ ਉਹ ਜਿਹੜਾ ਸਹਾਰਾ ਦਾ ਨਾਮ ਸੀ ਉਹ ਇੰਡੀਅਨ ਟੀਮ ਜਿਹੜੀ ਕ੍ਰਿਕਟ ਟੀਮ ਉਹਦੀ ਜਰਸੀ ਤੇ ਰਿਆ ਹੌਕੀ ਦੀ ਤੇ ਵੀ ਰਿਆ ਕਿਸ ਲੈਵਲ ਦਾ ਬ੍ਰਾਂਡ ਸੀ ਤੇ ਬਾਅਦ ਦੇ ਵਿੱਚ ਬੰਦੇ ਦੀ ਜਿਹੜੀ ਮਗਰਲੀ ਉਮਰ ਹੈ ਉਹ ਜੇਲ੍ਹ ਚ ਲੰਗੀ ਤੇ ਜਦੋਂ ਉਹ ਬੰਦਾ ਦੁਨੀਆ ਤੋਂ ਰੁਖਸਤ ਹੋ ਗਿਆ ਤੇ ਉਹ ਆਪਣੇ ਨਾਲ ਇੱਕ ਸੂਈ ਵੀ ਨਹੀਂ ਲੈ ਕੇ ਗਿਆ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਜਿਹੜੀ ਚੀਜ਼ ਪਿੱਛੇ ਬੰਦਾ ਦੌੜਦਾ ਰਹਿੰਦਾ ਜੋ ਕੁਝ ਬਣਾਉਂਦਾ ਰਹਿੰਦਾ ਇਹ ਨਾਂ ਪਿੱਛੇ ਦੌੜਿਆ ਸੀ ਤੇ ਮਗਰੋਂ ਜਦੋਂ ਜੇਲ੍ਹ ਯਾਤਰਾ ਹੋ ਗਈ ਉਹ ਨਾਂ ਕਿੱਥੇ ਗਿਆ ਤੇ ਹੁਣ ਜਦੋਂ ਦੁਨੀਆ ਤੋਂ ਰੁਖਸਤ ਹੋ ਗਿਆ ਤੇ ਉਦੋਂ ਬਾਅਦ ਨਾਲ ਕੀ ਚਲੇਗਾ ਜਿਹਦਾ ਕਰਕੇ ਸਾਰਾ ਕੁਝ ਕੀਤਾ ਸੀ ਇਹ ਥੋੜਾ ਜਿਹਾ ਵੱਖ ਹੋਣ ਦੀ ਲੋੜ ਆ ਆਪਾਂ ਨੂੰ ਇਹ ਇਸ ਕਰਕੇ ਮੈਂ ਗੱਲ ਕੀਤੀ ਕਿਉਂਕਿ ਹੋਰ ਕੋਈ ਇਸਰਾਏ ਨਾ ਤੁਰਪੂਏ ਆਪਾਂ ਦਿਲ ਨਾ ਛੱਡ ਜਾਈਏ ਐਵੇਂ ਨਗੂਣੀਆਂ ਪੈਸੇ ਥੇਲੇ ਦੀਆਂ ਗੱਲਾਂ ਪਿੱਛੇ ਸੋ ਬਿਲਕੁਲ ਇੰਨਾਂ ਚੀਜ਼ਾਂ ਨੂੰ ਦਿਲ ਤੇ ਲਾਉਣ ਦੀ ਲੋੜ ਨਹੀਂ ਹੈਗੀ ਇਹ ਸਾਰਾ ਕੁਝ ਚੱਲਦਾ ਰਹਿੰਦਾ ਮੇਨ ਗੱਲ ਇਹ ਯਾਦ ਰੱਖਣੀ ਵੀ ਬੰਦੇ ਦਾ ਕੰਮ ਆ ਜੀਂਦੇ ਰਹਿਣਾ ਮਿਹਨਤ ਕਰਨੀ ਤੇ ਅੱਗੇ ਵਧਣਾ ਇੱਕ ਸੰਧ ਆਖਰੀ ਗੱਲ ਕਹਿਣੀ ਹੈ ਸਾਡੀ ਜ਼ਿੰਦਗੀ ਦਾ ਅਸਲੇ ਸਭ ਤੋਂ ਅਹਿਮ ਅੰਗ ਕੀ ਹੈ ਮੋਬਾਈਲ ਸੈਲ ਫੋਨ ਮੋਬਾਈਲ ਫੋਨ ਦੇ ਆਸਰੇ ਅਸੀਂ ਉੱਠਦੇ ਹਾਂ ਮੋਬਾਈਲ ਫੋਨ ਦੇ ਆਸਰੇ ਅਸੀਂ ਜਿਹੜਾ ਉਹ ਸੌਂਨੇ ਆ ਮੋਬਾਈਲ ਫੋਨ ਦੇ ਆਸਰੇ ਅਸੀਂ ਸਫ਼ਰ ਕਰਦੇ ਹਾਂ ਮੋਬਾਈਲ ਫੋਨ ਦੇ ਆਸਰੇ ਅਸੀਂ ਪਰਿਵਾਰ ਤੇ ਨਾਲ ਬਾਕੀਆਂ ਦੇ ਨਾਲ ਇੰਟਰਕਟ ਰਹਿੰਦੇ ਹਾਂ ਮੋਬਾਈਲ ਫੋਨ ਦੇ ਵਿੱਚ ਕੋਈ ਵੀ ਦਿੱਕਤ ਆ ਜਵੇ ਅਸੀਂ ਕੀ ਕਰਦੇ ਹਾਂ ਕੋਈ ਦਿੱਕਤ ਆ ਜਵੇ ਮੋਬਾਈਲ ਫੋਨ ਸਲੋ ਹੋ ਜਵੇ ਨੰਬਰ ਡਾਇਲ ਨਾ ਹੋਵੇ ਕੋਈ ਦਿੱਕਤ ਆ ਜਵੇ ਉਹਨੂੰ ਕਹਿੰਦੇ ਰੀਸਟਾਰਟ ਬੰਦ ਕਰਕੇ ਦੁਬਾਰਾ ਔਨ ਕਰਨਾ ਰੀਸਟਾਰਟ ਕਰੋ ਜੀ ਇੱਕ ਵਾਰੀ ਐ ਝਟਕਾ ਜਿਹਾ ਦਿਓ ਜੀ ਉਹਨੂੰ ਇੱਕ ਵਾਰੀ ਜੇ ਸਾਨੂੰ ਇਹ ਚੰਗੇ ਤਰੀਕੇ ਪਤਾ ਹੈ ਕਿ ਜੇ ਮੋਬਾਈਲ ਦੇ ਵਿੱਚ ਕੋਈ ਦਿੱਕਤ ਆ ਗਈ ਅਸੀਂ ਚਾਕੇ ਕੰਧ 'ਚ ਮਾਰਦੇ ਆਂ ਅਸੀਂ ਮੋਬਾਈਲ ਛੱਪੜ 'ਚ ਸੁੱਟ ਦਿੰਨੇ ਆਂ ਅਸੀਂ ਮੋਬਾਈਲ ਨੂੰ ਅੱਖ ਲਾ ਦਿੰਨੇ ਆਂ ਕਿਤੇ ਅਸੀਂ ਮੋਬਾਈਲ ਨੂੰ ਕਿਤੇ ਖੂਚ ਸਿੱੜ ਦਿੰਨੇ ਆਂ ਕਿ ਭਾਈ ਇਹ ਇਹਦਾ ਹੁਣ ਕੋਈ ਕੰਮ ਨਹੀਂ ਰਹਿ ਗਿਆ ਅਸੀਂ ਰੀਸਟਾਰਟ ਕਰਦੇ ਆਂ ਨਾ ਅਸੀਂ ਯਤਨ ਕਰਦੇ ਆਂ ਨਾ ਕਿ ਭਾਈ ਕੋਈ ਗੱਲ ਨਹੀਂ ਮੰਨ ਲਓ ਜੇ ਬਹੁਤ ਕੁਝ ਹੋ ਜਵੇ ਅਸੀਂ ਕਈ ਵਾਰੀ ਉਹ ਕਹਿੰਦੇ ਜੀ ਤੁਹਾਡਾ ਡਾਟਾ ਉੱਡ ਜਾਣਾ ਤੁਹਾਡਾ ਮੋਬਾਈਲ ਅਸੀਂ 10 15 20 ਮਿੰਟ ਸੋਚਦੇ ਆਂ ਅਹਿਮ ਫੋਟੋ ਸੀ ਯਾਰ ਵੀਡੀਓ ਸੀ ਜ਼ਿੰਦਗੀ ਦੀਆਂ ਜਿਹੜੀਆਂ ਉਹ ਯਾਦਾਂ ਉਹਦੇ ਵਿੱਚ ਪਈਆਂ ਸੀ ਬਹੁਤ ਸਾਰੇ ਡਾਕੂਮੈਂਟ ਸੀ ਪਰ ਇਹਦੇ باوجود ਵੀ ਅਸੀਂ ਕਦੇ ਵੀ ਇਹ ਨਹੀਂ ਕਹਿੰਦੇ ਕਿ ਭਾਈ ਕੋਈ ਗੱਲ ਨਹੀਂ ਫਿਰ ਕਹਿੰਦਾ ਚਲ ਫਾਰਮੈਟ ਮਾਰਦੇ ਯਾਰ ਫੋਨ ਚੱਲਣਾ ਚਾਹੀਦਾ ਜੇ ਸਾਡੇ ਨਾਲ ਬਹੁਤ ਗਲਤ ਹੋ ਗਿਆ ਸੀ ਵਿੱਤੀ ਤੌਰ ਤੇ ਨੁਕਸਾਨ ਚਲੇ ਗਿਆ ਸਾਡੀ ਜ਼ਿੰਦਗੀ ਦੇ 5 7 ਸਾਲ ਖਰਾਬ ਹੋ ਗਿਆ ਸਾਡਾ ਕਾਰੋਬਾਰ ਤਬਾਹ ਹੋ ਗਿਆ ਸਾਡੇ ਪਰਿਵਾਰ ਦੇ ਵਿੱਚ ਕੋਈ ਮੁਸ਼ਕਲ ਆ ਗਈਆਂ ਅਸੀਂ ਰੀਸਟਾਰਟ ਕਿਉਂ ਨਹੀਂ ਕਰ ਸਕਦੇ ਹੈਲਦੀ ਤਰੀਕੇ ਦੇ ਨਾਲ ਅਸੀਂ ਰੀਸਟਾਰਟ ਕਰੀਏ ਆਪਣੇ ਆਪ ਨੂੰ ਅਸੀਂ ਖਤਮ ਥੋੜੀ ਹੋ ਸਕਦੀਆਂ ਆ ਗਾਜ਼ਾ ਪੱਟੀ ਦੇ ਕਿਤੇ ਸਾਰੇ ਲੋਕਾਂ ਨੇ ਸੁਸਾਈਡ ਕਰ ਲਿਆ ਜੇ ਅਸੀਂ ਵਿੱਤੀ ਤੌਰ ਤੇ ਤੰਗ ਆ ਸਾਡੇ ਸਰਕਾਰਾਂ ਚੜ ਗਿਆ ਸਾਡੀਆਂ ਕਾਰਾਂ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾਂਦੀਆਂ ਸਾਡੇ ਕਾਗਜ਼ ਪੱਤਰ ਨਹੀਂ ਬਣਦੇ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਅਸੀਂ ਬੇਰੋਜ਼ਗਾਰੀ ਦੇ ਵਿੱਚ 5-7 ਸਾਲ ਹੰਡਾਲੇ ਜੇ ਤਾਂ ਇਦਾਂ ਦੀਆਂ ਦਿੱਕਤਾਂ ਸਾਨੂੰ ਸੁਸਾਈਡ ਕਰਨ ਲਈ ਮਜਬੂਰ ਕਰਦੀਆਂ ਸਾਰਾ ਅਫਗਾਨਿਸਤਾਨ ਸੁਸਾਈਡ ਕਰ ਚੁੱਕਾ ਹੁੰਦਾ بڑے ਦੇਸ਼ ਨੇ ਵੀਅਤਨਾਮ ਦੇ ਸਾਰੇ ਲੋਕਾਂ ਨੇ ਸੁਸਾਈਡ ਕਰਨੀ ਹੁੰਦੀ ਆਫਰੀਕਾ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਭੁੱਖਮਰੀ ਹੈ ਹੁੰਦਾ ਰੱਖਣੀ ਰੇਗਿਸਤਾਨੇ ਉੱਥੇ ਪੱਲੇ ਹੀ ਕੱਖ ਨਹੀਂ ਉਹਨਾਂ ਦੇਸ਼ਾਂ ਦੇ ਫਿਰ ਤਾਂ ਉਹਨਾਂ ਦੇਸ਼ਾਂ ਦੇ ਵਿੱਚ ਸਾਰੇ ਲੋਕਾਂ ਨੇ ਫਾਹਲਾ ਲਿਆ ਹੁੰਦਾ ਲੋਕ ਬਹੁਤ ਤੰਗ ਨੇ ਸਾਡੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਪਰ ਉਹ ਰੀਸਟਾਰਟ ਕਰਦੇ ਆ ਉਹ ਯਤਨ ਕਰਦੇ ਆ ਆ ਪਿਛਲੇ ਸਮੇਂ ਦੇ ਵਿੱਚ ਅਸੀਂ ਕਿੰਨੇ ਲੋਕ ਦੇਖੇ ਛੋਟੇ-ਛੋਟੇ ਨਿਆਣਿਆਂ ਨੂੰ ਲੈ ਕੇ ਨਿੱਕੀਆਂ-ਨਿੱਕੀਆਂ ਕਿਸ਼ਤੀਆਂ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਬੈਠੇ ਕੋਈ ਇਰਾਕ ਤੋਂ ਕੋਈ ਅਫਗਾਨਿਸਤਾਨ ਤੋਂ ਕਿਸੇ ਦੇਸ਼ ਤੋਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਅੱਜ ਤੰਗੀਆਂ ਨੇ ਉਹ ਕਿਉਂ ਕਿਸ਼ਤੀਆਂ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਠੱਲ ਪੈਂਦੇ ਆ ਰੀਸਟਾਰਟ ਕਰਨਾ ਚਾਹੁੰਦੇ ਆ ਉਹਨਾਂ ਦੇਸ਼ਾਂ ਤੋਂ ਨਾ ਧਰਤੀਆਂ ਤੋਂ ਜਿੱਥੇ ਕਿ ਜੀਉਣ ਦੇ ਹਾਲਾਤ ਖਰਾਬ ਹੋ ਗਏ ਉਹ ਕਹਿੰਦੇ ਕਿ ਕਿਸ਼ਤੀ ਆ ਰੀਸਟਾਰਟ ਕਰਦੇ ਆ ਉੱਥੇ ਵੀ ਫਾਹਲਾ ਲੈ ਸਕਦੇ ਸੀ ਉਹ ਨਹੀਂ ਲਈ ਤੇ ਉਹਨਾਂ ਨੂੰ ਆਕਾਸ਼ ਹੁੰਦੀ ਹੈ ਕਿ ਸ਼ਾਇਦ ਦੁਨੀਆ ਦੀ ਕਿਸੇ ਉਸ ਧਰਤੀ ਦੇ ਉੱਤੇ ਪਹੁੰਚ ਜਾਈਏ ਕਿਸੇ ਪੱਤਣ ਲੱਗ ਜਾਈਏ ਜਿੱਥੇ ਸਾਨੂੰ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਰੀਸਟਾਰਟ ਕਰਨ ਦਾ ਮੌਕਾ ਮਿਲ ਜਾਏ ਤੁਸੀਂ ਕਿਉਂ ਨਹੀਂ ਰੀਸਟਾਰਟ ਕਰ ਸਕਦੇ ਕਿਉਂ ਆਪਾਂ ਇੰਨੇ ਨਿਰਾਸ਼ਾਵਾਦੀ ਹੋ ਗਏ ਇਥੇ ਤਾਂ ਘੋੜਿਆਂ ਦੀਆਂ ਕਾਠੀਆਂ ਦੀਆਂ ਗੱਲਾਂ ਹੁੰਦੀਆਂ ਸੀ ਅਫਗਾਨੀ ਵਰਗੇ ਆਉਂਦੇ ਸੀ ਸਭ ਕੁਝ ਤਬਾਹ ਕਰਕੇ ਚਲੇ ਜਾਂਦੇ ਸੀ ਅਸੀਂ ਰੀਸਟਾਰਟ ਕਰਦੇ ਰਹੇ ਹਾਂ ਇਹ ਸਾਡਾ ਖਾਸ ਹੈ ਇਹ ਸਾਡੀ ਵਿਸ਼ੇਸ਼ਤਾ ਹੈ ਅਸੀਂ ਭੁੱਲ ਕਿਉਂ ਜਾਂਦੇ ਹਾਂ ਕਿੰਨੀ ਵਾਰ ਪੰਜਾਬ ਦੇ ਉੱਤੇ ਹਮਲੇ ਹੋਏ ਕਿੰਨੀ ਵਾਰ ਪੰਜਾਬ ਤਬਾਹ ਹੋਇਆ ਕਿੰਨਾ ਕੁਝ ਨਹੀਂ ਹੋਇਆ ਅਸੀਂ ਕਿਤੇ ਰੀਸਟਾਰਟ ਨਹੀਂ ਕੀਤਾ ਰੀਸਟਾਰਟ ਤਾਂ ਸਾਡੀ ਖਾਸੀਅਤ ਹੈ ਅਸੀਂ ਖਾਨਦਾਨ ਦੇ ਵਿੱਚੋਂ ਲੈ ਕੇ ਆਉਂਦੇ ਆ ਪੰਜਾਬੀ ਖਾਨਦਾਨ ਦੇ ਵਿੱਚੋਂ ਰੀਸਟਾਰਟ ਕਰਨਾ ਤੇ ਅੱਜ ਅਸੀਂ ਭੁੱਲ ਕਿਉਂ ਜਾਂਦੇ ਹਾਂ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਮੈਂ ਹੈਰਾਨ ਹੁੰਨਾ ਕਈ ਵਾਰੀ ਲੋਕ ਲਾਈਵ ਹੋ ਕੇ ਸੁਸਾਇਡ ਕਰ ਲੈਂਦੇ ਆ ਇਸ ਕਰਕੇ ਨਹੀਂ ਬਈ ਨਹੀਂ ਤੇ ਥੋੜਾ ਜਿਹਾ ਸਮਾਜ ਵੀ ਯੋਗਦਾਨ ਪਾਵੇ ਆਲੇ ਦੁਆਲੇ ਥੋੜਾ ਜਿਹਾ ਧਿਆਨ ਰੱਖਿਆ ਕਰੋ ਕਿ ਕੋਈ ਬੰਦਾ ਤੰਗ ਹੈ ਤੇ ਉਹਨੂੰ ਸਾਰੀਆਂ ਚੀਜ਼ਾਂ ਦੱਸਿਆ ਸੁਣਾਇਆ ਕਰੋ ਕਦੇ ਕਦੇ ਅਸੀਂ ਆਸ ਕਰਦੇ ਹਾਂ ਵੀ ਇਹ ਇਹ ਸਾਡੀਆਂ ਗੱਲਾਂ ਕਿਸੇ ਨੂੰ ਇਹ ਨਾ ਲੱਗਾ ਹੋਊਗਾ ਵੀ ਇਹ ਗਿਆਨ ਵੰਡਦੇ ਆ ਜਿਹਨੂੰ ਲੱਗਾ ਭਾਈ ਉਹਦੇ ਤੋਂ ਅਸੀਂ ਮਾਫੀ ਚਾਹੁੰਦੇ ਆ ਕਿਉਂਕਿ ਹਰ ਵੇਲੇ ਹੋ ਸਕਦਾ ਆਪਾਂ ਨੂੰ ਮਨ ਹੋਵੇ ਤੜਕਦਾ ਫੜਕਦਾ ਇਹ ਕਰਾਂ ਅੱਗ ਜੀ ਲਾਉਂਦੀ ਕੋਈ ਗੱਲ ਸੁਣਾਓ ਯਾਰ ਇਹ ਕਿਹੜੀਆਂ ਗੱਲਾਂ ਕਰਦੇ ਹੋ ਪਰ ਜਿਹਦੇ ਤੇ ਬੀਤਦੀ ਹੁੰਦੀ ਆ ਜਾਂ ਜਿਹਦੇ ਨਾਲ ਵਾਪਰ ਚੁੱਕੀ ਹੁੰਦੀ ਆ ਉਹਨੂੰ ਜ਼ਰੂਰ ਲੱਗਦਾ ਹੁੰਦਾ ਵੀ ਮੇ ਤੇ ਅਸੀਂ ਇਹ ਰੱਬ ਤੋਂ ਸੁੱਖ ਮੰਗਦੇ ਆਂ ਕਿ ਜਿੰਨੂ ਵੀ ਇਹ ਲੱਗਦਾ ਹੋਵੇ ਕਿ ਇਹਨਾਂ ਗੱਲਾਂ ਦਾ ਕੋਈ ਮੁੱਲ ਨਹੀਂ ਰੱਬ ਕਦੇ ਵੀ ਉਹਨੂੰ ਇਹਨਾਂ ਗੱਲਾਂ ਦੇ ਨਾਲ ਨਾਲ ਜਾਵੇ ਉਹ ਆਪਣੀ ਜ਼ਿੰਦਗੀ ਚ ਖੁਸ਼ ਰਵੇ ਹੁਣ ਮੁੜੀਏ ਵਟਸਐਪ ਖਬਰਾਂ ਵਾਲੇ ਪਾਸੇ ਜੀ ਅੱਜ ਮੇਰਾ ਖਿਆਲ ਅੱਜ ਵੀ ਦੇਖਣ ਗਈ ਸ਼ਾਇਦ ਹੋ ਸਕਦਾ ਕੱਲ ਤੱਕ ਸਾਰਾ ਦਿਨ ਹੀ ਚੱਲਦਾ ਰਿਹਾ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਦਸਤਖਤ ਕਰਵਾਏ ਗਏ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਸਾਰੇ ਜਿਹੜੇ ਕਾਗਜ਼ ਸੀਗੇ ਉਹ ਜਿਹੜੀਆਂ ਅਪੀਲਾਂ ਸੀਗੀਆਂ ਉਹ ਗਵਰਨਰ ਸਾਹਿਬ ਪੰਜਾਬ ਨੂੰ ਜਿਹੜੀਆਂ ਸੌਂਪ ਦਿੱਤੀਆਂ ਗਈਆਂ ਤੇ ਕਿਉਂਕਿ ਮੰਗ ਬੜੇ ਚਿਰ ਤੋਂ ਉੱਠ ਰਹੀ ਹੈ ਕਿ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹ ਅਜੇ ਵੀ ਜੇਲ੍ਹਾਂ 'ਚ ਨੇ ਤੇ ਇਹ ਕੋਈ ਇਨਸਾਫ ਦੇਣਾ ਨਾ ਬਣਿਆ ਜੀ ਕਿ ਜੇ ਕਿਸੇ ਨੇ ਕੋਈ ਸਜ਼ਾ ਮਿਲੀ ਹੈ ਤੇ ਉਹ ਸਜ਼ਾ ਉਹਨੇ ਪੂਰੀ ਕਰ ਲਈ ਜਦੋਂ ਉਹਦੀ ਸਜ਼ਾ ਪੂਰੀ ਹੋ ਗਈ ਤਾਂ ਉਹਨੂੰ ਰਿਹਾ ਕਰ ਦਿਓ ਕਿਉਂਕਿ ਇਹ ਮੰਨਿਆ ਜਾਂਦਾ ਕਿ ਕਾਨੂੰਨ ਜਿਹੜਾ ਹੈ ਉਹ ਕਿਸੇ ਨੂੰ ਵੀ ਉਹਦੇ ਇੱਕ ਜੁਰਮ ਦੇ ਲਈ ਦੂਜੀ ਵਾਰ ਸਜ਼ਾ ਨਹੀਂ ਦੇ ਸਕਦਾ ਹੁਣ ਮੈਂ ਸੋਚਦਾ ਸੀ ਕਿ ਜੇ ਮੰਨ ਲਓ ਕਿਸੇ ਨੂੰ ਕੋਈ 10 ਸਾਲ 15 ਸਾਲ 20 ਸਾਲ ਸਜ਼ਾ ਹੋਗੀ ਉਹਦੇ ਤੋਂ ਬਾਅਦ ਉਹਦੀ ਰਿਹਾਈ ਬਣਦੀ ਹੈ ਪਰ ਜੇ ਉਹਦੇ باوجود ਵੀ ਉਹ ਬੰਦਾ ਜੇਲ੍ਹ ਚਾ ਤੇ ਦਾ ਮਤਲਬ ਉਹਦੀ ਇੱਕ ਹੋਰ ਸਜ਼ਾ ਸ਼ੁਰੂ ਹੋਗੀ ਤੇ ਫਿਰ ਇੱਕ ਹੀ ਮੰਨ ਲਓ ਗਲਤੀ ਦੇ ਲਈ ਜੁਰਮ ਦੇ ਲਈ ਜੋ ਵੀ ਉਹਨੂੰ ਤੁਸੀਂ ਕਹਿ ਲਓ ਉਹ ਜਿਹੜੀ ਸਜ਼ਾ ਹੈ ਉਹ ਦੂਜੀ ਵਾਰ ਬੰਦਾ ਭੋਗਤ ਰਿਹਾ ਹੋਵੇ ਇਹ ਤੇ ਫਿਰ ਕੋ ਨਿਆਨ ਆ ਨਾ ਬਣਿਆ ਇਹ ਇੱਕ ਵਿਸ਼ਾ ਇੱਕ ਮੁੱਦਾ ਕਾਫੀ ਧੀਰ ਤੋਂ ਚੱਲ ਰਿਹਾ ਹੁਣ ਹੌਲੀ ਹੌਲੀ ਇਹਦੇ ਵਿੱਚ ਸਿਆਸਤ ਵੀ ਰਲਗੱਡ ਹੋਣ ਲੱਗ ਪਈ ਤੇ ਮੈਨੂੰ ਆਏ ਸੀ ਕਿ ਇਹ ਜੋ ਜਿਸ ਪਾਸੇ ਹੁਣ ਮੋੜਾ ਕੱਟ ਰਹੀ ਹੈ ਚੀਜ਼ ਇਹਦੇ ਤੇ ਗੱਲਬਾਤ ਕਰ ਲਈ ਕਿਉਂਕਿ ਜ਼ਹਿਦਾਦਾਰ ਸਾਹਿਬ ਨੇ ਵੀ ਚਿੱਠੀ ਲਿਖੀ ਆ ਡੀਐਸਜੀਐਮਸੀ ਨੂੰ ਤੇ ਐਸਜੀਪੀਸੀ ਨੂੰ ਕਿ ਜੀ ਇਸ ਮੁੱਦੇ ਦੇ ਉੱਪਰ ਕੁਛ ਨਾ ਕੁਛ ਕਰੋ ਸੰਧਾਲਿਆ ਸਾਹਿਬ ਤਕਰੀਬਨ 25 ਸਾਲ ਤੋਂ ਇਹ ਵਿਸ਼ਾ ਚਰਚਾ ਦੇ ਵਿੱਚ ਹੈ 25 ਸਾਲ ਜਾਨੀ ਕਿ ਢਾਈ ਦਹਾਕੇ ਜਦੋਂ ਇਹਆਂ ਇਹ ਗ੍ਰਿਫਤਾਰੀਆਂ ਹੋਈਆਂ ਨੇ ਉਦੋਂ ਦੀ ਹੀ ਚਰਚਾ ਹੈ ਤੇ ਦਰਜਣਾਵਾਰੀ ਇਹਦੇ ਉੱਤੇ ਸਿਆਸੀ ਮਾਹੌਲ ਬਣਿਆ ਦਰਜਣਾਵਾਰੀ ਇਹਦੇ ਤੇ ਪੰਥਕ ਤੌਰ ਦੇ ਉੱਤੇ ਰੋਹ ਹੋਇਆ ਦਰਜਣਾਵਾਰੀ ਯਤਨ ਕੀਤੇ ਗਏ ਕਿ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਵੇ ਆਪਾਂ ਵੀ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਜੇ ਕਾਨੂੰਨ ਦੇ ਮੁਤਾਬਕ ਉਹਨਾਂ ਦੀ ਰਿਹਾਈ ਬਣਦੀ ਹੈ ਤਾਂ ਉਹਨਾਂ ਨੂੰ ਅੰਦਰ ਕਿਉਂ ਰੱਖਿਆ ਜਾ ਰਿਹਾ ਜੇ ਕਾਨੂੰਨ ਦੇ ਮੁਤਾਬਕ ਬਣਦੀ ਹੈ ਜੇ ਕੋਈ ਦਿੱਕਤ ਹੈ ਤਾਂ ਸਾਹਮਣੇ ਕਲੀਅਰ ਕਟ ਸਪਸ਼ਟ ਹੋਵੇ ਆ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਐਸ.ਸੀ.ਪੀ.ਸੀ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਬਹੁਤ ਵਾਰ ਕਿਹਾ ਕਿ ਜੀ ਪਹਿਲਾਂ ਭਾਰਤ ਸਰਕਾਰ ਨੇ ਕਿਹਾ ਸੀ ਕਿ ਅਸੀਂ ਰਿਹਾਈ ਕਰ ਦੇਣੀ ਹੈ ਐਲਾਨ ਵੀ ਕਰ ਦਿੱਤਾ ਅਤੇ ਮੁੜ ਕੇ ਭਾਰਤ ਸਰਕਾਰ ਨੇ ਰਿਹਾਈ ਕੀਤੀ ਨਹੀਂ ਉਹ ਵੀ ਗੱਲਾਂ ਸਾਰੀਆਂ ਕਲੀਅਰ ਹੋਣੀਆਂ ਚਾਹੀਦੀਆਂ ਸਪਸ਼ਟ ਹੋਣੀਆਂ ਚਾਹੀਦੀਆਂ ਹੁਣ ਤੁਸੀਂ ਦੇਖੋ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਣਾ ਹੋਰਾਂ ਨੇ ਚਿੱਠੀਆਂ ਲਿਖੀਆਂ ਸੀ ਉਪਰੋਥਲੀ ਤਿੰਨ ਰਾਜੋਣਾ ਸਾਹਿਬ ਨੇ ਕਿਹਾ ਸੀ ਕਿ ਐਸਜੀਪੀਸੀ ਨੇ ਮੇਰੀ ਫਾਂਸੀ ਦੀ ਸਜ਼ਾ ਦੇ ਮੁੱਦੇ ਤੇ ਰਹਿਮ ਦੀ ਅਪੀਲ ਕੀਤੀ ਹੋਈ ਹੈ ਕਿ ਇਹਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ 11-12 ਸਾਲ ਹੋ ਗਏ ਕੇਂਦਰ ਦੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਇਸ ਕਰਕੇ ਉਹ ਅਪੀਲ ਹੀ ਵਾਪਸ ਲੈ ਲੋ ਇੱਕ ਪਾਸਾ ਹੋ ਗਏ ਉਹਦੇ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪਹਿਲਾ ਮੋਹੋਂ ਤੁਸੀਂ ਕਿਹਾ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਹੁਣ ਦੋਨਾਂ ਨੂੰ ਵੱਖੋ-ਵੱਖਰੀਆਂ ਚਿੱਠੀਆਂ ਲਿਖੀਆਂ ਤੇ ਦੋਮਾ ਕਮੇਟੀਆਂ ਨੂੰ ਇਹ ਕਿਹਾ ਕਿ ਤੁਸੀਂ ਕੇਂਦਰ ਦੀ ਸਰਕਾਰ ਤੱਕ ਪਹੁੰਚ ਕਰੋ ਤੁਸੀਂ ਯਤਨ ਕਰੋ ਆਪਾਂ ਹੁਣ ਇਸ ਮਸਲੇ ਨੂੰ ਬਹੁਤ ਛੇਤੀ ਤਣ ਪੱਤਣ ਲਾਉਣਾ ਆਪਾਂ ਇਸ ਮੁੱਦੇ ਤੇ ਅਵੇਸਲੇ ਹੋ ਨਹੀਂ ਸਕਦੇ ਜਥੇਦਾਰ ਸਾਹਿਬ ਦੀਆਂ ਚਿੱਠੀਆਂ ਅਣਗੌਲੀਆਂ ਕੀਤੀਆਂ ਨਹੀਂ ਜਾ ਸਕਦੀਆਂ ਕਿਉਂਕਿ ਸੁਪਰੀਮ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਉੱਪਰ ਤੱਕ ਕਿਸੇ ਦੇ ਕੋਲੇ ਕੋਈ ਉਪਾਧੀ ਨਹੀਂ ਹੈ ਕੋਈ ਕੁਰਸੀ ਨਹੀਂ ਹੈ ਕੋਈ ਤਾਕਤਵਰ ਅਹੁਦਾ ਨਹੀਂ ਹੈ ਇਸ ਕਰਕੇ ਹੁਣ ਦੋਨਾਂ ਧਿਰਾਂ ਨੂੰ ਤੁਰਨਾ ਪੈਣਾ ਕਾਲਕਾ ਸਾਹਿਬ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਤਾਂ ਪਿਛਲੇ ਦਿਨ ਹੀ ਹੀ ਕਿਹਾ ਮੰਤਰੀ ਅਮਿਤ ਸ਼ਾਹ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਸੀ ਕਿ ਜੇਲ੍ਹਾਂ ਦੇ ਵਿੱਚ ਬੰਦ ਸਿੱਖ ਕੈਦੀ ਜਿਨ੍ਹਾਂ ਦੀ ਰਿਹਾਈ ਦਾ ਚਰਚਾ ਪਿਛਲੇ ਸਮੇਂ ਦਾ ਚੱਲਦਾ ਹੈ ਉਹਨਾਂ ਨੂੰ ਜਿੰਨੀ ਛੇਤੀ ਹੋ ਸਕਦਾ ਰਿਹਾ ਕੀਤਾ ਜਾਵੇ ਕਿਉਂਕਿ ਉਹਨਾਂ ਤੋਂ 15 ਦਿਨਾਂ ਦੇ ਵਿੱਚ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਟੇਟਸ ਰਿਪੋਰਟ ਮੰਗੀ ਹੈ ਜਵਾਬ ਮੰਗਿਆ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਤੁਹਾਡੇ ਸਬੰਧ ਕੁਝ ਠੀਕ ਨਹੀਂ ਤੁਸੀਂ ਕੇਂਦਰ ਸਰਕਾਰ ਤੱਕ ਚਰਚਾ ਕਰਕੇ ਤੇ ਮੈਨੂੰ ਰਿਪੋਰਟ ਦਿਓ ਕਿ ਪਾਈ ਗੱਲ ਕਿੱਥੇ ਖੜੀ ਹੈ ਇ ਉਸ ਟੀਮ ਨੂੰ ਵੀ ਚਿੱਠੀ ਲਿਖ ਕੇ ਕਿਹਾ ਸੀ ਕਿ ਭਾਈ ਤੁਸੀਂ ਹੁਣ ਕਰੋ ਕੋਸ਼ਿਸ਼ ਇੱਕ ਤਾਂ ਉਹਨਾਂ ਨੇ ਬੈਠਕ ਸਦਨੀਆਂ ਸਾਡੇ ਬੁੱਢੀ ਜੀਮਿਆਂ ਦੀ ਸਿੱਖ ਸੰਸਾਮਾਂ ਦੀ ਜਿਹੜੇ ਜਿਹੜੇ ਵੀ ਇਸ ਮਸਲੇ ਦੇ ਉੱਤੇ ਕੁਝ ਨਾ ਕੁਝ ਪ੍ਰਭਾਵ ਪਾ ਸਕਦੇ ਆ ਉਧਰਲੇ ਪਾਸੇ ਨੂੰ ਜਿਹੜੀ ਹੈ ਉਹ ਗੱਲ ਤੁਰ ਕੇ ਅਗਲੇ ਪਾਸੇ ਜਾਣੀ ਹੈ ਪਰ ਨਾਲ ਦੀ ਨਾਲ ਜੇ ਆਪਾਂ ਇਧਰਲੇ ਪਾਸੇ ਹਾਲਾਤ ਦੇਖਣੇ ਹੁਣ ਕਿ ਕੀ ਬਣਦੇ ਆ ਕਿਧਰਲੇ ਪਾਸੇ ਨੂੰ ਬਣਦੇ ਆ ਉਹ ਇੱਥੇਕ ਤੱਕ ਆਉਂਦੇ ਆ ਕਿ ਅੱਜ ਜਦੋਂ ਕਿਹਾ ਜਾ ਰਿਆ ਸੀ ਕਿ ਰਾਜਪਾਲ ਸਾਹਿਬ ਸਮਾਂ ਕਿਉਂ ਨਹੀਂ ਦਿੰਦੇ ਜੇ 25 26 ਲੱਖ ਲੋਕਾਂ ਦੇ ਦਸਖਤ ਐਸਪੀਸੀ ਨੇ ਕਈ ਮਹੀਨੇ ਲਾ ਕੇ ਕਰਾਇਏ ਹੋਏ ਨੇ ਤੇ ਇਕੱਲੇ ਦਸਖਤ ਨਹੀਂ ਕਰਾਇਏ ਉਹਨਾਂ ਦਾ ਬਕਾਇਦਾ ਬਾਇਓ ਡਾਟਾ ਹੈ ਉਹਨਾਂ ਦੇ ਐਡਰੈਸ ਨੇਮ ਉਹਦੇ ਟੈਲੀਫੋਨ ਨੰਬਰ ਨੇ ਉਹਨਾਂ ਦੇ ਜਿਹੜੇ ਆ ਆਈਡੀ ਕਾਰਡ ਨਾਲ ਲੱਗੇ ਹੋਏ ਨੇ ਕਿ ਉਹ ਚਾਹੁੰਦੇ ਆ ਕਿ ਅਸੀਂ ਜਿਹੜੇ ਸਬੰਦੀ ਸਿੰਘਾ ਨੂੰ ਇਹਦੀ ਰਿਹਾਈ ਚਾਹੀਦੀ ਆ ਹੁਣ ਬੜਾ ਰੌਲਾ ਪੈਂਦਾ ਸੀ ਕਿ ਰਾਜਪਾਲ ਸਾਹਿਬ ਸਮਾਂ ਕਿਉਂ ਨਹੀਂ ਦਿੰਦੇ ਕੋਈ ਵੀ ਸਿਆਸੀ ਲੀਡਰ ਜਾਂਦਾ ਹੈ ਵਿਰੋਧੀ ਪਾਰਟੀਆਂ ਦਾ ਜਾਂਦਾ ਸੱਤਾਧਾਰੀਆਂ ਦਾ ਜਾਂਦਾ ਰਾਜਪਾਲ ਸਾਹਿਬ ਚੱਟ ਮਿਲਦੇ ਆ ਉਹਨਾਂ ਤੋਂ ਮਿਲ ਕੇ ਉਹਨਾਂ ਦੇ ਮੰਗ ਪੱਤਰ ਵੀ ਲੈਂਦੇ ਆ ਮੰਗ ਪੱਤਰਾਂ ਦੇ ਆਧਾਰ ਦੇ ਉੱਤੇ ਪੰਜਾਬ ਸਰਕਾਰ ਨੂੰ ਚਿੱਠੀ ਵੀ ਲਿਖ ਦਿੰਦੇ ਆ ਤੇ ਫਿਰ ਇਹ 25-26 ਲੱਖ ਜਿਹੜੇ ਦਸਤਕਤ ਕਰਾਏ ਆ ਸੌਂਪਣਾ ਹੀ ਚਾਹੁੰਦੇ ਅਗਲੇ ਉਹਨਾਂ ਨੂੰ ਵੀ ਪਤਾ ਕਿ ਰਾਜਪਾਲ ਸਾਹਿਬ ਨੇ ਫੈਸਲਾ ਲੈਣਾ ਰਾਜਪਾਲ ਸਾਹਿਬ ਨੇ ਸਿਰਫ ਰਾਸ਼ਟਰਪਤੀ ਸਾਹਿਬ ਨੂੰ ਜਾਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਭੇਜ ਸਕਦੇ ਉਹ ਹੋਰ ਤਾਂ ਕੁਝ ਵੀ ਨਹੀਂ ਕਰਨਾ ਪਤਾ ਨਹੀਂ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਪਰ ਚਲੋ ਬੀਤੇ ਕੱਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਅਗਵਾਈ ਦੇ ਵਿੱਚ ਜਿੰਨੇ ਵੀ ਨਵੇਂ ਚੁਣੇ ਗਏ ਅਹੁਦੇਦਾਰ ਨੇ ਐਸਪੀਸੀ ਤੇ ਸਾਰੇ ਗਏ ਉਹਨਾਂ ਨੇ ਜਾ ਕੇ ਦੋ ਬੱਖੋ ਬੱਖਰੇ ਮੰਗ ਪੱਤਰ ਦਿੱਤੇ ਆ ਇੱਕ ਮੰਗ ਪੱਤਰ ਨੂੰ ਰਾਸ਼ਟਰਪਤੀ ਸਾਹਿਬ ਦੇ ਨਾਮ ਦਿੱਤਾ ਭਈ ਬਲੌਂਸਿੰਗ ਰਾਜਵਾਨਾ ਹੋ ਰਾਂਦਾ ਕਿ ਉਹਨਾਂ ਦੀ ਜਿਹੜੀ ਰਹਿਮ ਦੀ ਅਪੀਲ ਹੈ ਉਹਦੇ ਤੇ ਜਲਦ ਤੋਂ ਜਲਦ ਜਿਹੜਾ ਉਹ ਫੈਸਲਾ ਹੋਣਾ ਚਾਹੀਦਾ ਦੂਸਰੇ ਪਾਸੇ ਜਿਹੜੇ ਅੱਠ ਬੰਦੀ ਸਿੰਘ ਨੇ ਜਿਨ੍ਹਾਂ ਦੀ ਰਿਹਾਈ ਦੀ ਚਰਚਾ ਲਿਸਟ ਦੇ ਕੇ ਲਗਾਤਾਰ ਹੁੰਦੀ ਰਹੀ ਹੈ ਉਹਨਾਂ ਦੇ ਬਾਬਤ ਹੈ ਤੇ ਜਿਹਦੇ ਨਾਲ ਆ 25-26 ਲੱਖ ਦਸਕਤਾਂ ਵਾਲਾ ਸਾਰਾ ਕੁਝ ਸੌਪਿਆ ਗਿਆ ਹੁਣ ਰਾਜਪਾਲ ਸਾਹਿਬ ਕੀ ਐਕਸ਼ਨ ਲੈਂਦੇ ਆ ਕਿਧਰਲੇ ਪਾਸੇ ਨੂੰ ਗੱਲ ਕਰਦੀ ਇੱਕ ਵੱਖਰੀ ਗੱਲ ਹੈ ਪਰ ਸੰਧਾਲੀਆਂ ਸਾਹਿਬ ਇਹ ਕੋਈ ਪਹਿਲਾ ਮੌਕਾ ਨਹੀਂ ਅਪਾ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਕਿ ਬਾਪੂ ਸੂਰਤ ਸਿੰਘ ਖਾਲਸਾ ਪਾਈਗਰਬਖ ਸਿੰਘ ਖਾਲਸਾ ਤੇ ਇਹਦੇ ਤੋਂ ਇਲਾਵਾ ਕਈ ਮੌਕਿਆਂ ਦੇ ਉੱਤੇ ਐਸਾ ਸਮਾਂ ਆਉਂਦਾ ਰਿਹਾ ਜਦੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਉਹ ਚਾਹੇ ਕਿਸੇ ਵੀ ਧਿਰ ਦੇ ਵੱਲ ਖੜਨ ਉਹ ਸਰਗਰਮ ਹੁੰਦੀਆਂ ਰਹੀਆਂ ਬਹੁਤ ਸਾਰੀਆਂ ਪੰਥਕ ਧਿਰਾਂ ਬਹੁਤ ਜ਼ਿਆਦਾ ਸਰਗਰਮ ਹੁੰਦੀਆਂ ਰਹੀਆਂ ਤੇ ਆਮ ਸੰਗਤ ਨੂੰ ਲੱਗਦਾ ਰਿਹਾ ਕਿ ਭਾਈ ਹੁਣ ਇਹ ਫੈਸਲਾ ਹੋ ਜਾਣਾ ਪਰ ਬਾਅਦ ਵਿੱਚ ਸਭ ਕੁਝ ਠੁਸ ਹੁੰਦਾ ਰਿਹਾ ਬਿਲਕੁਲ ਠੁਸ ਹੁੰਦਾ ਰਿਹਾ ਫਿਰ ਸਾਡੀ ਪੋਲੀਟੀਕਲ ਜਮਾਤ ਵੀ ਚੁੱਪ ਕਰ ਜਾਂਦੀ ਰਹੀ ਐ ਇੱਕ ਦੋ ਪੰਥਕ ਆਗੂਆਂ ਨੂੰ ਛੱਡ ਕੇ ਬਾਕੀ ਵੀ ਚੁੱਪ ਕਰ ਜਾਂਦੇ ਰਹੇ ਆ ਜਦੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਮੁੱਦਾ ਫੇਰ ਢੁਕਦਾ ਫਿਰ ਮੁੱਦਾ ਸਾਹਮਣੇ ਆਉਂਦਾ ਫਿਰ ਮੁੱਦਾ ਚਰਚਾ ਦਾ ਕੇਂਦਰ ਬਣਦਾ ਉਹ ਸਾਰੀਆਂ ਤਰ੍ਹਾਂ ਫਿਰ ਸਾਹਮਣੇ ਆ ਜਾਂਦੀਆਂ ਮੈਂ ਫਿਰ ਕਹਿੰਨਾ ਕਿ ਕੋਈ ਬੰਦਾ ਇਹ ਮਤ ਸੋਚੇ ਕਿ ਪਹਿਲੀ ਵਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਥੇ ਤੱਕ ਪਹੁੰਚਾ ਇਹਦੇ ਤੋਂ ਪਹਿਲਾਂ ਵੀ ਇਹ ਮਸਲਾ ਇੱਥੇ ਤੱਕ ਪਹੁੰਚਦਾ ਰਿਹਾ ਮੈਂ ਯਾਦ ਕਰਾਉਣਾ ਚਾਹੁੰਦਾ ਸੰਧਾਲੀਆ ਸਾਹਿਬ ਹਮਮ ਸ਼੍ਰੀ ਅਕਾਲਤਖਸਬ ਦੇ ਜੈਦਰ ਸਾਹਿਬ ਨੇ ਐਸ்சி ਪੀਸੀ ਨੂੰ ਇੱਕ ਵ ਕੱਠੇ ਕੀਤੇ ਸੀ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਈ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਕੇ ਸਾਹਿਬ ਕਲਕਾ ਸਾਹਿਬ ਜਿਹੜੇ ਸਾਰੇ ਲੀਡਰ ਉੱਥੇ ਆਏ ਸੀ ਜਿੰਨੇ ਵੱਖ-ਵੱਖ ਧਰਾਂ ਦੇ ਲੀਡਰ ਨੇ ਜਿਹੜੇ ਕਦੇ ਇਕੱਠੇ ਨਹੀਂ ਸੀ ਬੈਠੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਉੱਥੇ ਸੀ ਉਹ ਸਾਰੇ ਲੀਡਰ ਕੈਸੀ ਸਾਰਿਆਂ ਨੇ ਮੁੜ ਕੇ ਕਦੇ ਮੀਟਿੰਗ ਕਿਉਂ ਨਹੀਂ ਹੋਈ ਉਦੋਂ ਸਾਰੇ ਲੀਡਰ ਕਹਿ ਕੇ ਆਏਗੇ ਸੀ ਅਸੀਂ ਇੱਕ ਮੁੱਠ ਹੋ ਕੇ ਅੱਗੇ ਵਧਾਂਗੇ ਮੁੜ ਕੇ ਇਲੈਕਸ਼ਨ ਆ ਗਏ ਕਈ ਕੁਝ ਹੋ ਗਿਆ ਮੁੜ ਕੇ ਮੀਟਿੰਗ ਹੀ ਨਾ ਹੋਈ ਕੀ ਇਹ ਸੁਵਿਰਦਤਾ ਦੀ ਘਾਟ ਹੈ ਕੀ ਗੰਭੀਰਤਾ ਦੀ ਘਾਟ ਹੈ ਕੀ ਮਸਲੇ ਨੂੰ ਲੰਮਕਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਇਹ ਸਾਰਾ ਕੁਝ ਪਤਾ ਲੱਗਣਾ ਚਾਹੀਦਾ ਨਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੁਬਾਰਾ ਚਿੱਠੀਆਂ ਲਿਖਣੀਆਂ ਪਈਆਂ ਅੱਜ ਦੁਬਾਰਾ ਉਹ ਮੁੱਦਾ ਉੱਪਰਲੇ ਪਾਸੇ ਨੂੰ ਆਇਆ ਜਵਾਬ ਇਸ ਗੱਲ ਦਾ ਚਾਹੀਦਾ ਕਿ ਦੁਬਾਰਾ ਬੈਠਕ ਹੋ ਕਿਉਂ ਨਹੀਂ ਸਕੀ ਕਈਆਂ ਮੈਂਬਰਾਂ ਦੇ ਉੱਤੇ ਇਤਰਾਜ਼ ਵੀ ਹੋਇਆ ਸੀ ਕੀ ਇਹ ਮੁੱਦਾ ਇੰਨਾ ਛੋਟਾ ਲੱਗਦਾ ਸਾਡੇ ਲੀਡਰਾਂ ਨੂੰ ਚਾਹੀਏ ਉਹ ਸਿਆਸੀ ਲੀਡਰ ਨੇ ਤੇ ਚਾਹੀਏ ਉਹ ਪੰਥਕ ਲੀਡਰ ਨੇ ਥੋੜਾ ਬਹੁਤੇ ਹਸਮਤਤਾ ਵੀ ਇਧਰਲੇ ਪਾਸੇ ਹੋਵੇ ਕਿਉਂਕਿ ਬਾਰ-ਬਾਰ ਮੁੱਦਾ ਉੱਪਰ ਜਾਵੇ ਬਾਰ-ਬਾਰ ਮੁੱਦਾ ਥੱਲੇ ਜਾਵੇ ਇਦਿਨਾਲ ਪ੍ਰਭਾਵਹੀਣ ਹੁੰ ਜਿਹੜੇ ਮੁੱਦੇ ਨੇ ਨਾ WhatsApp ਮੁੱਦੇ ਅੱਜ ਕੱਲ ਲੋਕਾਂ ਦੇ ਰਹਿ ਨਹੀਂ ਗਏ ਜਾਂ ਕਹਿ ਲੋ ਕਿ ਲੋਕਾਂ ਕੋਲੇ ਸਮਾਂ ਹੈ ਨਹੀਂ ਕਿ ਉਹ ਮੁੱਦਿਆਂ ਨੂੰ ਜੇਬ 'ਚ ਪਾ ਕੇ ਤੁਰੇ ਫਿਰਨ ਜਾਂ ਦਿਮਾਗਾ 'ਚ ਰੱਖ ਸਕਣ ਕਿ ਕਿਹੜਾ ਮਸਲਾ ਕਿਹੜਾ ਮੁੱਦਾ ਤੇ ਕਿੰਨਾ ਜ਼ਰੂਰੀ ਗੱਲ ਕਰਨੀ ਤੁਸੀਂ ਦੇਖੋ ਵੀ ਅੱਜ ਤੋਂ ਜੇ ਆਪਾਂ ਮਹੀਨਾ ਪਿੱਛੇ ਚਲੇ ਜਾਈਏ ਤੇ ਪੰਜਾਬ ਦੇ ਲਈ ਸਭ ਤੋਂ ਵੱਡਾ ਮੁੱਦਾ ਕੀ ਸੀ SWA ਲਹਿਰ ਹੈ ਜੀ ਇਹ ਤਾਂ ਹੁਣ ਕਿੰਨੇ ਪਾਣੀ ਦੇਤਾ ਕਿੰਨੇ ਪਾਣੀ ਰੱਖ ਲਿਆ ਕਿੰਨੇ ਜਾ ਕੇ ਨੱਕਾ ਮੋੜਤਾ ਕਿੰਨੇ ਦੁਬਾਰਾ ਉਹਦੇ ਵਿੱਚ ਦੀ ਮਤਲਬ ਕਈ ਮਾਰਕੀਟ ਆਪ ਮਾਰ ਕੇ ਦੇ ਪਾਣੀ ਦੇਤਾ ਉਦੋਂ ਲੱਗਦਾ ਸੀ ਵੀ ਬਾਕੀ ਸਾਰੇ ਮੁੱਦੇ ਮੁੱਕ ਗਏ ਆਹੀ ਇੱਕ ਮੁੱਦਾ ਤੇ ਹੁਣ ਜੇ ਆਪਾਂ ਐਸਵਾਈਐਲ ਨਹਿਰ ਦੀ ਗੱਲ ਕਰ ਲਈ ਤੇ ਉਹ ਕਿਹੜਾ ਉਦੋਂ ਇੱਕ ਮਹੀਨਾ ਪਹਿਲਾਂ ਹੀ ਬਣੀ ਸੀ ਕਦੋਂ ਦਾ ਦਹਾਕਿਆਂ ਵੱਧੀ ਕਿੱਥੇ ਤੁਸੀਂ ਐਸਵਾਈਐਲ ਨਹਿਰ 'ਚ ਸ਼ੁਰੂਆਤ ਦੇਖ ਲਓ ਤੇ ਕਿਤੇ ਮਿੱਟੀ ਨਹੀਂ ਲੱਭਦੀ ਕਿਤੇ ਨਹਿਰ ਨਹੀਂ ਲੱਭਦੀ ਕਿਤੇ ਉਹਦੇ ਵਿੱਚ ਜੰਗਲ ਆ ਤੇ ਕਿਤੇ ਤੁਸੀਂ ਐਂਡ ਤੱਕ ਚਲੇ ਜਾਣਾ ਤੇ ਉਹੀ ਨਹਿਰ ਜਿਹੜੀ ਨੱਕੋ ਨੱਕ ਭਰੀ ਵਗਦੀ ਵੀ ਆ ਫੇਰ ਬੰਦਾ ਸੋਚਦਾ ਵੀ ਯਾਰ ਜਦੋਂ ਸ਼ੁਰੂ ਹੁੰਦੀ ਸੀ ਉਦੋਂ ਪਾਣੀ ਆਉਂਦਾ ਨਹੀਂ ਐਂਡ ਤੇ ਪਾਣੀ ਆਉਂਦਾ ਕਿੱਦਾਂ ਪਰ ਇਹ ਮਸਲੇ ਨੇ ਜਿਹੜੇ ਕਿ ਦਹਾਕਿਆਂ ਤੋਂ ਚੱਲ ਰਹੇ ਯਾਦ ਦੇ ਵਿੱਚ ਉਹ ਵੀ ਮਸਲਾ ਸੀ ਕਦੀ ਕਹਿੰਦੇ ਜੀ ਬੇਦਬੀ ਹੋਈ ਉਸ ਬੇਦਬੀ ਦੇ ਦੋਸ਼ੀ ਕੌਣ ਜਦੋਂ ਕਿਤੇ ਉਹ ਮਸਲਾ ਉੱਠ ਪੈਂਦਾ ਉਸ ਤੋਂ ਬਾਅਦ ਇਦਾਂ ਲੱਗਦਾ ਵੀ ਹੋਰ ਤੇ ਕੋਈ ਮਸਲਾ ਹੀ ਹੈ ਨਹੀਂ ਯਾਰ ਇਹੋ ਇੱਕੋ ਇੱਕ ਮੁੱਦਾ ਇਹਦਾ ਹੱਲ ਹੋਣਾ ਚਾਹੀਦਾ ਮਤਲਬ ਕਹਿਣ ਤੋਂ ਇਹ ਕਿ ਜਦੋਂ ਕੋਈ ਵੀ ਮੁੱਦਾ ਪੋਲਿਟੀਕਲ ਪਾਰਟੀਆਂ ਜਾਂ ਲੀਡਰ ਸਹਿਬਾਨਾਂ ਦੇ ਛੱਜ ਚਾਂ ਪੈਂਦਾ ਉਦੋਂ ਬਾਅਦ ਤਾਂ ਛੱਟ ਛੱਟ ਕੇ ਪੂਰਾ ਘਟਾੜਾ ਆਇਆ ਜਾਂਦਾ ਵੀ ਲੈ ਵੀ ਇਹ ਤਾਂ ਹੁਣ ਹੱਲ ਕਰਾ ਕੇ ਹਟਣਾ ਹੋਰ ਕੁਝ ਹੋ ਵੀ ਚਾਹੀਦਾ ਨਾ ਹੋਵੇ ਪਰ اچانک ਉਹ ਮੁੱਦੇ ਗਾਇਬ ਹੋ ਜਾਂਦੇ ਇਹ ਗੱਲ ਤੁਸੀਂ ਠੀਕ ਕਹੀ ਵੀ ਉਦੋਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਲੀਡਰ ਸਹਿਬਾਨ ਇੱਕ ਜਗ੍ਹਾ ਸਿਰ ਜੋੜ ਕੇ ਬੈਠੇ ਵੀ ਗੱਲਾਂ ਵੀ ਹੋਈਆਂ ਲੋਕਾਂ ਨੂੰ ਬੜੀ ਹੈਰਾਨਗੀ ਹੋਈ ਕਿ ਜਿਹੜੇ ਲੀਡਰ ਕਦੀ ਆਪਸ ਦੇ ਵਿੱਚ ਬੋਲੇ ਤੱਕ ਨਹੀਂ ਸੀ ਉਹ ਕਿਵੇਂ ਗੋਡੀ ਨਾਲ ਗੋਡਾ ਜੋੜ ਕੇ ਵੀ ਬੈਠੇ ਤੇ ਉਦੋਂ ਆਸ ਵੱਜੀ ਵੀ ਇਸ ਲੈਵਲ ਦਾ ਦਬਦਬਾ ਪ੍ਰੈਸ਼ਰ ਜੀ ਕ੍ਰੀਏਟ ਹੋ ਗਿਆ ਤੇ ਸ਼ਾਇਦ ਇਹ ਮਸਲਾ ਹੱਲ ਹੋ ਜੇ ਪਰ ਵੋਟਾਂ ਸੀ ਵੋਟਾਂ ਤੋਂ ਪਹਿਲਾਂ ਵੀ ਇਹ ਕਾਫੀ ਮੁੱਦਾ ਉੱਠਿਆ ਵੋਟਾਂ ਪੈ ਗਈਆਂ ਉਦੋਂ ਬਾਅਦ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਇੱਕ ਮੋਰਚਾ ਵੀ ਲੱਗਿਆ ਮੋਰਚੇ 'ਚ ਪਹਿਲਾਂ ਬੜਾ ਕੱਟ ਸੀ ਫਿਰ ਹੌਲੀ-ਹੌਲੀ ਉੱਥੇ ਵੀ ਗਿਣਤੀ ਘਟ ਗਈ ਉਸ ਤੋਂ ਬਾਅਦ ਜਦੋਂ ਐਸਜੀਪੀਸੀ ਨੇ ਉਹ ਦਸਤਖਤਾਂ ਦੀ ਮੁਹਿੰਮ ਚਲਾਈ ਸੀ ਉਦੋਂ ਮੈਨੂੰ ਲੱਗਦਾ ਸੀ ਵੀ ਯਾਰ 25 ਲੱਖ ਬਹੁਤ ਵੱਡੀ ਗਿਣਤੀ ਹੁੰਦੀ ਹੈ ਕੋਈ ਥੋੜੀ ਗਿਣਤੀ ਨਹੀਂ ਇਹ ਗਵਰਨਰ ਸਾਹਿਬ ਤਾਂ ਗੱਲ ਪਹੁੰਚ ਗਈ ਤੇ ਸ਼ਾਇਦ ਕਿਸ ਤਣਪਤਨ ਗੱਲ ਲੱਗ ਜੇ ਪਰ ਤੁਸੀਂ ਠੀਕ ਕਿਹਾ ਵੀ ਗਵਰਨਰ ਸਾਹਿਬ ਨੇ ਸਮਝ ਨਹੀਂ ਦਿੱਤਾ ਹੋ ਸਕਦਾ ਉਹਨਾਂ ਨੂੰ ਸਮਾਂ ਹੋਵੇ ਨਾ ਉਹਨਾਂ ਕੋਲੇ ਜਾਉ ਸਮਾਂ ਦੇਣਾ ਨਾ ਚਾਹੁੰਦੇ ਹੁਣ ਹੁਣ ਚਲੋ ਜੇ ਗੱਲ ਪਹੁੰਚੀ ਹੈ ਤੇ ਅਜੇ ਵੀ ਕੋਈ ਇਹ ਨਾ ਸਮਝੇ ਕਿ ਵੀ ਹਾਂ 25 ਲੱਖ ਬੰਦਿਆਂ ਦੇ ਕਾਗਜ਼ ਗਵਰਨਰ ਸਾਹਿਬ ਕੋਲੇ ਪਹੁੰਚ ਗਏ ਤੇ ਗੱਲ ਕਿਸੇ ਤਣਪਤਨ ਲੱਗ ਗਈ। ਅਜੇ ਤਾਂ ਇੱਕ ਥਾਗਾ ਤੇ ਰਾਹ 'ਚ ਹੀ ਪਹੁੰਚੇ ਨੇ। ਜਿੱਤੇ ਐਸਜੀਪੀਸੀ ਕੋਲੇ ਦਸਖਤ ਹੋ ਕੇ ਨਮੀ ਨਹੀਂ ਰਹਿ ਸਕਦੇ ਆ ਤੇ ਗਵਰਨਰ ਸਾਹਿਬ ਕੋਲੇ ਕੀ ਪਤਾ ਕਿੰਨਾ 'ਚ ਰਹਿਣਗੇ। ਫਿਰ ਉਦੋਂ ਗਾਹ ਜਿੱਥੇ ਪਹਚਾਏ ਜਾਣਗੇ ਉੱਥੇ ਜਿਹਨਾਂ ਨੇ ਫੈਸਲਾ ਲੈਣਾ ਉਹ ਪਤਾ ਨਹੀਂ ਕਿੰਨਾ 'ਚ ਰੱਖਣਗੇ। ਸੋ ਜੇ ਆਪਾਂ ਇਹ ਕਹੀਏ ਕਿ ਇਸ ਪ੍ਰੈਸ਼ਰ ਦਬ ਦਬੇ ਦੇ ਨਾਲ ਕੱਲ ਜਾਂ ਪਰਸੋਂ ਜਾਂ ਹਫਤੇ ਬਾਅਦ ਇਹਦਾ ਹੱਲ ਹੋ ਜਾਣਾ ਇਦਾਂ ਨਹੀਂ ਆ। ਪਰ ਹਾਂ ਇੱਕ ਮੁੱ ਸਾਡੀ ਇਹ ਬੇਨਤੀ ਜਦੋਂ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਕਿ ਕੋਈ ਵੀ ਮੁੱਦਾ ਜਦੋਂ ਪੋਲਿਟੀਕਲ ਪਾਰਟੀਆਂ ਬਣਾਉਂਦੀਆਂ ਨੇ ਤੇ ਉਦੋਂ ਉਹਨਾਂ ਨੂੰ ਲੱਗਦਾ ਵੀ ਇਹ ਹੀ ਮੁੱਦਾ ਇਹ ਹੱਲ ਕਰਾ ਕੇ ਠਣਾ ਉਹ ਜਿਹੜਾ ਉਸ ਲੈਵਲ ਦਾ ਪ੍ਰੈਸ਼ਰ ਹੈ ਉਹਨੂੰ ਥੋੜਾ ਥੋੜਾ ਕਰਕੇ ਸਹੀ ਪਰ ਕੰਟੀਨਿਊਟੀ ਚ ਰੱਖਿਆ ਜਾਵੇ ਤਾਂ ਜੋ ਨਤੀਜੇ ਰਿਜ਼ਲਟ ਜਿਹੜੇ ਨੇ ਉਹ ਵੀ ਦੇਖਣ ਇਹ ਨਾ ਹੋਵੇ ਵੀ ਇੱਕ ਮੁੱਦਾ ਥੋੜੇ ਚਿਰ ਚੱਲਿਆ ਓਕੇ ਯਾਰ ਹੁਣ ਕੋ ਨਵੀਂ ਗੱਲ ਕਰ ਲਓ ਇਹਦੇ ਨਾਲ ਹੁੰਦਾ ਕੀ ਆ ਵੀ ਲੋਕਾਂ ਦਾ ਵੀ ਹੌਲੀ ਹੌਲੀ ਇੱਕ ਧਿਆਨ じゃ ਹਟਣ ਲੱਗ ਪੈਂਦਾ ਵੀ ਯਾਰ ਚੌਥੇ ਦਿਨੇ ਫਲਾਨੀ ਗੱਲ ਕਰ ਲੈਂਦੇ ਆ ਉਦੋਂ ਬਾਅਦ ਭੁੱਲ ਜਾਂਦੇ ਆ ਇਸ ਸੰਧਾਲੀਆ ਸਾਹਿਬ ਤੁਹਾਡੀ ਗੱਲ ਠੀਕ ਹੈ ਚਲੋ ਅਸੀਂ ਆਸਤੇ ਉਮੀਦ ਕਰਦੇ ਹਾਂ ਕਿ ਹੁਣ ਇਸ ਮਸਲੇ ਦਾ ਹੱਲ ਹੋ ਜਾ ਕਿਉਂਕਿ ਬਾਰ-ਬਾਰ ਇਦਾਂ ਕਰਦੇ ਚੰਗੇ ਨਹੀਂ ਲੱਗਦਾ ਖਾਸ ਤੌਰ ਤੇ ਉਹਨਾਂ ਪਰਿਵਾਰਾਂ ਨੂੰ ਇੱਕ ਪਾਸਾ ਹੋ ਜਵੇ ਜਿਨ੍ਹਾਂ ਪਰਿਵਾਰਾਂ ਦੇ ਜੀ ਜਿਹੜੇ ਉਹ ਜੇਲ੍ਹਾਂ ਦੇ ਅੰਦਰ ਨੇ ਦੂਸਰੇ ਪਾਸੇ ਸੰਧਾਲੀਆ ਸਾਹਿਬ ਅੱਜ ਦਾ ਦਿਨ ਬਹੁਤ ਇੰਪੋਰਟੈਂਟ ਹੈ ਬੜਾ ਮਹੱਤਵਪੂਰਨ ਹੈ ਛਤਿਸਗੜ੍ਹ ਦੀਆਂ 70 ਵਿਧਾਨ ਸਭਾ ਸੀਟਾਂ ਦੂਸਰੇ ਗੇੜ ਦੇ ਲਈ ਵੋਟਾਂ ਪੈਣੀਆਂ ਕੁੱਲ ਸੀਟਾਂ 90 ਆ 20 ਸੀਟਾਂ ਤੇ ਵੋਟਾਂ ਪੈ ਗਈਆਂ ਬਾਕੀ ਬਚਦੀਆਂ 70 ਸੀਟਾਂ ਤੇ ਉੱਤੇ ਅਜੇ VOTING ਹੋਣੀ ਹੈ ਮੱਧ ਪ੍ਰਦੇਸ਼ ਸਾਡੇ ਲਈ ਬੜਾ ਇੰਪੋਰਟੈਂਟ ਸੂਬਾ ਹੈ politically ਸਿਆਸੀ ਤੌਰ ਦੇ ਉੱਤੇ 230 ਵਿਧਾਨ ਸਭਾ ਦੀਆਂ ਸੀਟਾਂ ਨੇ ਅੱਜ ਸਾਰਿਆਂ ਦੇ ਉੱਤੇ ਵੋਟਾਂ ਪੈਣੀਆਂ। ਕਸਰ ਕਿਸੇ ਨੇ ਕੋਈ ਨਹੀਂ ਛੱਡੀ ਆਪਾਂ ਮੱਧ ਪ੍ਰਦੇਸ਼ ਤੋਂ ਸ਼ੁਰੂ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ, ਜੇਪੀ ਨੱਡਾ ਸਾਹਿਬ ਨੇ, ਵਿਦੇਸ਼ ਤੇ ਕ੍ਰਮ ਮੰਤਰੀ ਅਮਿਤ ਸ਼ਾਹ ਸਾਹਿਬ ਨੇ, ਯੋਗੀ ਅਦਿੱਤਿਆਨਾਥ ਸਾਹਿਬ ਨੇ, ਬੀਬੀ ਸਮ੍ਰਿਤੀ ਇਰਾਨੀ ਨੇ ਤੇ ਹੋਰ ਬਹੁਤ ਸਾਰੇ ਲੀਡਰਾਂ ਨੇ ਜਿਹੜੇ ਭਾਜਪਾ ਦੇ ਨਾਲ ਸੰਬੰਧਿਤ ਨੇ। ਕਿਉਂਕਿ ਭਾਜਪਾ ਇਕੱਲੇ ਚੋਣ ਲੜ ਰਹੀ ਹੈ। ਉਹਨਾਂ ਨੇ ਸਾਰੀਆਂ ਸੀਟਾਂ ਤੇ ਉਮੀਦਵਾਰ ਖੜੇ ਕੀਤੇ ਆ ਮੁੱਖ ਮੰਤਰੀ ਦਾ ਦਾਵੇਦਾਰ ਕੋਈ ਨਹੀਂ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ ਉਹਨਾਂ ਨੇ ਰੱਜ ਕੇ ਪ੍ਰਚਾਰ ਕੀਤਾ ਜਿੰਨਾ ਕਰ ਸਕਦੇ ਆ ਠੋਕ ਵਾ ਜਾ ਕੇ ਕਸਰ ਨਹੀਂ ਕੋਈ ਛੱਡੀ ਕੀ ਰੋਡ ਸ਼ੋਅ ਕੀ ਰੈਲੀ ਕੀ ਡੋਰ ਟੂ ਡੋਰ ਪ੍ਰਚਾਰ ਕੀ ਅਨਾਉਂਸਮੈਂਟਸ ਸਭ ਕੁਝ ਤੇ ਭਾਰਤੀ ਜਨਤਾ ਪਾਰਟੀ ਦੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਦੁਬਾਰਾ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਬਣਾਈਏ ਦੂਸਰੇ ਪਾਸੇ ਕਾਂਗਰਸ ਪਾਰਟੀ ਵੱਲੋਂ ਬੀਬੀ ਪ੍ਰਿਯੰਕਾ ਗਾਂਧੀ ਰਾਹੁਲ ਗਾਂਧੀ ਮਲਕ ਅਰਜੁਨ ਖੜਗੇ ਤੇ ਹੋਰ ਬਹੁਤ ਸਾਰੇ ਲੀਡਰ ਫਿਰ ਉਹਨਾਂ ਨੇ ਵੀ ਹੁੰਜੇ ਨਹੀਂ ਲਾਇਆ ਇੱਕ ਥਾਂ ਤੇ ਦੂਸਰੇ ਥਾਂ ਦੂਸਰੇ ਥਾਂ ਤੇ ਤੀਸਰੇ ਥਾਂ ਚੌਥੇ ਥਾਂ ਇਹ ਸਭ ਤੋਂ ਪਹਿਲਾਂ ਬੀਬੀ ਪ੍ਰੇਨਕਾ ਗਾਂਧੀ ਨੇ ਮੱਧ ਪ੍ਰਦੇਸ਼ ਦੇ ਵਿੱਚ ਜਾ ਕੇ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਜੇ ਸਰਕਾਰ ਸਾਡੀ ਕਾਂਗਰਸ ਪਾਰਟੀ ਦੇ ਉੱਤੇ ਬਣ ਗਈ ਤੇ ਅਸੀਂ ਬੀਬੀਆਂ ਨੂੰ ਇੰਨੇ ਨੇ ਹਜ਼ਾਰ ਰੁਪਏ ਦੇਵਾਂਗੇ ਅਸੀਂ ਸਿਲੰਡਰ ਇੰਨੇ ਦਾ ਦੇਵਾਂਗੇ ਯਾਨੀ ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਨੇ ਵੀ ਕਸਰ ਨਹੀਂ ਛੱਡੀ ਹਾਂ ਕਾਂਗਰਸ ਪਾਰਟੀ ਇੱਥੇ ਸਮਾਜਵਾਦੀ ਪਾਰਟੀ ਜਿਹਨਾਂ ਦਾ ਚੋਣਸ਼ਾਨ ਸਾਈਕਲ ਹੈ ਉਹਨਾਂ ਨਾਲ ਗੱਠਜੋੜ ਕਰਨਾ ਚਾਹੁੰਦੀ ਸੀ ਅਖਲੇਸ਼ ਯਾਦਵ ਨਾਲ ਗੱਲਾਂਬਾਤਾਂ ਵੀ ਚੱਲਦੀ ਸਾਈਕਲ ਚੋਣ ਨਿਸ਼ਾਨ ਤੇ ਸਮਾਜਵਾਦੀ ਪਾਰਟੀ ਦੇ ਵੱਖਰੇ ਉਮੀਦਵਾਰ ਕੜੀ ਫਿਰਦਾ ਹੈ ਰੈਲੀਆਂ ਉਹਨੇ ਵੀ ਕੀਤੀਆਂ ਤੇ ਰੋਡ ਸ਼ੋਅ ਉਹਨੇ ਵੀ ਕੀਤੀਆਂ ਦਾ ਕਾਂਗਰਸ ਨੂੰ ਕਿੰਨਾ ਕਮਕਸਾਰ ਹੁੰਦਾ ਦੇਖਦੇ ਆ ਫਿਰ ਤੀਸਰਾ ਨੰਬਰ ਆਮ ਆਦਮੀ ਪਾਰਟੀ ਦਾ ਹੈ ਆਮ ਆਦਮੀ ਪਾਰਟੀ ਨੇ ਇਹਨਾਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਧ ਜ਼ੋਰ ਜੇ ਦੋ ਸੂਬਿਆਂ ਚ ਲਾਇਆ ਤੋਂ ਰਾਜਸਥਾਨ ਤੇ ਮੱਧ ਪ੍ਰਦੇਸ਼ ਨੇ ਤੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚੋਂ ਵੀ ਸਭ ਤੋਂ ਵੱਧ ਰੈਲੀਆਂ ਤੇ ਰੋਡ ਸ਼ੋਅ ਜੇ ਆਮ ਆਦਮੀ ਪਾਰਟੀ ਨੇ ਕਿਤੇ ਕੀਤੇ ਆ ਤੋਂ ਮੱਧ ਪ੍ਰਦੇਸ਼ ਦੇ ਵਿੱਚ ਹੈ ਸੈਕੰਡਰੀ ਉਮੀਦਵਾਰ ਆਮ ਆਦਮੀ ਪਾਰਟੀ ਦੇ ਖੜੇ ਨੇ अरविंद केजरीवाल ਸਾਹਿਬ ਕਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਨੂੰ ਨਾਲ ਲੈ ਕੇ ਜਾਂਦੇ ਸੀ ਫਿਰ केजरीवाल ਸਾਹਿਬ ਨੇ ਧਿਆਨ ਦੂਸਰੇ ਪਾਸੇ ਕੇਂਦਰਿਤ ਕਰ ਦਿੱਤਾ ਈਡੀ ਵਾਲੇ ਵੀ ਮਗਰ ਪੈ ਗਏ ਤੇ ਪਿਛਲੇ 10 ਦਿਨ ਤੱਕ ਭਗਵੰਤ ਮਾਨ ਸਾਹਿਬ ਨੇ ਇਕੱਲੇ ਹੀ ਉੱਥੇ ਰੋਡ ショਅ ਤੇ ਪ੍ਰਚਾਰ ਕੀਤਾ ਹੁਣ ਮੈਂ ਨਹੀਂ ਕਹਿਣਾ ਕਿ ਜਿਹੜੇ ਵਾਦੇ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਨੇ ਕੀਤੇ ਆ ਉਹ ਵਾਦੇ Rajasthan ਦੇ ਲੋਕਾਂ ਤੋਂ Madhya Pradesh ਦੇ ਲੋਕਾਂ ਦੇ ਬੜੇ ਪੱਖ ਦੇ ਸੀ ਉਹਦੇ ਨਾਲ ਵਧੀਆ ਹੋ ਜੁਣਾ ਪਰ ਇੱਥੇ ਸਿਆਸੀ ਤੌਰ ਦੇ ਉੱਤੇ ਤਾਕਤਾਂ ਪਰਖੀਆਂ ਜਾਣੀਆਂ ਭਾਜਪਾ ਨੇ ਵੀ ਉਮੀਦਵਾਰ ਖੜੇ ਕੀਤੇ ਆ ਵੈਸੀ ਸਾਹਿਬ ਦੀ ਪਾਰਟੀ ਦੇ ਵੀ ਬੰਦੇ ਖੜੇ ਆ ਹੋਰ ਵੀ ਇੱਕ ਦੋ ਛੋਟੀਆਂ ਧਿਰਾਂ ਉੱਥੇ ਕਿਸਮਤ ਅਜ਼ਮਾ ਰਹੀਆਂ ਪਰ ਤੁਸੀਂ ਦੇਖੋ ਇੰਨਾ ਇੰਪੋਰਟੈਂਟ ਹੈ ਮੱਧ ਪ੍ਰਦੇਸ਼ ਕਿ ਉੱਥੇ ਕਈ ਕੇਂਦਰ ਸਰਕਾਰ ਦੇ ਮੋਦੀ ਸਾਹਿਬ ਦੀ ਸਰਕਾਰ ਦੇ ਆਪਣੇ ਮੰਤਰੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਕੇਂਦਰ ਦੇ ਵਿੱਚ ਮੰਤਰੀ ਨੇ ਉਹਨਾਂ ਨੂੰ ਐਮਐਲਏ ਦੀ ਇਲੈਕਸ਼ਨ ਲੜਾਈ ਜਾ ਰਹੀ ਹੈ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਨੇ ਭਾਰਤ ਸਰਕਾਰ ਦੇ ਵਿੱਚ ਉਹ ਐਮਐਲਏ ਦੀ ਇਲੈਕਸ਼ਨ ਲੜ ਰਹੇ ਆ ਇਦਾ ਮਤਲਬ ਹੈ ਕਿ ਸਾਰਾ ਜ਼ੋਰ ਲਾ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਕਿ ਆਪਾਂ ਹੈਵੀweight ਤੋਂ ਹੈਵੀweight ਕੈਂਡੀਡੇਟ ਖੜੇ ਕਰਨੇ ਆ ਜਿਹਦਾ ਪ੍ਰਭਾਵ ਹਲਕਿਆਂ ਚ ਵੀ ਪਵੇ ਹੁਣ ਜੇ ਆਮ ਆਦਮੀ ਪਾਰਟੀ ਮੈਂ ਸਪਸ਼ਟ ਕਰ ਦਿੰਨਾ ਇੱਥੇ ਖਾਤਾ ਖੋਲ ਗਿਆ ਮੱਧ ਪ੍ਰਦੇਸ਼ ਚ ਚਾਹੀ ਇੱਕ ਸੀਟ ਜਿੱਤ ਗਈ ਚਾਹੀ ਦੋ ਜਿੱਤ ਗਈ ਚਾਹੀ ਪੰਜ ਜਿੱਤ ਗਈ ਜਿੱਦਾਂ ਗੁਜਰਾਤ ਜਿੱਤੀ ਸੀ ਕਿਉਂਕਿ ਕੋਈ ਰਾਤ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਤਕਰੀਬਨ 3 ਦਹਾਕੇ ਹੋ ਗਿਆ ਲਗਾਤਾਰ ਸਰਕਾਰ ਬਣਾਉਂਦੇ ਆ ਉੱਥੇ ਕੋਈ ਆਸ ਕਰਦਾ ਸੀ ਕਿ ਆਮ ਆਦਮੀ ਪਾਰਟੀ ਦਾ ਖਾਤਾ ਵੀ ਖੁੱਲ ਜਾਊ ਅਗਲੇ 5 ਸੀਟਾਂ ਲੈ ਗਏ ਇਥੇ ਜੇ ਆਮ ਆਦਮੀ ਪਾਰਟੀ ਮੱਧ ਪ੍ਰਦੇਸ਼ ਦੇ ਵਿੱਚ ਖਾਤਾ ਖੋਲਗੀ ਜਾਂ 4 ਜਾਂ 5% ਵੋਟਾਂ ਲੈ ਗਈ ਤੇ ਆਮ ਆਦਮੀ ਪਾਰਟੀ ਦਾ ਹੱਥ ਉੱਪਰ ਹੋ ਜੂਗਾ ਇਹ ਕਹਿਣ ਦੇ ਵਿੱਚ ਕਿ ਕੱਲ ਨੂੰ ਸਾਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਧ ਸੀਟਾਂ ਦਿਓ ਤੇ ਇਹ ਵੀ ਆਮ ਹੀ ਮੰਨਿਆ ਜਾਂਦਾ ਹੈ ਕਿ ਜਿੰਨੀਆਂ ਸੀਟਾਂ ਜਾਂ ਜਿੰਨੀਆਂ ਵੋਟਾਂ ਮੱਧ ਪ੍ਰਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਣੀਆਂ ਕਾਂਗਰਸ ਪਾਰਟੀ ਦਾ ਉਨਾ ਹੀ ਜ਼ਿਆਦਾ ਨੁਕਸਾਨ ਹੋ ਜਾਊਗਾ ਸਿੱਧੇ ਰੂਪ ਦੇ ਵਿੱਚ ਇਸ ਕਰਕੇ ਕਾਂਗਰਸ ਪਾਰਟੀ ਵਾਲੇ ਤਾਂ ਅਦਾਸਾ ਕਰਦੇ ਹੁਣੇ ਹੈ ਕਿ ਭਾਈ ਆਮ ਆਦਮੀ ਪਾਰਟੀ ਦੀ ਫੱਟੀ ਇੱਥੇ ਪਹੁੰਚੋ ਜਵੇ ਤੇ ਅਸੀਂ ਪੂਰੇ ਤਰ੍ਹਾਂ ਮੁਕਾਬਲੇ ਦੇ ਵਿੱਚ ਰਹੀਏ ਪਰ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕਹਾਣੀ ਕਿੱਧਰ ਨੂੰ ਜਾਂਦੀ ਹੈ ਤੇ ਤੀਸਰੀ ਗੱਲ ਮੈਂ ਇਹ ਵੀ ਸਪਸ਼ਟ ਕਰਦੇ ਹਾਂ ਕਿ ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸਭ ਤੋਂ ਵੱਧ ਪ੍ਰਚਾਰ ਕੀਤਾ ਹੈ ਅਰਵਿੰਦ ਕੇਜਰੀਵਾਲ ਤੋਂ ਵੀ ਵੱਧ ਪ੍ਰਚਾਰ ਕੀਤਾ ਹੈ ਜੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਇੱਥੇ ਕੁਝ ਠੀਕ ਰਹਿੰਦੀ ਹੈ ਤਾਂ ਭਗਵੰਤ ਮਾਨ ਹੋਰਾਂ ਦਾ ਸਿਆਸੀ ਕਦਮਤ ਰਾਸ਼ਟਰੀ ਰਾਜਨੀਤੀ ਦੇ ਵਿੱਚ ਵੱਧ ਸਕਦਾ ਹੈ ਇਕੱਲਾ ਕੱਦ ਬੁੱਤ ਨਹੀਂ ਵੱਧਦਾ ਹੁੰਦਾ ਫਿਰ ਖਤਰੇ ਵੀ ਵੱਧਦੇ ਹੁੰਦੇ ਆ ਫਿਰ ਕਈ ਕੁਸ਼ੀ ਵੱਧ ਜਾਂਦਾ ਹੁੰਦਾ ਇਸ ਕਰਕੇ ਇਹ ਵੀ ਚੀਜ਼ਾਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਨੇ ਪਰ ਕੁੱਲ ਮਿਲਾ ਕੇ ਮੱਧ ਪ੍ਰਦੇਸ਼ ਦੀਆਂ 230 ਵਿਧਾਨ ਸਭਾ ਸੀਟਾਂ ਜਿਨ੍ਹਾਂ ਸੀਟਾਂ ਦੇ ਉੱਤੇ ਅੱਜ ਸ਼ਾਮ 5 ਵਜੇ ਤੱਕ ਵੋਟਾਂ ਪੈਣੀਆਂ ਨਤੀਜਾ ਭਾਵੇਂ 3 ਦਸੰਬਰ ਨੂੰ ਆਉਣਾ ਹੈ ਬਾਕੀ ਚਾਰ ਸੂਬਿਆਂ ਦੇ ਨਾਲ ਨਾਲ ਹੀ ਆਉਣਾ ਹੈ ਪਰ ਅੱਜ ਬਹੁਤਾ ਕਰਕੇ ਇਹਨਾਂ ਪੰਜ ਸੂਬਿਆਂ ਦੇ ਵਿੱਚੋਂ ਪਤਾ ਲੱਗ ਜਾਣਾ ਕਿ ਭਾਈ ਫੁਲਾਰਾ ਕਿਧਰਲੇ ਪਾਸੇ ਵੱਧ ਜਾਂਦਾ ਹੈ ਅਰੇ ਵਾਟਸਐਪ ਤੁਸੀਂ ਦੇਖੋ ਜੇ ਆਪਾਂ ਸਟਰੈਟੇਜੀਕਲੀ ਵੀ ਦੇਖੀਏ ਜਦੋਂ ਆਪਾਂ ਭਾਰਤ ਦੇ ਨਕਸ਼ੇ ਨੂੰ ਦੇਖਦੇ ਆਂ ਤੇ ਜਦੋਂ ਆਪਾਂ ਮੱਧ ਪ੍ਰਦੇਸ਼ ਕਹਿੰਨੇ ਆ ਮੱਧ ਪ੍ਰਦੇਸ਼ ਵੀ ਮਤਲਬ ਜਿਹੜਾ ਉਹ ਪ੍ਰਦੇਸ਼ ਜਿਹੜਾ ਕਿ ਭਾਰਤ ਦੇ ਨਕਸ਼ੇ ਦੇ ਮੱਧ ਚੋਂ ਦਾ ਵਿਚਾਲੇ ਆਉਂਦਾ ਜੇ ਘੇਰੇ ਘੇਰੇ ਨਕਸ਼ੇ ਦੇ ਆਪਾਂ ਰਾਸ਼ਟਰ ਉਹਨਾਂ ਦੇ ਸਟੇਟ ਦੇਖੀਏ ਇੱਕ ਪਾਸੇ ਰਾਜਸਥਾਨ ਆ ਗਿਆ ਦੂਸਰੇ ਪਾਸੇ ਯੂਪੀ ਆ ਗਿਆ ਦੂਜੇ ਪਾਸੇ ਗੁਜਰਾਤ ਥੋੜਾ ਜਿਹਾ ਲੱਗਦਾ ਫਿਰ ਮਹਾਰਾਸ਼ਟਰ ਲੱਗਦਾ ਤੇਲੰਗਾਨਾ ਲੱਗਦਾ ਛਤੀਸਗੜ ਲੱਗਦਾ ਇਹ ਜਿੱਦਾਂ ਉੱਪਰ ਉੱਤਰੀ ਭਾਰਤ ਹੋ ਗਿਆ ਤੇ ਥੱਲੇ ਦੱਖਣੀ ਭਾਰਤ ਹੋ ਗਿਆ ਉਦੇ ਵਿਚਾਲੇ ਲੱਗਦਾ ਇੱਕ ਕਨੈਕਸ਼ਨ ਹੋ ਗਿਆ ਤੁਸੀਂ ਆਪ ਸੋਚੋ ਵੀ ਜਿਹੜਾ ਮੱਧ ਪ੍ਰਦੇਸ਼ ਉੱਪਰਲੇ ਪਾਸੇ ਯੂਪੀ ਵਾਲੇ ਪਾਸੇ ਲੱਗਦਾ ਉਹਦਾ ਪ੍ਰਭਾਵ ਯੂਪੀ ਵਾਲਿਆਂ ਵਰਗਾ ਤੇ ਜੇ ਆਪਾਂ ਮੱਧ ਪ੍ਰਦੇਸ਼ ਜਿਹੜਾ ਥਲੇ ਤੇਲੰਗਾਨ ਨਾਲੇ ਪਾਸੇ ਲੱਗਦਾ ਜਾਂ ਮਹਾਰਾਸ਼ਟਰ ਵਾਲੇ ਪਾਸੇ ਲੱਗਦਾ ਉਹਦਾ ਪ੍ਰਭਾਵ ਉਧਰਲਾ ਦੱਖਣ ਭਾਰਤ ਵਾਲੇ ਪਾਸੇ ਵਾਲਾ ਥੋੜਾ ਥੋੜਾ ਹੋ ਗਿਆ ਹੁਣ ਇਹਦੀ ਵੀ ਆਪਾਂ ਇੱਥੇ ਖੇਡ ਦੇਖੀ ਵੀ ਸਰਕਾਰ ਜੇ ਮੰਨੋ ਕਾਂਗਰਸ ਬਣਾਉਂਦੀ ਆ ਤੇ ਠੇਬੀਆਂ ਲਾਉਣ ਨੂੰ ਭਾਜਪਾ ਵੀ ਪਿੱਛੇ ਨਹੀਂ ਹਟਦੀ ਉਹਨਾਂ ਨੂੰ ਲੱਗਦਾ ਵੀ ਯਾਰ ਲੋਕ ਸਾਡੇ ਨਾਲ ਨੇ ਉਹ ਕਹਿੰਦੇ ਲੋਕ ਭਾਵੇਂ ਤੁਹਾਡੇ ਨਾਲ ਵੀਰਾਂ ਰਹਿਣ ਇਦੋ ਲੀਡਰੀ ਤੋੜ ਮਰੋੜ ਕੇ ਅਸੀਂ ਆਪਣੇ ਨਾਲ ਲੈ ਆਂਦੇ ਤੇ ਫਿਰ ਤੁਹਾਨੂੰ ਲੋਕ ਕਰਨਗੇ ਕੀ ਉਹ ਜਿਹੜੀ ਮੈਨੂੰ ਲੱਗਦਾ ਵੀ ਤਿਕੜਮ ਇਸ ਤੋਂ ਪਹਿਲਾਂ ਆਪਾਂ ਦੇਖੀ ਉਹਨੂੰ ਲੈ ਕੇ ਦੋਵੇਂ ਪਾਰਟੀਆਂ ਇਸ ਵਕਤ ਭਾਰਤ ਦੇਸ਼ ਤੇ ਮੱਧ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਜ਼ਿਆਦਾ ਲੜਦੀਆਂ ਪਈਆਂ ਜਿੱਥੇ ਕਾਂਗਰਸ ਪਾਰਟੀ ਵੱਲੋਂ ਦੇਖੀਏ ਤੇ ਰੋਜ਼ ਹੀ ਰੋਡ ਸ਼ੋਅ ਤੇ ਰੈਲੀਆਂ ਆਪਾਂ ਵੇਖੀਆਂ ਕਿ ਰਾਹੁਲ ਗਾਂਧੀ ਹੋਰੀ ਉਹਨਾਂ ਦੇ ਭੈਣ ਜੀ ਹੋਰੀ ਉਹ ਵੀ ਕਰਦੇ ਰਹੇ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਆਪਣੇ ਪਰਸਨਲ ਅਕਾਊਂਟਸ ਤੇ ਉਹ ਆਪਣੀਆਂ ਸੈਲਫੀਜ਼ ਪਾਉਂਦੇ ਰਹੇ ਮਤਲਬ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਦੇਖੀ ਕਿ ਪਹਿਲਾਂ ਹੁੰਦਾ ਹੁੰਦਾ ਸੀ ਵੀ ਇੱਕ ਸਟੇਜ ਲ ਇਸੇ ਦੀ ਉੱਪਰ ਸਾਹਮਣੇ ਵੱਡੀ ਸਾਰੀ ਰੈਲੀ ਦੇ ਵਿੱਚ ਲੋਕ ਬੈਠੇ ਹੋਣੇ ਤਿੰਨ ਚਾਰ ਲੀਡਰਾਂ ਦੀਆਂ ਧੌਣਾ ਜੀਆਂ ਕਮਾ ਕੇ ਤੇ ਪਿੱਛੋਂ ਫੋਟੋਗ੍ਰਾਫਰ ਸਾਹਿਬ ਨੇ ਫੋਟੋ ਖਿੱਚ ਕੇ ਦੇ ਅਗਲੇ ਦਿਨ ਵੱਡੀ ਕਰਕੇ ਛਾਪਣੀ ਇਹਦਾ ਮਤਲਬ ਇਹ ਹੋ ਗਿਆ ਵੀ ਲੋਕ ਉਹਨਾਂ ਰੈਲੀਆਂ ਰੂਲੀਆਂ ਤੱਕ ਉਹ ਕਹਿੰਦਾ ਇੰਨਾ ਟਾਈਮ ਹੈ ਨਹੀਂ ਵੀਰ ਮੇਰੇ ਨਿਆਣੇ ਪਾਲਣੇ ਆ ਆਪ ਕੈਂਟਰ ਲੈ ਕੇ ਤੇ ਲੀਡਰ ਹੁਣ ਲੋਕਾਂ 'ਚ ਜਾਂਦੇ ਨੇ ਵੀ ਯਾਰ ਗਲੀਆਂ ਗੁਲੀਆਂ 'ਚੋਂ ਭੀੜ-ਪੂੜ ਜੀ ਨਜ਼ਰ ਆਵੇ ਫਿਰ ਹੁਣ ਕੈਂਟਰ ਜਦੋਂ ਉਹ ਜਾਦੇ ਉੱਥੇ ਫੋਟੋਗ੍ਰਾਫਰ ਕਿੱਥੋਂ ਚੜੇ ਇਹ ਕਰਕੇ ਸੈਲਫੀਆਂ ਖਿੱਚ-ਖਿੱਚ ਕੇ ਉਹ ਕਹਿੰਦੇ ਵੀ ਦੇਖੋ ਇਹ ਦਾਅਵੇ ਦੋਹਾਂ ਦੇ ਨੇ ਚਾਹੇ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਚਾਹੇ ਆਪਾਂ ਭਾਜਪਾ ਦੀ ਗੱਲ ਕਰ ਲਈਏ ਚਲੋ ਦੋ ਧਿਰਾਂ ਨੇ ਦੋਹਾਂ ਧਿਰਾਂ ਨੂੰ ਚਾਹੇ ਇੱਕ ਪਾਰਟੀ ਨੂੰ ਵੋਟਾਂ ਪੈ ਗਈਆਂ ਦੂਸਰੀਆਂ ਨੇ ਟਿਕੜਮ ਲੜਾ ਲਈ ਰਾਜ ਦੋਨੇ ਰਲਿਆ ਮਿਲੇ ਜਾਂ ਕਰ ਲਿਆ ਤੇ ਹੁਣ ਦਾਅਵੇ ਵੀ ਦੋਹਾਂ ਦੇ ਨੇ ਕਿ ਮਧ ਪ੍ਰਦੇਸ਼ ਸਾਡਾ ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਜਿਹੜੀ ਤਿੱਜੀ ਸੈਂਡਵਿਚ ਵਾਂਗੂ ਇੱਕ ਹੁੰਦਾ ਵੀ ਮਤਲਬ ਦੋ ਬਰੈਡਾਂ 'ਚ ਭਾਜੀ ਬਾਕੀ ਠੀਕ ਆ ਇੱਕ ਥੋੜਾ ਜਿਹਾ ਮਲਾਲੂ ਟਿੱਕੀ ਜੀ ਲਾ ਕੇ ਵਿੱਚ ਦੇ ਦਿਓ ਉਹ ਜਿਹੜਾ ਸੈਂਡਵਿਚ ਬਣਨ ਨੂੰ ਫਿਰ ਰਹੀ ਆਮ ਆਦਮੀ ਪਾਰਟੀ ਮੈਂ ਸੋਚਦਾ ਸੀ ਕੀ ਕੇਜਰੀਵਾਲ ਸਾਹਿਬ ਦੇ ਨਾਲ ਨਾਲ ਜੇ ਉੱਥੇ ਕੋਈ ਚਿਹਰਾ ਦੂਸਰਾ ਆਮ ਆਦਮੀ ਪਾਰਟੀ ਦਾ ਤੇ ਉਹ ਭਗਵੰਤ ਮਾਨ ਹੋਰਾਂ ਦਾ ਹੁਣ ਭਗਵੰਤ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਦੇ ਨਾਲ ਵੀ ਤੇ ਕੇਜਰੀਵਾਲ ਸਾਹਿਬ ਤੋਂ ਬਿਨਾਂ ਵੀ ਉੱਥੇ ਜਾ ਕੇ ਪ੍ਰਚਾਰ ਕੀਤਾ ਹੁਣ ਪੰਜਾਬੋਂ ਬਾਹਰ ਪੰਜਾਬ ਦੇ ਐਜ਼ੇ ਮੁੱਖ ਮੰਤਰੀ ਕਹਿ ਲਓ ਤੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਲੀਡਰ ਦੇ ਤੌਰ ਤੇ ਕਹਿ ਲਓ ਜਿਸ ਤਰ੍ਹਾਂ ਉੱਥੇ ਜਾ ਕੇ ਪ੍ਰਚਾਰ ਪ੍ਰਸਾਰ ਜਿਹੜਾ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਕੀਤਾ ਮੈਂ ਸੋਚਦਾ ਸੀ ਵੀ ਜੇ ਉੱਥੇ ਕੋਈ ਗੱਲਬਾਤ ਬਹਿ ਗਈ, ਕੁੱਤੈ ਬਹਿ ਗਈ, ਕੋਈ ਵੋਟਾਂ ਦੀ ਮੈਂ ਨਹੀਂ ਕਹਿੰਦਾ ਆਮ ਆਦਮੀ ਪਾਰਟੀ ਨਾਲ ਸਰਕਾਰ ਬਣਾ ਲੈਣੀ ਐ ਪਰ ਇੱਕ ਹੁੰਦਾ ਪ੍ਰਦਰਸ਼ਨ ਉਹ ਚਾਹੇ ਆਪਾਂ ਵੋਟ ਪਰਸੈਂਟੇਜ ਤੋਂ ਕੱਢ ਲਈਏ, ਚਾਹੇ ਆਪਾਂ ਸੀਟਾਂ ਤੋਂ ਕੱਢ ਲਈਏ, ਚਾਹੇ ਆਪਾਂ ਕੱਲ ਨੂੰ ਹੇਕ ਡਾਊਨ ਵਾਲੇ ਪਾਸੇ ਕੱਢ ਲਈਏ ਵੀ ਯਾਰ ਅਸੀਂ ਉੱਥੇ ਜਾ ਕੇ ਫਲਾਣੇ ਫਲਾਣੇ ਨੂੰ ਟੱਕਰ ਦਿੰਤੀ ਅਸੀਂ ਇੱਕ ਰਾ ਅਗਲਿਆਂ ਦੀ ਜਿਹੜੀ ਖੇਡ ਸੀ ਉਹ ਵਿਗਾੜੀ ਜਰੂਰ। ਮੈਨੂੰ ਲੱਗਦਾ ਵੀ ਜੇ ਇਸ ਤਰ੍ਹਾਂ ਦਾ ਕੋਈ ਅੰਕੜਾ ਡਾਟਾ ਕੱਲ ਨੂੰ ਰਿਜ਼ਲਟ ਦੇ ਰੂਪ ਦੇ ਵਿੱਚ ਬਾਹਰ ਆਉਂਦਾ ਤੇ ਭਗਵੰਤ ਮਾਨ ਸਾਹਿਬ ਦਾ ਕ ਨੀ ਇਹਦੇ ਵਿੱਚ ਕੋਈ ਦੂਰਾ ਨਹੀਂ ਪੰਜਾਬ ਦੇ ਵਿੱਚੋਂ ਇਹਨਾਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੇ ਕੋਈ ਲੀਡਰ ਪੰਜਾਬ ਚ ਅੱਗੇ ਹੋ ਕੇ ਗਏ ਤੇ ਉਹ ਦੋ ਹੀ ਨੇ ਇੱਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਤੇ ਦੂਸਰੇ ਭਗਵੰਤ ਸਿੰਘ ਮਾਨ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਹਰ ਹੁਣ ਵੀ ਕਾਂਗਰਸ ਪਾਰਟੀ ਨੇ ਰਾਜਸਥਾਨ ਕਾਂਗਰਸ ਦਾ ਇੰਚਾਰਜ ਲਾਇਆ ਸੀ ਜਿੱਥੇ ਅਸ਼ੋਕ ਗਹਿਲੋਤ ਤੇ ਸਚਨ ਪਾਇਲਟ ਦੀ ਫੁੱਲ ਲੜਾਈ ਸੀ ਹੈਗੀ ਐਸ ਵੇਲੇ ਵੀ ਇਹ ਸਿਖਰ ਫੁੱਲ ਲੜਾਈ ਤੇ ਉੱਥੇ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦੇ ਇੱਕ ਆਗੂ ਦਾ ਇੰਚਾਰਜ ਬਣਨਾ ਰਾਹੁਲ ਗਾਂਧੀ ਹੋਰਾ ਦੇ ਨਾਲ ਹੈਲੀਕਾਪਟਰ ਦੇ ਵਿੱਚ ਬੈਠ ਕੇ ਥਾਂ-ਥਾਂ ਰੈਲੀਆਂ ਦੇ ਉੱਤੇ ਜਾਣਾ ਪਾਰਟੀ ਦੀਆਂ ਮੀਟਿੰਗਾਂ ਕਰਾਉਣਾ ਉਮੀਦਵਾਰਾਂ ਦੇ ਚੋਣ ਦੇ ਵਿੱਚ ਵੱਡੀ ਭੂਮਿਕਾ ਨਿਭਾਉਣਾ ਇਹ ਕੋਈ ਛੋਟਾ ਮਸਲਾ ਤਾਂ ਹੈ ਨਹੀਂ ਮਸਲਾ ਤਾਂ ਵੱਡਾ ਹੈ ਤੇ ਭਗਵਾਨਤਾਨ ਹੋਰੀ ਜਿਸ ਤਰੀਕੇ ਨਾਲ ਕੀ ਚੱਕਰ ਤੇ ਚੱਕਰ ਲਗਾ ਹਾਲਾਂਕਿ ਉਹਨਾਂ ਦੇ ਹੈਲੀਕਾਪਟਰ ਦਾ ਉਹਨਾਂ ਦੀ ਜਹਾਜ਼ ਦੀ ਯਾਤਰਾ ਦਾ ਰੋਲਾ ਵੀ ਪੈਂਦਾ ਉਹਦੀਆਂ ਆਰਟੀਆਈਜ਼ ਵੀ ਪਾਈਆਂ ਜਾ ਰਹੀਆਂ ਪੰਜਾਬ ਦੇ ਵਿੱਚ ਕਿਤਨਾ ਕਿਤੇ ਇਸ ਮੁੱਦੇ ਦੇ ਉੱਤੇ ਨਾ ਪੱਖੀ ਪ੍ਰਚਾਰ ਵੀ ਸਿਖਰ ਤੇ ਹੈ ਪਰ ਫਿਰ ਵੀ ਇਹ ਦੋਹੀ ਲੀਡਰ ਨੇ ਜਿਹੜੇ ਤੁਸੀਂ ਸਭ ਤੋਂ ਵੱਧ ਪੰਜਾਬ ਤੋਂ ਬਾਅਦ ਇਹਨਾਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਚਰਚੇ ਦੇਖੇ ਹੋਣੇ ਬਾਕੀ 3 ਦਸੰਬਰ ਨੂੰ ਸੰਧਾ ਵਾਲੀ ਜਸਾ ਪਤਾ ਲੱਗ ਜਾਊਗਾ ਆਪਾਂ ਸਿੱਧੇ ਮੱਧ ਪ੍ਰਦੇਸ਼ ਤੋਂ ਬਠਿੰਡੇ ਆਉਣਾ ਜੀ ਬਠਿੰਡਾ ਹਮੇਸ਼ਾ ਚਰਚਾ ਦਾ ਕੇਂਦਰ ਰਿਹਾ ਉਦੋਂ ਵੀ ਚਰਚਾ ਦਾ ਕੇਂਦਰ ਰਿਹਾ ਸੀ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਤੇ ਦੂਸਰੇ ਪਾਸੇ ਮਨਪ੍ਰੀਤ ਸਿੰਘ ਬਾਦਲ ਦੀ ਆਪਸ ਵਿੱਚ ਲੋਕ ਸਭਾ ਚੋਣਾਂ ਦੇ ਮੌਕੇ 2014 'ਚ ਟੱਕਰ ਹੋਈ ਸੀ ਤੇ ਚਰਚਾ ਉਦੋਂ ਵੀ ਥੋੜੀ ਨਹੀਂ ਸੀ ਹੋਈ ਜਦੋਂ 2019 ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਤੇ ਨਾਲ ਹੀ ਅਮਰਿੰਦਰ ਸਿੰਘ ਰਾਜਾਵੜਿੰਗ ਜਿਹੜੇ ਇਸ ਵੇਲੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਦੀ ਸਿੱਧੀ ਆਪਸ ਵਿੱਚ ਟੱਕਰ ਹੋਈ ਸੀ ਐਨ ਸਿਖਰ ਸੀ ਕੰਮ ਤੋਂ ਵੀ ਹੁਣ ਹਾਲਾਤ ਕੀ ਨੇ ਬਠਿੰਡਾ ਇੱਕ ਵਾਰ ਫਿਰ ਰਾਜਨੀਤੀ ਦਾ ਕੇਂਦਰ ਬਿੰਦੂ ਹੈ ਲੰਗੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼ਾਇਦ ਹੀ ਪੰਜਾਬ ਦਾ ਕੋਈ ਇਦਾਂ ਦਾ ਹਲਕਾ ਹੋਵੇ ਜਿੱਥੇ ਆ ਕੁਝ ਚੱਲਦਾ ਸੀ ਕਿਉਂਕਿ ਉਦੋਂ ਇਸੇ ਬਠਿੰਡਾ ਸ਼ਹਿਰ ਦੇ ਵਿੱਚ ਜਿਹਦੀ ਆਪਾਂ ਹੁਣ ਗੱਲ ਕਰਨੀ ਹੈ ਅਕਾਲੀ ਦਲ ਦੇ ਉਮੀਦਵਾਰ ਸੀ ਸੁਰਪਚੰਦ ਸਿੰਘ ਅੱਜਕੱਲ੍ਹ ਤੋਂ ਭਾਜੀਪੀ ਦੇ ਲੀਡਰ ਨੇ ਉਹਨਾਂ ਨੇ ਪਾਰਟੀ ਦੀ ਹਾਈ ਕਮਾਂਡ ਦੇ ਸਟੇਜ ਤੇ ਖੜਿਆ ਕਹਿਤਾ ਸੀ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਖਿਲਾਫ ਖੜੇ ਸੀ ਉਹ ਕਾਂਗਰਸ ਪਾਰਟੀ ਦੇ ਕੈਂਡੀਡੇਟ ਸਨ ਅੱਜਕੱਲ ਤਾਂ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਨੇ ਤੇ ਉਦੋਂ ਸਰੂਪ ਚੰਦ ਸਿੰਗਲਾ ਨੇ ਅਕਾਲੀ ਦਲ ਦੇ ਉਮੀਦਵਾਰ ਹੁੰਦੇ ਆ ਅਕਾਲੀ ਦਲ ਦੀ ਲੀਡਰਸ਼ਿਪ ਦੀ ਹਾਜ਼ਰੀ ਦੇ ਵਿੱਚ ਕਹਿਤਾ ਸੀ ਜੀ ਮੇਰੇ ਵਰਕਰ ਕਈ ਆ ਕੇ ਪੁੱਛਦੇ ਆ ਕਿ ਭਾਈ ਪਾਰਟੀ ਤੁਹਾਡੇ ਨਾਲ ਘਟ ਹੈ ਤੇ ਦੂਜਿਆਂ ਨਾਲ ਵਧ ਹੈ ਤੁਸੀਂ ਮੈਨੂੰ ਮਰਜ਼ਾ ਸਮਝਾ ਕੇ ਦੱਸ ਦਿਓ ਤੇ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਉਹੀ ਬਠਿੰਡਾ ਜਿੱਥੇ ਮਨਪ੍ਰੀਤ ਸਿੰਘ ਬਾਦਲ ਖੜੇ ਸੀ ਤੇ ਮਨਪ੍ਰੀਤ ਸਿੰਘ ਬਾਦਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਚਾਲੇ 36 ਦਾ ਅੰਕੜਾ ਸੀ ਅਜੇ ਤੱਕ ਚਲੋ ਪਾਰਟੀਆਂ ਵੱਖੋ ਵੱਖਰੀਆਂ ਉਦੋਂ ਵੀ ਕਈ ਰੌਲੇ ਪੈਂਦੇ ਸੀ ਕਿ ਕੌਣ ਕਿਹਦੀਆਂ ਜੜਾਂ ਕਿੱਥੇ ਜਾ ਕੇ ਵੱਢਦਾ ਕੋਈ ਕਹਿੰਦਾ ਸੀ ਇਹ ਗਿੱਦੜਵਾਹੇ ਆ ਕੇ ਵੱਢੀ ਜਾਂਦੇ ਆ ਕੋਈ ਕਹਿੰਦਾ ਸੀ ਉਹ ਬਠਿੰਡੇ ਸ਼ਹਿਰੀ ਆ ਕੇ ਵੱਢੀ ਜਾਂਦੇ ਆ ਯਾਨੀ ਹਮੇਸ਼ਾ ਚਰਚਾ ਦਾ ਕੇਂਦਰ ਬਠਿੰਡਾ ਰਿਹਾ ਹੁਣ ਕੀ ਹੁੰਦਾ ਨਗਰ ਨਿਗਮ ਬਠਿੰਡਾ 50 ਕਾਉਂਸਲਰ ਨੇ ਉਹਦੇ ਮਨਪ੍ਰੀਤ ਸਿੰਘ ਬਾਦਲ ਦੀ ਤੂਤੀ ਬੋਲਦੀ ਸੀ 5 ਸਾਲ ਫਾਈਨੈਂਸ ਮਿਨਿਸਟਰ ਰਹੇ ਉਹ ਪੰਜਾਬ ਦੇ ਕੈਪਟਨ ਸਾਹਿਬ ਤੇ ਚੰਨੀ ਸਾਹਿਬ ਦੀ ਸਰਕਾਰ ਦੇ ਵਿੱਚ ਤੇ ਬੀਬੀ ਰਮਨ ਗੋਲ ਮੇਰ ਬੜਾਈ ਸੀ ਉਹ ਮਨਪ੍ਰੀਤ ਸਿੰਘ ਬਾਦਲ ਦੇ ਸਮਰਥਕ ਬਹੁਤੇ ਕਾਉਂਸਲਰ ਮਨਪ੍ਰੀਤ ਸਿੰਘ ਬਾਦਲ ਹਰਾਂ ਦੇ ਆਪ ਦੇ ਪਰ ਜਦੋਂ ਮਨਪ੍ਰੀਤ ਸਿੰਘ ਬਾਦਲ ਵਿਧਾਨ ਸਭਾ ਦੀ ਚੋਣ ਹਰਗੈ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਚੱਲੇਗੀ ਜਦੋਂ ਮਨਪ੍ਰੀਤ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਚਲੇਗਾ ਉਦੋਂ ਦਾ ਹੀ ਰੌਲਾ ਪੈਂਦਾ ਸੀ ਕਿਉਂਕਿ ਜਗਰੂਪਗੇ ਲਾਮਾ ਆਦਮੀ ਪਾਰਟੀ ਤੋਂ ਉਥੇ ਐਮਐਲਏ ਨੇ ਕਦੇ ਮਨਪ੍ਰੀਤ ਸਿੰਘ ਬਾਦਲ ਦੇ ਸਾਥੀ ਹੁੰਦੇ ਸੀ ਉਹਨਾਂ ਦੇ ਰੌਲਾ ਪੈਂਦਾ ਸੀ ਕਿ ਹੁਣ ਮਨਪ੍ਰੀਤ ਬਾਦਲ ਸਮਰਥਕ ਬੀਬੀ ਰਮਨ ਕੋਇਲ ਜਿਹੜਿਆ ਉਹਨਾਂ ਨੂੰ ਮੇਰੇ ਤੇ ਉਹਤੇ ਤੋਂ ਹਟਾਤਾ ਜਾਊਗਾ ਕੋਸ਼ਿਸ਼ਾਂ ਜਾਰੀ ਸੀ ਪਰ ਕਿਸੇ ਇੱਕ ਧਿਰ ਦੇ ਕੋਲ ਇੰਨੇ ਬੰਦੇ ਨਹੀਂ ਸੀ ਇੱਕ ਮਹੀਨਾ ਲੱਗਿਆ ਦੋ ਮਹੀਨੇ ਲੱਗਿਆ ਤਿੰਨ ਮਹੀਨੇ ਲੱਗੇ ਆਖਰਕਾਰ 50 ਕਾਉਂਸਲਰਾਂ ਦੇ ਵਿੱਚੋਂ ਆ ਤਿੰਨ ਚਾਰ ਦਿਨ ਪਹਿਲਾਂ ਕਹਿੰਦੇ ਆ ਕਿ 34 ਕਾਉਂਸਲਰਾਂ ਨੇ ਬੇਪਰੋਸਗੀ ਦਾ ਮਤਾ ਪੇਸ਼ ਕਰਤਾ ਕਿ ਅਸੀਂ ਮਨਪ੍ਰੀਤ ਬਾਦਲ ਦੀ ਸਮਰਥਕ ਬੀਬੀ ਰਮਨ ਕੋਇਲ ਹੋਰ ਅਨੁਸਮਰਥਨ ਨਹੀਂ ਕਰਦੇ ਅਸੀਂ ਬੇਪਰੋਸਗੀ ਉਹਦੇ ਵਿੱਚ ਪ੍ਰਗਟ ਕਰਦੇ ਆ ਉਹਦੇ ਤੋਂ ਬਾਅਦ ਮੀਟਿੰਗ ਸੱਤ ਲਈ ਗਈ ਕਿ ਪਾਈ ਕਾਉਂਸਲਰ ਸਾਰੇ ਆਉਣ। ਉੱਥੇ ਪਤਾ ਲੱਗਾ ਕਿ 26 ਕਾਉਂਸਲਰ ਕਾਂਗਰਸ ਦੇ ਤਿੰਨ ਚਾਰ ਕਾਂਗਰਸ ਜਿਹੜੇ ਅਕਾਲੀ ਦਲ ਦੇ ਕਾਉਂਸਲਰ ਜਿਨ੍ਹਾਂ ਦੀ ਗਣਤੀ 30 ਕੱਤੀ ਹੋ ਗਈ ਸੀ। ਕਿਉਂਕਿ ਐਮਐਲਏ ਸਭ ਦੀ ਵੀ ਵੋਟ ਹੁੰਦੀ ਉਹ ਵੀ ਆਏ। ਉਹਨਾਂ ਸਾਰਿਆਂ ਨੇ ਰਲ ਕੇ ਕਿਹਾ ਕਿ ਪਾਈ ਅਸੀਂ ਰਮਨ ਗੋਇਲ ਜਿਹੜੇ ਕਿ ਮਨਪ੍ਰੀਤ ਬਾਦਲ ਦੇ ਸਮਰਥਕ ਨੇ ਉਹਨਾਂ ਦੀ ਮੇਹਰਸ਼ਿਪ ਦੇ ਵਿੱਚ ਵੀ ਪ੍ਰੋਸਕੀ ਪ੍ਰਗਟ ਕਰਦੇ ਆ। ਹੁਣ ਇਸ ਵੀਰੇ ਹਾਲਾਤ ਕੀ ਨੇ? ਹਾਲਾਤ ਇਹ ਨੇ ਕਿ ਜਿਹੜੇ ਬੰਦੇ ਤਾਂ ਭਾਰਤੀ ਜਨਤਾ ਪਾਰਟੀ ਦੇ ਨਹੀਂ ਯਾਨੀ ਕਿ ਮਨਪ੍ਰੀਤ ਸਿੰਘ ਬਾਦਲ ਦੇ ਸਮਰਥਕ ਨੇ ਉਹ ਕਹੀ ਜਾਂਦੇ ਆ ਜੀ ਇੱਥੇ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਵਾਲੇ ਤੇ ਅਕਾਲੀ ਰਲ ਗਏ ਤੇ ਜਿਹੜੇ ਦੂਸਰੇ ਪਾਸੇ ਨੇ ਉਹ ਕਹੀ ਜਾਂਦੇ ਜੀ ਬਾਕੀ ਸਾਰੇ ਰਲ ਗਏ ਯਾਨੀ ਮੌਜੂਦਾ ਮੇਅਰ ਦੇ ਖਿਲਾਫ ਬੇਪਰੋਸਗੀ ਦਾ ਮਤ ਹੈ ਤੇ 30 ਦੂਜੇ ਪਾਸੇ ਅਗਲਾ ਮੇਅਰ ਕੌਣ ਹੋਏਗਾ ਉਹਦਾ ਪਤਾ ਕੋਈ ਨਹੀਂ ਕਿਉਂਕਿ ਜੇ 25 26 ਬੰਦੇ ਕਾਂਗਰਸ ਪਾਰਟੀ ਦੇ ਨੇ ਚਾਰਕ ਦੂਜੇ ਕਿਉਂਕਿ ਅਕਾਲੀ ਤੇ ਕਾਂਗਰਸੀ ਇਕੱਠੇ ਹੋਏ ਆ ਇਹ ਤਾਂ ਗੱਲ ਬੜੀ ਕਲੀਅਰ ਹੈ ਪਰ ਇਕੱਠੇ ਇਸ ਕਰਕੇ ਨਹੀਂ ਹੋਏ ਕਿ ਅਸੀਂ ਆਪਣਾ ਬੰਦਾ ਕੋ ਮੇਅਰ ਬਣਾਉਣਾ ਉਹ ਇਕੱਠੇ ਇਸ ਕਰਕੇ ਕਿ ਬੀਬੀ ਰਮਨ ਕੋਲ ਲਾਈਏ ਯਾਨੀ ਕੁੱਲ ਮਿਲਾ ਕੇ ਅਗਲਾ ਮੇਰ ਭਾਵੇਂ ਕੋਈ ਵੀ ਬਣੇ ਕਿਸੇ ਵੀ ਧਿਰ ਦਾ ਬਣੇ ਉਹ ਕੋਈ ਵੀ ਵਿਅਕਤੀ ਹੋਵੇ ਪਰ ਸਾਰਿਆਂ ਨੇ ਰਲ ਮਿਲ ਕੇ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਸ਼ਹਿਰ ਦੇ ਵਿੱਚ ਸਿਆਸੀ ਕਿਲੇ ਨੂੰ ਢਾਉਣ ਦੇ ਵਿੱਚ ਤਕਰੀਬਨ ਤਕਰੀਬਨ ਸਫਲਤਾ ਹਾਸਲ ਕਰ ਲਈ ਹੈ ਹਾਂ ਬਾਕੀ ਮੇਰ ਬੀਬੀ ਰਮਨ ਜਿਹੜੇ ਨੇ ਉਹ ਕਹਿੰਦੇ ਆ ਜੀ ਦੇਖੋ ਗੱਲ ਇਹ ਤਾਂ ਕਿ ਮੈਂ ਹਾਈ ਕੋਰਟ ਜਾऊं ਜਿੰਨੇ ਬੰਦੇ ਪੇਪਰ ਉਸ ਕੀ ਦੇ ਮਤੇ ਦੇ ਲਈ ਇਹਨਾਂ ਨੂੰ ਚਾਹੀਦੇ ਸੀ ਉਹਨੇ ਇਹਨਾਂ ਕੋਲ ਸੀ ਨਹੀਂ ਕੈਸੇ ਮੈਂ ਸੋਚਦਾ ਵੀ ਬਠਿੰਡਾ ਸ਼ਹਿਰ ਦੇ ਨਾ ਮੱਲਾ ਦਾ ਵੀ ਲੋਕਾਂ ਵਿਚਾਰਿਆਂ ਦੀ ਕਨਫਿਊਜ਼ਨ ਦਾ ਲੈਵਲ ਵੀ ਉਹ ਜਿਹੜਾ ਉੱਥੇ ਪਹਿਲਾਂ ਥਰਮਲ ਪਲਾਂਟ ਹੁੰਦਾ ਸੀ ਉਹਦੀਆਂ ਚਿਮਨੀਆਂ ਵਰਗਾ ਹੋਇਆ ਪਿਆ ਕਿਉਂਕਿ ਥਰਮਲ ਪਲਾਂਟ ਤਾਂ ਕਦੋਂ ਦਾ ਬੰਦ ਕਰਤਾ ਤੇ ਉਹ ਝੀਲਾਂ ਵੀ ਹੈਗੀਆਂ ਤੇ ਝੀਲਾਂ ਦੇ ਕੰਡੇ ਤੇ ਉਹ ਚਿਮਨੀਆਂ ਵੀ ਉਦਾਂ ਹੀ ਖੜੀਆਂ ਤੇ ਹੋ ਸਕਦਾ ਉਹ ਸੋਚਦੀਆਂ ਹੁਣ ਵੀ ਅਜੇ ਤਾਂ ਚੱਲਦਾ ਸੀ ਕੰਮ ਤੇ ਥੋੜੇ ਸਾਲ ਹੋਰ ਚਲਾ ਚ ਨੂੰ ਲੈਂਦੇ ਕਿਉਂਕਿ ਕਦੋਂ ਦਾ ਨੂੰ ਇਹ ਕਹਿ ਕੇ ਬੰਦਪੁੰਦ ਜਿਹਾ ਕੀਤਾ ਵੀ ਹਾਂ ਯਾਰ ਉਹ ਤਾਂ ਕੰਡਮ ਹੋ ਗਿਆ ਉਦੋਂ ਬਾਅਦ ਉੱਥੇ ਕੀ ਹੋਣਾ ਸੀ ਉਹ ਵੀ ਅਜੇ ਤੱਕ ਅੱਧ ਵਿਚਾਲੀ ਹੁਣ ਆਹ ਜਿਹੜੀ ਲੜਾਈ ਹੈ ਬਠਿੰਡੇ ਸ਼ਹਿਰ ਦੀ ਜਿੱਦਾਂ ਹੁਣ ਤੁਸੀਂ ਆਪਣੇ ਵੱਲੋਂ ਜਿਹੜੀ ਗੱਲ ਸਮਝਾਈ ਇਦੋਂ ਆਪਾਂ ਹੋਰ ਦੇਸੀ ਤਰੀਕੇ ਨਾਲ ਸਮਝਣਾ ਹੋਵੇ ਤੇ ਕਿਸੇ ਨੂੰ ਇਹ ਜਾਪਦਾ ਹੋਣਾ ਵੀ ਯਾਰ ਇਹਦਾ ਮਤਲਬ ਇਹ ਹੋ ਗਿਆ ਵੀ ਆਮ ਆਦਮੀ ਪਾਰਟੀ ਨਾਲ ਦਾ ਜ਼ੋਰ ਪੈ ਗਿਆ ਫਿਰ ਅਗਲਾ ਬੰਦਾ ਕਹਿੰਦਾ ਹੋਊਗਾ ਯਾਰ ਜ਼ੋਰ ਤਾਂ ਤਾਂ ਬਹੁਤ ਨਾ ਜੇ ਗਲੇ ਪਾਸੇ ਬੰਦੇ ਉਹਨਾਂ ਦੇ ਹੁਣ ਬੰਦੇ ਦੀਆਂ ਕਾਂਗਰਸੀ ਅਕਾਲੀ ਨੇ ਉਹ ਕਹਿੰਦਾ ਅੱਛਾ ਯਾਰ ਫਿਰ ਇਹ ਨਾ ਹੋਵੇ ਅੰਦਰ ਖਾਤੇ ਉਹ ਕਿਤੇ ਨਾ ਕਿਤੇ ਆਪਸ ਚ ਰਲ ਗਏ ਹੋਣ ਕਹਿੰਦਾ ਯਾਰ ਹੁਣ ਅਕਾਲੀ ਦਲ ਥੋੜਾ ਕਾਂਗਰਸ ਨਾਲ ਰਲ ਜਾਣਗੇ ਕਹਿੰਦਾ ਯਾਰ ਜੇ ਅਕਾਲੀ ਕਾਂਗਰਸ ਨਾਲ ਰਲਣਗੇ ਤੇ ਫਿਰ ਮਾਨਪ੍ਰੀਤਵਾਲ ਸਾਹਿਬ ਦੇ ਵਿਰੋਧ ਕਿ ਹੋਣਗੇ ਕਹਿੰਦੇ ਮਾਨਪ੍ਰੀਤਵਾਲ ਦੇ ਵਿਰੋਧ ਤਾਂ ਉਸੇ ਦੇ ਕਿਉਂਕ ਉਣਾ ਤਿੰਨ ਲੈਣਾ ਮੈਂ ਜਦੋਂ ਬੋਲੀਆਂ ਦੇ ਤੁਹਾਨੂੰ ਆਪਣਾ ਲੱਗਿਆ ਕਿ ਨਾ ਬਠੰਡੇ ਦੀਆਂ ਥਰਮਲ ਬ੍ਰਾਂਡ ਦੀਆਂ ਚਿਮਣੀਆਂ ਰਗਾ ਵੀ ਯਾਰ ਇਹ ਕਰੀ ਕੀ ਜਾਂ ਇਹ ਮੇਰੀ ਸਮਝ ਨਹੀਂ ਆਉਂਦਾ ਕੋਈ ਹੋਰ ਗੱਲ ਕਰ ਲਓ ਕਿ ਕੋਈ ਇਸ ਕਰਕੇ ਇਦਾਂ ਵੀ ਜਿਹੜੀ ਸਿਆਸਤ ਹੈ ਉਹ ਕਈ ਵਾਰ ਬੜੀ ਡੂੰਗੀ ਚੱਲਦੀ ਹੁੰਦੀ ਹੈ ਹੋ ਸਕਦਾ ਤੁਹਾਨੂੰ ਐ ਲੱਗਦਾ ਹੋ ਵੀ ਯਾਰ ਜੇ ਥੋੜੇ ਚਿਰ ਤੱਕ ਤਾਂ ਨਗਰ ਨਿਕਮ ਚੋਣਾ ਹੋ ਜਾਣੀਆਂ ਤੇ ਐਡੀ ਛੇਤੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਕੀ ਲੋੜ ਸੀ ਹੋ ਸਕਦਾ ਆਪਾਂ ਨੂੰ ਨਗਰ ਨਿਕਮ ਚੋਣਾ ਨਜ਼ਰ ਆਉਂਦੀਆਂ ਹੋਣ ਪਰ ਲੋਕਾਂ ਨੂੰ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ ਉਹਨਾਂ ਨੂੰ ਗਾਹ ਅਗਲਾ ਪੈਣਾ ਵੀ ਨਜ਼ਰ ਆਉਂਦਾ ਹੁੰਦਾ ਵੀ ਕਦੋਂ ਕਿੱਥੇ ਕਿਹਦੀ ਤਲਾਾਂ ਕੱਸਣੀ ਆ ਕਿਹਦੀ ਤਲਾਾਂ ਖੇਚਣੀ ਆ ਕਿਨੂੰ ਤੁਣਕਾ ਮਾਰਨਾ ਕਿਹਦੀ ਥੋੜੀ ਜੀ ਡੋਰ ਢਿੱਲੀ ਛੱਡਣੀ ਆ ਉਹ ਸਾਰਾ ਕੁਝ ਐਸ ਵਕਤ ਹੁੰਦਾ ਪਿਆ ਹੋ ਸਕਦਾ 2-4 ਦਿਨਾਂ ਦੇ ਵਿੱਚ ਪਿਕਚਰ ਕਲੀਅਰ ਹੋ ਜੇ ਤੇ ਜਿਹੜੀ ਕਨਫਿਊਜ਼ਨ ਐਸ ਵਕਤ ਹੈ ਬਠਿੰਡੇ ਦੇ ਵਿੱਚ ਉਹ ਕਨਫਿਊਜ਼ਨ ਵੀ ਕਲੀਅਰ ਹੋ ਜੇ ਪਰ ਇੱਕ ਕਨਫਿਊਜ਼ਨ 27 ਤਰੀਕ ਤੋਂ ਜਿਹੜੀ ਕਹਿੰਦੇ ਆ WhatsApp ਸ਼ੁਰੂ ਕਰ ਰਹੇ ਨੇ ਪੰਜਾਬ ਸਰਕਾਰ ਵਾਲੀ ਸਕੀਮ ਵੀ ਘਰ ਘਰ ਆਟਾ ਦਾਲ ਪਹੁੰਚਾ ਦੇਾਂਗੇ ਭਾਈ ਸਾਹਿਬ ਡੋਰ ਜਿਹੜੀ ਡਿਲੀਵਰੀ ਹੈ ਡੋਰ ਸਟੈਪ ਡਿਲੀਵਰੀ ਜਿਹੜੀ ਕਿ ਪਹਿਲਾਂ ਵੀ ਰੋਲਾ ਪਿਆ ਸੀ ਤੋਂ ਉਹਦੇ ਇੱਕ ਵਾਰ ਰੁਕੀ ਸੀ ਉਹ ਕਹਿੰਦੇ ਵੀ ਸ਼ੁਰੂ ਕਰ ਦੇਣੀ ਉਹ ਐਲਾਨ ਅਜੇ ਹੁੰਦਾ ਪਿਆ ਨਾਲ ਹੀ ਬੀਜੇਪੀ ਵਾਲੇ ਪਾਸਿਓਂ ਸੁਨੀਲ ਜਾਖੜ ਸਾਹਿਬ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਉਹ ਕਹਿੰਦੇ ਵੀ ਆ ਇਹਨਾਂ ਨੇ ਵਧੀਆ ਕੰਮ ਫੜਿਆ ਵੀ ਯੋਜਨਾ ਕੇਂਦਰ ਦੀ ਪੈਸਾ ਉਹਨਾਂ ਦਾ ਨਾਮ ਬਦਲ ਕੇ ਆਪਣਾ ਟੌਰ ਬਣਾਈ ਜਾਂਦੇ ਆ ਸੰਧਾਲੀ ਅਸਲ ਪ੍ਰੈਸ ਕਾਨਫਰੰਸ ਜਾਂ ਟਵੀਟ ਤਾਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਵੀ ਕਰ ਦਿੱਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਉਹਨਾਂ ਨੇ ਵੀ ਕਿਹਾ ਕਿ ਭਾਈ ਇਹਨਾਂ ਦੇ ਅਫਸਰ ਤੌਖਲਾ ਪ੍ਰਗਟ ਕਰ ਚੁੱਕੇ ਨੇ ਦੇ ਅਫਸਰ ਕਹਿ ਚੁੱਕੇ ਆ ਕਿ ਸਾਡੇ ਕੋਲੇ ਆਟੇ ਦੀ ਗੁਣਵੱਤਾ ਮਾਪਣ ਦਾ ਕੋਈ ਇਦਾਂ ਦਾ ਜੰਤਰ ਨਹੀਂ ਕੋਈ ਸਟੈਂਡਰਡ ਨਹੀਂ ਹੈ ਅਸੀਂ ਕਿਵੇਂ ਜੜਾ ਕਰ ਸਕਦੇ ਆ ਦੇਖੋ ਪੰਜਾਬ ਦੇ ਵਿੱਚ ਇੱਕ ਰਵਾਇਤ ਤਾਂ ਸੰਧਾਲੀ ਆ ਸਾ ਬੜੀ ਪੁਰਾਣੀ ਹੈ ਕਿ ਭਾਈ ਕੰਮ ਕਿਸੇ ਨੇ ਵੀ ਕੀਤਾ ਹੋਵੇ ਸਿਹਰਾ ਸਾਡੇ ਸਿਰ ਵੱਜਣਾ ਚਾਹੀਦਾ ਅਸੀਂ ਅਜੇ ਉਸ ਪੱਧਰ ਤੱਕ ਪਹੁੰਚੇ ਨਹੀਂ ਕਿ ਜਿਹਨੇ ਕੰਮ ਕੀਤਾ ਸੀ ਸਿਹਰਾ ਉਹਦੇ ਸਿਰ ਜਾ ਕੇ ਬੰਨੇ ਆ ਇਹ ਕਹਿ ਦਈਏ ਕਿ ਭਾਈ ਸਾਹਿਬ ਦਾ ਬੜਾ ਯੋਗਦਾਨ ਹੈ ਸਿਆਸੀ ਤੌਰ ਦੇ ਉੱਤੇ ਲਾਹੇ ਲੋਹੇ ਲੈਣ ਦਾ ਕੰਮ ਜਿਹੜਾ ਬਹੁਤ ਪੁਰਾਣੇ ਸਮੇਂ ਤੋਂ ਚੱਲਦਾ ਇਹਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਕੀ ਕਹਿੰਦੀ ਹੈ ਕਿਉਂਕਿ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਇਹ ਕੰਮ ਸ਼ੁਰੂ ਕਰਨਾ ਸੀ ਉਦੋਂ ਵੀ ਇਹੀ ਇਤਰਾਜ਼ ਹੋਇਆ ਸੀ ਕਿ ਯੋਜਨਾ ਤਾਂ ਕੇਂਦਰ ਸਰਕਾਰ ਦੀ ਹੈ ਸਿਰਾ ਦਿੱਲੀ ਸਰਕਾਰ ਲੈਣ ਨੂੰ ਫਿਰਦੀ ਹੈ ਇੱਥੇ ਵੀ ਅਸੀਂ ਤਾਂ ਕਹਿੰਦੇ ਹਾਂ ਕਿ ਜੇ ਮਾਨ ਸਾਹਿਬ ਦੀ ਸਰਕਾਰ ਨੂੰ ਲੱਗਦਾ ਹੈ ਕਿ ਬਹੁਤੇ ਲੋਕ ਰਾਸ਼ਨ ਡੀਪੂ ਤੋ ਆ ਕੇ ਰਾਸ਼ਨ ਨਹੀਂ ਲੈ ਸਕਦੇ ਤੇ ਉਹਨਾਂ ਨੂੰ ਘਰ-ਘਰ ਡਿਲੀਵਰੀ ਕਰਨੀ ਹੈ ਕਰ ਦਿਓ ਕਿਉਂਕਿ ਜਦੋਂ ਅਸੀਂ ਫਾਰਮਾਂ ਦੀ ਗੱਲ ਕਰਦੇ ਹੁੰਦੇ ਹਾਂ ਕੋਈ ਹੋਰ ਗੱਲ ਕਰਦੇ ਹੁੰਦੇ ਹਾਂ ਕਿ ਕਹਾਣੀ ਕਿਧਰਲੇ ਪਾਸੇ ਨੂੰ ਜਾਵੇ ਉਦੋਂ ਬਾਰ-ਬਾਰ ਇਹੀ ਚਰਚਾ ਚੱਲਦੀ ਹੁੰਦੀ ਹੈ ਕਿ ਠੀਕ ਹੈ ਘਰ-ਘਰ ਬੰਦੇ ਨੂੰ ਸਰਵਿਸ ਮਿਲਣੀ ਚਾਹੀਦੀ ਹੈ ਹਰ ਇੱਕ ਚੀਜ਼ ਦੀ ਬੰਦੇ ਨੂੰ ਘਰੇ ਬੈਠੇ ਨੂੰ ਸਰਵਿਸ ਮਿਲੇ ਉਹ ਦਫ਼ਤਰਾਂ ਦੇ ਵਿੱਚ ਠੇਕੇ ਕਿਉਂ ਖਾਵੇ ਜੇ ਲੱਗਦਾ ਹੈ ਮਾਨਸਾਹਬ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਜੇ ਅਸੀਂ ਘਰੇ ਜਾ ਕੇ ਰਾਸ਼ਨ ਦੇਾਂਗੇ ਤਾਂ ਠੀਕ ਹੈ ਦੇ ਦਿਓ ਪਰ ਜੇ ਸੱਚੀ ਮੁੱੱਚੀ ਉਹਦੇ ਵਿੱਚ ਕੇਂਦਰ ਸਰਕਾਰ ਦਾ ਯੋਗਦਾਨ ਥੋੜਾ ਹੈ ਜਾਂ ਬਹੁਤਾ ਹੈ ਜਾਂ ਸਾਰਾ ਹੀ ਹੈ ਜਿੰਨਾ ਕਿਸੇ ਸਰਕਾਰ ਦਾ ਯੋਗਦਾਨ ਹੈ ਉਹਨਾਂ ਸਿਰਾਂ ਉਹਦੇ ਸਿਰ ਵੱਲੋਂ ਜਦੋਂ ਤੱਕ ਫੋਟੋ ਫੋਟੋ ਲਾਉਣੀ ਹੈ ਜਿਸ ਆਫਿਸ ਦੀ ਥੋੜਾ ਤੁਸੀਂ ਆਪਣੀਆਂ ਲਾ ਲਓ ਵੈਸੇ ਤਾਂ ਲਾਉਣ ਦੀ ਲੋੜ ਕੋਈ ਨਹੀਂ ਪਰ ਜੇ ਕੇਂਦਰ ਸਰਕਾਰ ਦਾ ਉਹਦੇ ਵਿੱਚ ਹੱਥ ਹੈ ਤਾਂ ਉਹਨਾਂ ਕਾ ਹਿੱਸਾ ਉਹਨਾਂ ਨੂੰ ਦਿਓ ਜ਼ਰੂਰ ਹੁਣ ਤੁਸੀਂ ਦੇਖੋ ਕਿਉਂਕਿ ਕਣਕ ਜਾਂਦੀ ਅੱਗੇ ਜਿਹਨੂੰ ਆਟਾ ਜਾਊਗਾ ਚੱਕੀਆਂ ਦੇ ਵਿੱਚ ਆਟਾ ਕਣਕ ਜਿਹੜੀ ਹੈ ਉਹ ਪੀਣੀ ਵੀ ਪਊਗੀ ਉਹਦਾ ਆਟਾ ਬਣਾਉਣਾ ਪਊਗਾ ਫਰ ਉਹਨੂੰ ਪੈਕ ਕਰਨਾ ਪਊਗਾ ਕਹਿੰਦੇ ਆ ਕਿ ਉਹਨੂੰ ਚੱਕੀਆਂ ਦੀ ਮਿੱਲਾਂ ਦੀ ਜਿਹੜੀਆਂ ਉਹ ਪਹਿਚਾਣ ਕਰ ਲਈ ਗਈ ਹੈ ਕਿੱਥੋਂ ਪੈਕ ਕਰਾਉਣਾ ਉਹਦੇ ਲਈ ਵੀ ਟੈਂਡਰ ਟੁੰਟਰ ਦਾ ਕੰਮ ਜਿਹੜਾ ਚੱਲੀ ਜਾਂਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੁਰਪ ਹੈ ਉਸ ਦਿਨ ਜਿਹੜਾ ਇਹਦਾ ਐਲਾਨ ਹੋ ਜਾਣਾ ਹੈ ਠੀਕ ਹੈ ਜੇ ਕਾਨੂੰਨ ਆ ਗਿਆ ਦਿੰਦਾ ਤੁਸੀਂ ਕਰ ਲਓ ਪਰ ਕੁਝ ਮਹੀਨੇ ਪਹਿਲਾਂ ਜਦੋਂ ਇਸ ਯੋਜਨਾ ਨੂੰ ਲਾਗੂ ਕਰਨਾ ਸੀ ਤਾਂ ਉਹਦੇ ਡਿਪੂ ਆਰਡਰ ਚਲੇ ਗਿਆ ਸੀ ਹਾਈ ਕੋਰਟ ਉਹਨਾਂ ਨੇ ਜਾ ਕੇ ਕਈ ਤਰ੍ਹਾਂ ਦੇ ਤੋਖੇ ਪ੍ਰਗਟ ਕੀਤੇ ਸੀ ਹੁਣ ਜੇ ਤਾਂ ਇਹਦੇ ਵਿੱਚੋਂ ਕਿਸੇ ਵੀ ਧਿਰ ਨੂੰ ਕਿਸੇ ਤਰ੍ਹਾਂ ਦਾ ਕੋ ਨੁਕਸਾਨ ਹੁੰਦਾ ਹੈ ਤਾਂ ਫਿਰ ਥੋੜ੍ਹਾ ਜਿਹਾ ਹੋਰ ਤਰੀਕੇ ਸੋਚ ਲੈਣਾ ਚਾਹੀਦਾ ਪਰ ਇੱਥੇ ਜੇ ਸਿਆਸੀ ਲਾਹਾ ਲੈਣ ਦੀ ਹੀ ਇਕੱਲੀ ਗੱਲ ਹੈ ਤਾਂ ਉਹ ਖਾਂ ਹ ਸਟੈਂਡਰਡ ਬਹੁਤ ਜ਼ਰੂਰੀ ਹੈ। ਹਮਮ ਤਣਕ ਛੇਤੀ ਖਰਾਬ ਨਹੀਂ ਹੁੰਦੀ ਸੰਧਾਲੀਆ ਸਾਹਿਬ। ਆਟਾ ਛੇਤੀ ਖਰਾਬ ਹੋਣ ਵਾਲਾ ਪਦਾਰਥ ਬਣ ਜਾਂਦਾ ਹੈ। ਉਹ ਆਟਾ ਕਿੰਨੀ ਗੁਣਵੱਤਾ ਵਾਲਾ ਹੋਏਗਾ ਕਿੰਨਾ ਕੁ ਚੰਗਾ ਹੋਏਗਾ ਕਿਉਂਕਿ ਉਹ ਆਟਾ ਸਿੱਧਾ ਲੋਕਾਂ ਦੀ ਪ੍ਰਾਤ ਵਿੱਚ ਜਾਣਾ ਹੈ। ਪ੍ਰਾਤ ਦੇ ਵਿੱਚ ਪਾਣੀ ਪੈਣਾ ਆਟਾ ਗੁੰਨਾ ਲੋਕਾਂ ਨੇ ਰੋਟੀ ਪਕਾਉਣੀ ਆ ਤੇ ਰੋਟੀ ਲੋਕਾਂ ਦੇ ਢਿੱਡ ਦੇ ਵਿੱਚ ਜਾਣੀ ਹੈ। ਤੇ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਾ ਹੋਵੇ ਤਾਂ ਚੰਗਾ। बस ਰੋਲਾ ਤੇ ਆਹੀ ਹੈ ਨਾ ਜੀ ਕਿ ਜਿਹੜੀ ਵੀ ਸਕੀਮ ਉੱਪਰੋਂ ਚੱਲਦੀ ਆ ਤੇ ਬੜੇ ਚਿਰ ਤੋਂ ਆਪਾਂ ਇਹ ਗੱਲਾਂ ਸੁਣਦੇ ਵੀ ਆਏ ਲੀਡਰਾਂ ਦੇ ਮੂੰਹੋਂ ਵੀ ਉਹਨਾਂ ਦੇ ਬਿਆਨਾਂ ਦੇ ਵਿੱਚ ਸੁਣਦੇ ਆਏ ਕਈ ਵਾਰਾਂ ਕਈ ਕਾਰਟੂਨਿਸਟ ਜਿਹੜੇ ਸੀਗੇ ਉਹਨਾਂ ਦੇ ਬੜੇ ਕਾਰਟੂਨ ਫੇਮਸ ਹੋਏ ਕਿ ਉੱਪਰੋਂ ਜੇ 100 ਰੁਪਿਆ ਚੱਲਿਆ ਫਿਰ ਉਹ ਹੌਲੀ-ਹੌਲੀ 80 ਹੁੰਦਾ ਫਿਰ 60 ਹੁੰਦਾ ਫਿਰ 40 ਹੁੰਦਾ 20 ਹੋ ਜਾਂਦਾ ਫਿਰ 15 ਤੇ ਆ ਜਾਂਦਾ ਫਿਰ 10ਾਂ ਤੇ ਪਹੁੰਚਦਾ ਪਹੁੰਚਦਾ 5 ਰੁਪਏ ਜਾ ਕੇ ਜਿਹੜਾ ਜਿਹਦੇ ਲਈ 100 ਚੱਲਿਆ ਹੁੰਦਾ ਉਹਦੇ ਤੱਕ ਪਹੁੰਚਦਾ ਇਹ ਜਿਹੜਾ ਰੁਝਾਨ ਆ ਨਾ ਇਹ ਆਪਾਂ ਨੂੰ ਕਿੱਥੇ ਲੈ ਕੇ ਜਾਊਗਾ ਸਕੀਮਾਂ ਦੇ ਵਿੱਚੋਂ ਖਾਣ ਪੀਣ ਵਾਲਾ ਕੰਮ ਅਸੀਂ ਨਹੀਂ ਆਦੇ ਇਹਦੇ ਚੋਂ ਚੱਲਦਾ ਕਿਸੇ ਚੋਂ ਵੀ ਜੇ ਉਹ ਵੱਡੇ ਲੈਵਲ ਤੇ ਚੱਲਣ ਲੱਗ ਪਊਗਾ ਤੇ ਇਹ ਕੋਈ ਮਤ ਸਮਝੇ ਕਿ ਹਾਂ ਉਹਨਾਂ ਸਕੀਮਾਂ ਦੇ ਐਲਾਨਾਂ ਦੇ ਨਾਲ ਜਾਂ ਉਹਦੇ ਪ੍ਰਚਾਰਾਂ ਦੇ ਨਾਲ ਹੀ ਸਾਡੇ ਜਿਹੜੇ ਲੋਕ ਨੇ ਖੁਸ਼ ਹੋ ਜਾਣਗੇ ਉਹ ਕਣਕ ਜਿਹੜੀ ਪਹਿਲਾਂ ਜਾਂਦੀ ਸੀ ਕੁਝ ਥਾਵਾਂ ਤੇ ਠੀਕ ਵੀ ਜਾਂਦੀ ਸੀ ਪਰ ਕੁਝ ਥਾਵਾਂ ਤੇ ਬਹੁਤ ਹੀ ਮਾੜੀ ਮੈਂ ਦੇਖੀ ਵੀ ਅੱਖੀਂ ਹੁਣ ਕਹਿੰਦੇ ਆ ਵੀ ਜੇ ਆਟਾ ਜਾਊਗਾ ਤੇ ਇਹ ਆਟਾ ਦਾ ਚੰਗੀ ਕਣਕ ਦਾ ਹੀ ਹੋਊਗਾ ਨਾ ਜੇ ਆਟਾ ਮਾੜਾ ਹੋਊਗਾ ਤੇ ਅਗਲੇ ਨੇ ਉਸੇ ਵੇਲੇ ਕਹਿਣਾ ਵੀ ਇਹ ਆਹ ਕੀ ਸਾਨੂੰ ਦੇਈ ਜਾਣੇ ਤੁਸੀਂ ਇਹ ਤਾਂ ਕੀੜੇ ਚੱਲਦੇ ਇਸ ਕਰਕੇ ਵੀ ਉਹ ਕਹਿੰਦੇ ਵੀ ਅਸੀਂ ਆਇਆ ਕਿਹਾ ਵੀ ਜਿਹੜੀ ਚੀਜ਼ ਖਾਣੀ ਆ ਐਂਡ ਵਾਲਾ ਪਦਾਰਥ ਉਹ ਅਗਲੇ ਤੱਕ ਪਹੁੰਚਦਾ ਕਰਦੀਏ ਤੇ ਉਹ ਵੀ ਅਗਲੇ ਦੇ ਘਰ ਪਹੁੰਚ ਜਵੇ ਤਾਂ ਜੋ ਉਹਨੂੰ ਮੁਸ਼ਕਲ ਨਾ ਆਵੇ ਠੀਕ ਆ ਜੇ ਥਾਟ ਆ ਇਹ ਇਮਾਨਦਾਰੀ ਨਾਲ ਕੀਤਾ ਜਾ ਰਿਹਾ ਤੇ ਚੰਗੀ ਗੱਲ ਆ ਜੇ ਕੱਲ ਨੂੰ ਮੰਨ ਲਓ ਵਿਰੋਧੀ ਕਹਿਣ ਵੀ ਹਾਂ ਇਹਦੇ ਵਿੱਚ ਕੋਈ ਗੜਬੜ ਮੈਂ ਤਾਂ ਕਹਿੰਨਾ ਨਿਗਾਹ ਰੱਖਣ ਉਹਦੇ ਤੇ ਉਹ ਦੁਬਾਰਾ ਆਵਾਜ਼ ਚੁੱਕਣ ਜੀ ਉਸ ਤੋਂ ਬਾਅਦ ਨੂੰ ਲੱਗੇ ਵੀ ਯਾਰ ਹਾਂ ਇਸ ਸਕੀਮ ਦੇ ਨਾਲ ਕੁਝ ਚੇਂਜ ਕਰਕੇ ਤੇ ਜਿਹੜਾ ਐਂਡ ਯੂਜ਼ਰ ਆ ਜਿਹਦੇ ਤੱਕ ਉਹ 100 ਰੁਪਏ ਸਰਕਾਰ ਕਹਿੰਦੀ ਸੀ ਅਸੀਂ ਪਹੁੰਚਾਉਣਾ ਉਹਦੇ ਤੱਕ ਅਸੀਂ ਪਹੁੰਚਾਉਣ 'ਚ ਕਾਮਯਾਬ ਹੋ ਗਏ ਆ ਤੇ ਜ਼ਰੂਰ ਜਿਹਦਾ ਜਿੰਨਾ ਬਣਦਾ ਸੇੜਾ ਉਹਦੇ ਉਹਦੇ ਸਿਰ ਤੇ ਬੰਨ ਦਿੱਤਾ ਜਾਵੇ ਇਦਨਾਲ ਫਰਕ ਤੇ ਸਿਰਫ ਇਹੋ ਪੈਣਾ ਵੀ ਜਿਹਦੇ ਲਈ ਕਰ ਰਹੀਆਂ ਨੇ ਪੋਲਿਟੀਕਲ ਪਾਰਟੀਆਂ ਉਹਦਾ ਕੋਈ ਨਾ ਕੋਈ ਭਲਾ ਹੋ ਜਾਊਗਾ ਪਰ ਵੇਹ ਬਾਟ ਸਾਹਿਬ ਆਪਾਂ ਰਾਸਥਾਨ ਜਾਣਾ ਹੁਣ ਦੋਆਂ ਵੀਰਾਂ ਨੇ ਉਥੇ ਇੱਕ ਤੇ ਐਮਐਸਪੀ ਆਪਾਂ ਨੂੰ ਮਿਲ ਜਾਣੀਆਂ ਫਸਲਾਂ ਦੀ ਤੇ ਦੂਜਾ ਕਹਿੰਦੇ ਆ ਵੀ ਗੋਡੀਆਂ ਦੇ ਲਈ ਸਕੂਟਰੀਆਂ ਵੀ ਦੇਣੀਆਂ ਕਾਂਗ ਮੈਂ ਉਹ ਐਸੀ ਵੀ ਲੈਪਟਾਪ ਤੇ ਪੰਜਾਬ ਵਾਲਿਆਂ ਦੇਤੇ ਸੀ ਕਰਜ਼ਾ ਇੱਥੇ ਕਾਂਗਰਸ ਮਾਫ ਕਰ ਗਈ ਸੀ ਤੇ ਸਕੂਟਰੀ ਰਾਜਸਥਾਨੋਂ ਲੈ ਆਉਂਦੇ ਫੇਕੀਆਂ ਨੇ ਹੈ ਪ੍ਰੋਗਰਾਮ ਕੋਈ ਸੰਧਾਲਿਆ ਸਰ ਮੈਂ ਕਹਿਣਾ ਕਿ ਆਪਾਂ ਨਾ ਲਈਏ ਨਾ ਕਿਸੇ ਪਾਰਟੀ ਦਾ ਨਾ ਭਾਜਪਾ ਦਾ ਨਾ ਕਾਂਗਰਸ ਦਾ ਨਾ ਆਪ ਦਾ ਕਿਸੇ ਦਾ ਬੰਨਾ ਲਈਏ ਆਪਾਂ ਓਵਰ ਆਲ ਹੀ ਗੱਲ ਕਰ ਲੈਨੇ ਮੁਰਕੇ ਆਪਾਂ ਪਰਾਲੀ ਵਾਲੇ ਪਾਸੇ ਹੁਣਾ ਆਪਣੇ ਕਮੈਂਟ ਤਿੰਨ ਚਾਰ ਹੀ ਨੇ ਮੈਂ ਹੈਰਾਨ ਹੋ ਗਿਆ ਤੁਸੀਂ ਤਾਂ ਗੱਲ ਦੁਪਹਿਰੇ ਵੀ ਕਰਦੇ ਸੀ ਕਿ ਭਾਈ ਕੀ ਹਾਲਾਤ ਕੀ ਨੇ 2700 ਰੁਪਇਆ ਦੇ ਦਿਆਂਗੇ ਕਣਕ ਦਾ 2800 ਰੁਪਇਆ ਦੇ ਦਿਆਂਗੇ ਕਣਕ ਦਾ 6ਵੀਂ ਤੋਂ ਸਾਈਕਲ ਦੇ ਦਿਆਂਗੇ ਪਲੱਸ 2 ਤੋਂ ਸਕੂਟੀ ਦੇ ਦਿਆਂਗੇ 450 ਨੂੰ ਸਿਲੰਡਰ ਦੇਣਾ ਕਹਿੰਦੇ 450 ਕੋਈ 500 ਨੂੰ ਕਹੀ ਜਾਂਦਾ ਕੋਈ 550 ਨੂੰ ਕਹੀ ਜਾਂਦਾ ਯਾਨੀ ਤੁਸੀਂ ਸਾਰੀਆਂ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਚੱਕ ਲਓ ਰਾਜਸਥਾਨ ਚ ਮੱਧ ਪ੍ਰਦੇਸ਼ ਚ ਛੱਤੀਸਗੜ੍ਹ ਚ ਮਿਜ਼ੋਰਮ ਚ ਤੇ ਤੇਲੰਗਾਨਾ ਦੇ ਵਿੱਚ ਚਾਹੇ ਕਿਤੇ ਵੋਟਾਂ ਪੈ ਗਈਆਂ ਚਾਹੇ ਨਹੀਂ ਪੈ ਗਈਆਂ ਤੁਹਾਨੂੰ ਲੱਗਦਾ ਹੈ ਕਿ ਸਾਡੇ ਲੀਡਰਾਂ ਨੇ ਸੂਬੇ ਨੂੰ ਵਗੇ ਲਜਾਣ ਦੇ ਲਈ ਮਾੜਾ ਮੋਟਾ ਵੀ ਸੋਚ ਵਿਚਾਰ ਕੇ ਮੈਨੀਫੈਸਟੋ ਬਣਾਇਆ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਕੋਲੇ ਕੋਈ ਪਾਲਿਸੀ ਹੈ ਕੋਈ ਨੀਤੀ ਹੈ ਜਿਸ ਨੀਤੀ ਦੇ ਰਸਤੇ ਅਸੀਂ ਸੋਚ ਸਕਦੇ ਹਾਂ ਕਿ ਕਹਾਣੀ ਜਿਹੜੀ ਅਗਲੇ ਪਾਸੇ ਨੂੰ ਤੁਰਪੈ ਬਿਲਕੁਲ ਤੁਸੀਂ ਸਕੂਟੀ ਦੇਣੀ ਦਿਓ ਤੁਸੀਂ ਐਮਐਸਪੀ ਦੇਣੀ ਹੈ ਤਾਂ ਚਾਹੀਦੀ ਹੈ ਦੇਣੀ ਚਾਹੀਦੀ ਹੈ ਤੁਸੀਂ ਔਰਤਾਂ ਨੂੰ ਪੈਸੇ ਦੇਣੇ ਆ ਦਿਓ ਤੁਸੀਂ ਸਿਲੰਡਰ ਦੇ ਉੱਤੇ ਸਬਸਿਡੀ ਦੇਣੀ ਹੈ ਦਿਓ ਤੁਸੀਂ ਕਿਸਾਨਾਂ ਨੂੰ ਰੁਪਏ ਦੇਣੇ ਆ ਤੁਸੀਂ ਮਜ਼ਦੂਰ ਨੂੰ ਰੁਪਏ ਦੇਣੇ ਆ ਸਭ ਕੁਝ ਦਿਓ ਮਰ ਸਿੱਧੇ ਤੌਰ ਦੇ ਉੱਤੇ ਗੱਲ ਤਾਂ ਇਹ ਹੈ ਨਾ ਕਿ ਉਹ ਪੈਸੇ ਦਾ ਪ੍ਰਬੰਧ ਤੁਸੀਂ ਕਿੱਥੋਂ ਕਰਕੇ ਦੇਣਾ ਹੈ ਤੁਹਾਡੇ ਸਾਰੇ ਸੂਬਿਆਂ ਦੇ ਬਜਟ ਘਾਟੇ 'ਚ ਨੇ ਇੱਕ ਵੀ ਸੂਬੇ ਦਾ ਬਜਟ ਸਰਪਲਸ ਨਹੀਂ ਹੋਣਾ ਮੈਨੂੰ ਲੱਗਦਾ ਭਾਰਤ ਦੇ ਵਿੱਚ ਇਹਦੇ باوجود ਵੀ ਜੇ ਤੁਹਾਡਾ ਮੈਨੀਫੈਸਟੋ ਇਹ ਕਹਿੰਦਾ ਹੈ ਕਿ ਅਸੀਂ ਸਭ ਕੁਝ ਮੁਫਤ ਦੇਈ ਜਾਣਾ ਮੁਫਤ ਦੇਈ ਜਾਣਾ ਮੁਫਤੀ ਦੇਈ ਜਾਣਾ ਤਾਂ ਫਿਰ ਤਾਂ ਕੰਮ ਖਰਾਬ ਹੋ ਜਾਊਗਾ ਨਾ ਫਿਰ ਸੂਬੇ ਦੇ ਲਈ ਪੈਸੇ ਤੁਸੀਂ ਲੈ ਕੇ ਕਿੱਥੋਂ ਆਓਗੇ ਫਿਰ ਬਜਟ ਦਾ ਘਾਟਾ ਹੋਰ ਬਤ ਸਾਡੇ ਪੰਜਾਬ ਦਾ ਕੀ ਹਾਲ ਹੋਇਆ ਪਿਆ ਰਾਜਸਥਾਨ ਕਿਤੇ ਸਾਡੇ ਤੋਂ ਦੂਰ ਆ ਮੱਧ ਪ੍ਰਦੇਸ਼ ਵਾਲਿਆਂ ਨੇ ਕਿਤੇ ਪੰਜਾਬ ਦੇਖਿਆ ਨਹੀਂ ਸਾਡੇ ਪੰਜਾਬ ਦੇ ਹਾਲਾਤ ਦੇਖ ਲਓ ਸਾਡੀ ਆਮਦਨ ਦਾ ਬਹੁਤਰਾ ਹਿੱਸਾ ਜਿਹੜਾ ਉਹ ਇਸ ਵੇਲੇ ਕਰਜ਼ੇ ਦਾ ਵਿਆਜ ਜਿਹੜਾ ਹੈ ਉਰੇ ਪਰੇ ਕਰਨ ਦੇ ਵਿੱਚ ਜਾਂਦਾ ਹੈ ਸਾਡੇ ਕੋਲੇ ਸੜਕਾਂ ਬਣਾਉਣ ਨੂੰ ਪੈਸੇ ਨਹੀਂ ਸਾਡੇ ਕੋਲੇ ਕਰਮਚਾਰੀ ਭਰਤੀ ਕਰਕੇ ਉਹਨਾਂ ਨੂੰ ਤਨਖਾਹਾਂ ਦੇਣ ਦਾ ਪੈਸੇ ਨਹੀਂ ਜੇ ਸਾਡਾ ਬਜਟ ਸਰਪਲਸ ਹੁੰਦਾ ਸਾਡੇ ਕੋਲੇ ਪੈਸੇ ਹੁੰਦੇ ਅਸੀਂ ਜਿਹੜੇ ਕਰਮਚਾਰੀ ਅੱਜ ਸੜਕਾਂ ਦੇ ਉੱਤੇ ਨਾਰੇ ਮਾਰਦੇ ਫਿਰਦੇ ਆ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਲਾਹੇ ਦੇ ਦਿੰਦੇ ਤੇ ਸਾਡੇ ਸਕੂਲਾਂ ਦੀ ਹਾਲਤ ਵਧੀਆ ਹੁੰਦੀ ਪ੍ਰਾਇਮਰੀ ਸਕੂਲਾਂ 'ਚ ਦੋ-ਦੋ ਵਿਆਪਕ ਪਾਉਂਦੇ ਅਸੀਂ ਪੰਜ ਵਿਆਪਕ ਉੱ ਬਹੁਤ ਕੁਝ ਕੀਤਾ ਜਾ ਸਕਦਾ ਹੁੰਦਾ ਆ ਜਿਹੜਾ ਮੁਫਤ ਖੋਰੀ ਦਾ ਜਿਹੜਾ ਕਟੋਰਾ ਡੋਂਗਾ ਡੂੰਗਾ ਕੌਲਾ ਸਾਡੇ ਹੱਥ ਦੇ ਵਿੱਚ ਇਹਨਾਂ ਪੰਜ ਸੂਬਿਆਂ ਦੀਆਂ ਵੋਟਾਂ 'ਚ ਫਰਾਉਣ ਦਾ ਯਤਨ ਕੀਤਾ ਜਿਹੜਾ ਬਹੁਤ ਮਾੜਾ ਕਿਸੇ ਪਾਰਟੀ ਨੇ ਕੋਈ ਕਸਰ ਨਹੀਂ ਛੱਡੀ ਹਾਲਾਂਕਿ ਮੈਂ ਇਹ ਕਹਿਣਾ ਕਿ ਬੀਜੇਪੀ ਇਹਦੇ ਵਿੱਚ ਥੋੜੀ ਜੀ ਬਾਕੀਆਂ ਦੇ ਮੁਕਾਬਲੇ ਠੀਕ ਰਹੀ ਹੈ ਉਹਨਾਂ ਨੇ ਉਹਨੇ ਮੁਫਤ ਦੇ ਵਾਅਦੇ ਨਹੀਂ ਕੀਤੇ ਜਿਨੇ ਬਾਕੀਆਂ ਨੇ ਕੀਤੇ ਆ ਮੈਨੂੰ ਲੱਗਦਾ ਵਟਸਐਪ ਇਹ ਮੁਫਤ ਦੇ ਵਾਅਦੇ ਜੇ ਤੁਹਾਨੂੰ ਐਂ ਲੱਗਦਾ ਵੀ ਸਾਰੇ ਅਗਲੇ ਨੇ ਪੂਰੇ ਕਰਦਨੇ ਇੱਦਾਂ ਨਹੀਂ ਆ ਇੱਕ ਵੈਸੇ ਗੱਲ ਹੈ ਤਾਂ ਪੁਰਾਣੀ ਹੋ ਸਕਦਾ ਕਈਆਂ ਸੁਣੀ ਵੀ ਹੋਵੇ ਜਿੱਦਾਂ ਦੋ ਗੱਪੀ ਸੀ ਨਾ ਬਹਿ ਕੇ ਉਹਨੂੰ ਐਂ ਸੀ ਵੀ ਯਾਰ ਗੱਪ ਐਸੀ ਮਾਰਨੀ ਵੀ ਜਿਹੜਾ ਅਗਲੇ ਨੂੰ ਐਂ ਲੱਗੇ ਵੀ تیਰਾ ਭਲਾਓ ਜੀ ਯਾਰ ਅੱਛਾ ਉਹ ਇੱਕ ਕਹਿੰਦਾ ਵੀ ਯਾਰ ਬਾਪੂ ਮੇਰਾ ਗਿਆ ਸੀ ਬਾਹਰ ਉੱਥੋਂ ਲਿਆ ਇੱਕੋ ਘੜੀ ਕਹਿੰਦਾ ਘੜੀ ਵੀ ਐਸੀ ਕਮਾਲ ਦੀ ਕਹਿੰਦਾ ਉਹ ਪਾਣੀ ਚ ਕਿਤੇ ਡਿੱਗ ਪਈ ਮੁੜ ਕੇ ਸਾਨੂੰ ਲੱਭੀ ਨਾ ਤੇ 6 ਮਹੀਨੇ ਜਾ ਕੇ ਕਿਤੇ ਉਹ ਦੁਬਾਰਾ ਪਾਣੀ ਦੇ ਵਿੱਚੋਂ ਕੱਢੀ ਤੇ ਉਦੋਂ ਵੀ ਚਲਦੀ ਹੁਣ ਅਗਲਾ ਗੱਪੀ ਉਹਨਾਂ ਲੱਗਾ ਵੀ ਯਾਰ ਤੇਰਾ ਭਲਾ ਇਹ 6 ਮਹੀਨੇ ਪਾਣੀ ਚ ਰੱਖ ਕੇ ਨੇ ਕਢੀ ਚਲਦੀ ਕੱਢਦੀ ਮੈਂ ਹੁਣ ਕੀ ਕਰਾਂ ਜੀ ਉਹਨੇ ਇਹ ਕੰਮ ਕਰ ਲਿਆ ਉਹ ਕਹਿੰਦਾ ਵੇਖੋ ਚਲੋ ਠੀਕ ਆ ਬਾਪੂ ਤੇਰੇ ਕੋਲੇ ਘੜੀ ਹੋ ਗਈ ਪਰ ਕਹਿੰਦਾ ਸਾਡਾ ਤੇ ਬਾਪੂ ਬੜਾ ਕਮਾਲ ਦਾ ਉਹ ਕਹਿੰਦਾ ਕਿਦਾਂ ਕਹਿੰਦਾ ਯਾਰ 6 ਮਹੀਨੇ ਹੋ ਗਏ ਉਹ ਨਹਿਰ ਚ ਡੁੱਬ ਗਿਆ ਸੀ ਤੇ ਉਹ 6 ਮਹੀਨੇ ਹੁਣ ਨਿਕਲਿਆ ਕਿਧਾਂ ਆਣ ਕੇ ਉਹ ਕਹਿੰਦਾ ਯਾਰ 6 ਮਹੀਨੇ ਤੇਰਾ ਬਾਪੂ ਦਾ ਸੁੱਥੇ ਕੀ ਕਰਦੇ ਰਿਹਾ ਕਹਿੰਦਾ ਉਹ ਘੜੀ ਤੁਹਾਡੀ ਨੂੰ ਚਾਬੀ ਦਿੰਦਾ ਰਹਿਣਾ ਤਦੇ ਤੇ ਚਲਦੀ ਆ ਜਿਹੜਾ ਕੰਮ ਆ ਵੀ ਜੇ ਤੇ ਇਦਾਂ ਦੀਆਂ ਸੁਣਾਉਣੀਆਂ ਲੋਕਾਂ ਨੂੰ ਲੀਡਰਾਂ ਨੂੰ ਮਤਲਬ ਵੋਟਾਂ ਦੇ ਵਿੱਚ ਤੇ ਫੇਰ ਤੇ ਤੁਸੀਂ ਜੀ ਸਕਦੇ ਚਲਾਈ ਚੁਲਾਈ ਜਾਓ ਵੀਰ ਮੇਰੂ ਤੇ ਜੇ ਆਪਾਂ ਕੋਈ ਕਾਪੀ ਦੇ ਹਿਸਾਬ ਕਰਨਾ ਵੀ ਵੀਰ ਮੇਰਾ ਆਮਦਨੀ ਤੇ ਛਡਨੀ ਆ ਤੇ ਖਰਚਾ ਪਰ ਪਈਆ ਅਗਲੇ ਨੂੰ ਸੁਣਾਉਣਾ ਤੇ ਫੇਰ ਤੇ ਮੈਨੂੰ ਕੋਈ ਹਿਸਾਬਤਾ ਵੇਕੇ ਪਾਸੇ ਲੱਗਦਾ ਪੰਜਾਬ ਦਾ ਸੰਧਾਲੀਆ ਸਭੇ ਜ਼ਰੂਰੀ ਹੈ ਜਾਂਦੇ ਜਾਂਦੇ ਆਪਾਂ ਇੱਕ ਗੱਲ ਹੋਰ ਜਿਹੜੀ ਉਹ ਬਿਲਕੁਲ ਸਾਫ਼ ਤੇ ਸਪਸ਼ਟ ਕਰਦੀ ਹੈ ਕਿ ਚੋਣਾਂ ਤਕਰੀਬਨ ਵੱਡਿਆ ਜਾ ਚੁੱਕਾ 2 4 5% ਹੀ ਹੋ ਰਹੀਦਾ ਪਰ ਕਿਉਂਕਿ ਕੇਂਦਰ ਦੀਆਂ ਟੀਮਾਂ ਪੰਜਾਬ ਦੇ ਵਿੱਚ ਆਈਆਂ ਹੋਈਆਂ ਸੁਪਰੀਮ ਕੋਰਟ ਨੇ ਹੁਕਮ ਕਈ ਤਰ੍ਹਾਂ ਦੇ ਦਿੱਤੇ ਹੋਏ ਨੇ ਕਿ ਪਰਾਲੀ ਨੂੰ ਅੱਗ ਨਹੀਂ ਲੱਗਣੀ ਚਾਹੀਦੀ ਪਰ ਦੀਵਾਲੀ ਤੋਂ ਬਾਅਦ ਇੱਕ ਵਾਰ ਫਿਰ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਬਹੁਤ ਉੱਪਰ ਗਿਆ ਹੋਇਆ ਹਵਾ ਦੀ ਗੁਣਵੱਤਾ ਜਿਹੜੀ ਹੈ ਬਹੁਤ ਮਾੜੀ ਹੋਈ ਪਈ ਪ੍ਰਦੂਸ਼ਣ ਸਿੱਖਰ ਤੇ ਉੱਤੇ ਆ ਇਸ ਕਰਕੇ ਹੁਣ ਡੀਜੀਪੀ ਪੰਜਾਬ ਉਹਨਾਂ ਨੇ ਫਿਰ ਐਲਾਨ ਕਰ ਦਿੱਤਾ ਕਿ ਭਾਈ ਜਿਨੇ ਵੀ ਅੱਗ ਲਾਈ ਅਸੀਂ ਉਹਦੇ ਤੇ ਠੋਕ ਬਜਾ ਕੇ ਕਾਨੂੰਨੀ ਕਾਰਵਾਈ ਕਰਨੀ ਹੈ ਸੁਪਰੀਮ ਕੋਰਟ ਦੇ ਹੁਕਮਾਂ ਕਹਿੰਦੇ ਸੁਪਰੀਮ ਕੋਰਟ ਦੇ ਹੁਕਮ ਤਾਂ ਮੰਨਣੇ ਪੈਣੇ ਆ ਇਸ ਕਰਕੇ ਉਹ ਕਹਿੰਦੇ ਜੀ ਅਸੀਂ ਹਰ ਇੱਕ ਥਾਣੇ ਦੇ ਵਿੱਚ ਜਾ ਕੇ ਕੋਸ਼ਿਸ਼ ਕਰ ਰਹੇ ਹਾਂ ਥਾਣਾ ਪੱਧਰ ਦੇ ਉੱਤੇ ਕਿ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਣ ਉਹ ਕਹਿੰਦੇ ਜੀ ਅਸੀਂ ਕਿਸਾਨ ਜਥੇਬੰਦੀਆਂ ਦੀ ਵੀ ਮਦਦ ਲੈ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਦੇ ਰਾਹੀਂ ਕਿ ਕਿਸਾਨ ਹੁਣ ਅੱਗ ਨਾਲ ਲਾਉਣ ਨਹੀਂ ਤਾਂ ਸਾਨੂੰ ਕਾਨੂੰਨੀ ਤੌਰ ਦੇ ਉੱਤੇ ਕਾਰਵਾਈ ਕਰਨੀ ਪੈਣੀ ਹੈ ਹੁਣ ਸੰਧਾਲੀਆ ਸਭ ਇੱਥੇ ਥੋੜਾ ਜਿਹਾ ਸੋਚ ਵਿਚਾਰ ਕੇ ਚੱਲਣ ਦੀ ਲੋੜ ਹੈ ਇਹ 10 ਦਿਨ ਲੰਘ ਜਾਣੇ ਆ ਹੋ ਸਕਦਾ ਕੁਝ ਕਿਸਾਨਾਂ ਤੇ ਪਰਚੇ ਹੋ ਜਾਣ ਹੋ ਸਕਦਾ ਕਿਸਾਨ ਜਥੇਬੰਦੀਆਂ ਮੁੜ ਕੇ ਧਰਨਾ ਪ੍ਰਦਰਸ਼ਨ ਕਰਨ ਲੱਗ ਪਣ ਪਰ ਜੇ ਦਸੰਬਰ ਦੇ ਵਿੱਚ ਇਸ ਮੁੱਦੇ ਤੇ ਮੀਟਿੰਗਾਂ ਨਾ ਹੋਈਆਂ ਜਨਵਰੀ ਫਰਵਰੀ ਤੇ ਮਾਰਚ ਦੇ ਵਿੱਚ ਇਸ ਮੁੱਦੇ ਤੇ ਮੀਟਿੰਗਾਂ ਨਾ ਹੋਈਆਂ ਜੇ ਪੰਜਾਬ ਸਰਕਾਰ ఢిల్లీ ਪਈ ਜਾਂ ਕੇਂਦਰ ਸਰਕਾਰ ఢిల్లీ ਪਈ ਅਗਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਆਹੀ ਹਾਲਾਤ ਫਿਰ ਪੈਦਾ ਹੋਣਗੇ ਇਸ ਕਰਕੇ ਜੇਤਾ ਸੀ ਸਾਰਾ ਸਾਲ ਗੰਭੀਰਤਾ ਦੇ ਨਾਲ ਮਸ਼ੀਨਾਂ ਚਾਹੀਦੀਆਂ ਪੈਸੇ ਦੇਣੇ ਚਾਹੀਦੇ ਆ ਜਾਂ ਕੋਈ ਹੋਰ ਢੰਗ ਤਰੀਕਾ ਅਪਣਾਉਣਾ ਚਾਹੀਦਾ ਉਧਰਲੇ ਪਾਸੇ ਗੰਭੀਰ ਨਾ ਹੋਏ ਇਹ ਸਮੱਸਿਆ ਜਿਉਂਦੀ ਤਿਉਹ ਖੜੀ ਰਹਿਣੀ ਹੈ ਜੀ ਨਹੀਂ ਬਿਲਕੁਲ ਸਹੀ ਗੱਲ ਆ ਸੋ ਅਸੀਂ ਆਸ ਕਰਦੇ ਆ ਜੀ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਥੋੜਾ ਜਿਹਾ ਵਿਚਾਰ ਰੱਖਿਓ ਇਹ ਨਾ ਹੋਵੇ ਕਿ ਵੀ ਜੇ ਹੁਣ ਆਪਾਂ ਉਹ ਗਲਤੀ ਕਰ ਲਈ ਕਿ ਕਿਹੜਾ ਕੋਈ ਫਰਕ ਪੈਂਦਾ ਯਾਰ ਹੁਣ ਤੇ ਲਗਭਗ ਨਿਪੜੀ ਗਿਆ ਜੇ ਮੈਂ 4 ਮਰਲਿਆਂ ਚ ਅੱਗ ਲਾ ਵੀ ਦਿੱਤੀ ਤੇ ਕਿਹੜਾ ਕੋਈ ਵੇਂਦਾ ਹੋ ਸਕਦਾ ਪਹਿਲਾਂ ਜਿੱਥੇ ਕਿਤੇ ਏਕੜਾਂ ਚ ਲੱਗੀ ਸੀ ਉਦੋਂ ਨਹੀਂ ਪਤਾ ਲੱਗਿਆ ਪਰ ਹੁਣ ਮਰਲਿਆਂ ਦੇ ਵਿੱਚ ਤੁਹਾਡੀ ਲਈ ਜਿਹੜੀ ਅੱਗ ਆ ਉਹ ਡਰੋਨ ਦੀ ਨਜ਼ਰ ਚ ਆ ਦੇ ਤੇ ਤੁਹਾਨੂੰ ਇੱਕ ਕੇਸ ਦਾ ਸਾਹਮਣਾ ਕਰਨਾ ਪਵੇ ਸਾਡੀ ਹੱਥ ਬਨ ਕੇ ਬੇਨਤੀ ਹੈ ਜ਼ਮੀਨ ਵੀ ਬਚਾ ਲਈਏ ਪਾਣੀ ਵੀ ਬਚਾ ਲਈਏ ਤੇ ਆਪਣੀ ਹਵਾ ਵੀ ਬਚਾ ਲਈਏ ਫਿਲਹਾਲ ਬਾਤ ਸਾਬ ਸਮਾ ਹੋ ਗਿਆ ਜੀ ਪ੍ਰੋਗਰਾਮ ਦਾ ਤੁਸੀਂ ਸਮਾਂ ਕੱਢਿਆ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਜਿਸੰਧਾਲੀਆ ਸਭ ਮਿਹਰਬਾਨੀ ਲੋਕੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆਂ ਤੇ ਜਾਂਦਾ ਜਾਂਦਾ ਮੈਂ ਉਹ ਸ਼ੁਰੂ ਵਾਲੀ ਗੱਲ ਫਿਰ ਚੇਤੇ ਕਰਾ ਦਿਆਂ ਕਿ ਬਿਲਕੁਲ ਢੇਰੀ ਢਾਉਣ ਵਾਲਾ ਕੰਮ ਨਾ ਕਰਿਆ ਜੇ ਜੇ ਕੋਈ ਵੀ ਚਿੰਤਾ ਇਧਰ ਉਧਰ ਹੈਗੀ ਆ ਤੇ ਰੀਸੈਟ ਕਰਨ ਦੇ ਵਿੱਚ ਥੋੜਾ ਜਿਹਾ ਯਕੀਨ ਰੱਖਿਓ ਅੱਜ ਇੱਕ ਵਾਰ ਮੰਨ ਲਓ ਦਿਨ ਲੰਘ ਗਿਆ ਕੱਲ ਇੱਕ ਨਵਾਂ ਦਿਨ ਹੁੰਦਾ ਤੇ ਨਵੇਂ ਦਿਨ ਦੇ ਨਾਲ ਨਵੀਆਂ ਉਮੀਦਾਂ ਦੇ ਨਾਲ ਜੀਉਣ ਦੀ ਆਦਤ ਪਾਈਏ ਦੇਖਦੇ ਰਹਿਣਾ ਪ੍ਰਾਈਮਰੀ ਸ਼ਾਹ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ